ਪਰਵਾਹ ਤੂੰ ਕਹਿੰਦਾ ਜਿੱਥੇ ਦੁਆਇਸ਼ ਨਹੀਂ ਹੈ ਦੁਜੀਆ ਭਗਵਨ ਭਗਤੀ ਦੁਆਇਸ਼ ਭਾਵ ਦੇ ਅੰਦਰ ਪੁਨਾ ਪੁਨਾ ਜਨਮ ਕਰਦਾ ਰਹੇਗਾ। ਜਿਤਨੇ ਸੰਸਾਰ ਦੇ ਅੰਦਰ ਦੋ ਹੀ ਮਾਰਗ ਹਨ, ਵਿਵਹਾਰਕ ਨੈਣ ਹੈ, ਪਰਮਾਰਥ ਨੈਣ ਹੈ। ਅੱਜ ਆਪਾਂ ਪਰਮਾਰਥ ਨੈਣ ਦੇ ਉੱਤੇ ਸਰਤ ਨਹੀਂ ਸਾਰਾ ਰਹੇ, ਮਨ ਵਿੱਚ ਭਾਵਨਾ ਧਾਰ ਕੇ ਸਰਤ ਵੇਲੇ ਵਿਚਰ ਰਹੇ ਹਾਂ। ਸ਼ਰਧਾ ਬਾਨ ਲਭ ਤੇ ਗਿਆਨ ਸਾਰਿਆਂ ਦੇ ਹਿਰਦੇ ਵਿੱਚ ਪ੍ਰੇਮ ਹੈ, ਸ਼ਰਧਾ ਹੈ, ਇਸ ਨੂੰ ਕੋਈ ਤੋੜ ਨਹੀਂ ਸਕਦਾ ਹੈ। ਸ਼ਰਧਾ ਪ੍ਰੇਮ ਹੀ ਆਪਾਂ ਨੂੰ ਇੱਥੇ ਜੋਤੀ ਬੈਠੇ ਹਨ। ਸਤ ਸੰਗਤ ਜੀ, ਸਤਿਗੁਰ ਤਾਂ ਮਾਣਿਓ, ਸਰੇ ਵਰਤਾ ਨੂੰ ਭਾਇਓ, ਸਿਰ ਚਰਚਾ ਮਾਣਿਓ, ਮਾਮਲਾ ਸੰਤ ਸਹਾਇਓ, ਦੁਆਬਰ ਕ੍ਰਿਸ਼ਨ ਰਾਜ ਸਤਿਗੁਰ ਕਾਰਜ ਕੀਓ, ਉਗਰ ਸੰਤ ਕੋ ਰਾਜ ਭਰ ਭਰਤਾ ਜਨ ਦੀਓ, ਕਰਨ ਪ੍ਰਮਾਣ ਨਾਨਕ ਰੰਗ ਦਮਰ ਸਹਾਇਓ, ਸ੍ਰੀ ਗੁਰੂ ਰਾਜਾ ਰਾਜ ਅਕਰ ਕਰਦੇ ਆਦਿ ਸੁਰ ਫਰਮਾਇਓ। ਇਹ ਨਿਰੰਕਾਰ ਦਾਸ ਪ੍ਰਖਣ ਸਰਜਨ ਜੀ ਦਾ ਪ੍ਰਮਾਣ ਹੈ। ਦੱਸੋ ਕਿੱਥੇ ਦੁਆਇਸ ਰਹਿ ਗਈ? ਆਹ ਬੱਚਿਆਂ ਨੂੰ ਕਾਗਲ ਕਰੀਏ। ਆ ਜੋ ਪਿਛਲੇ ਸਮੇਂ ਤੋਂ ਅਮਰਮਈ ਕਥਾ ਤਤ ਕਥਨੰ ਤਤ ਕਿਰਤਨੰ ਅੰਨਿਆਂ ਨੇ ਜਨੰਤੀ, ਐਸੇ ਨਿਰੰਕਾਰ ਦਾ ਇਹਦੇ ਸ਼ਰਤ ਮੇਰੀ ਕਥਨ ਹੈ। ਉਹ ਕਥਨ ਕਹਿੰਦੇ ਹੈ ਸ਼ਕਤੀ ਵਿਅਕਤੀ ਦੁਆਰਾ ਨਹੀਂ ਹੈ, ਲੱਖਣਾ ਵਿਅਕਤੀ ਦੁਆਰਾ ਕਥਨ ਕੀਤਾ ਜਾਂਦਾ। ਵਾਸਤਵ ਤੋਂ ਸ਼ਕਤੀ ਵਿਅਕਤੀ ਦੁਆਰਾ ਅਕਥ ਹੈ। ਤਿੰਨ ਰੂਪ ਹੈ ਕੋਈ ਕਿ ਸੁਣੋ ਮਨ ਜਿਤ ਲਾਏ, ਨਿਰਗੁਣ ਸਰਵ ਗੁਰ ਸ਼ਬਦ ਕਹੋ ਕੋਈ ਸਮਝਾਏ, ਨੰਦ ਲਾਲ ਨੂੰ ਦਸਵੇਂ ਪਾਤਸ਼ਾਹ ਨੇ ਦਰਸਾਇਆ ਸੀ ਇਹ ਰੂਪ ਤੇ ਗੁਣ ਤੇ ਪਰੇ ਨੇਕ ਨੇਕ ਦੇ ਭੇਦ ਉਤਰੇ। ਦੂਜਾ ਗੁਰੂ ਨੰਦ ਲਾਲ ਦੇ ਸਾਹਮਣੇ ਅਸੀਂ ਬੈਠੇ ਹਾਂ, ਤੀਸਰਾ ਗੁਰ ਸ਼ਬਦ ਵੀ ਹੈ। ਸਤਸੰਗਤ ਜੀ, ਇਹ ਬੋਧ ਪਿੱਛੋਂ ਪ੍ਰਾਪਤ ਹੁੰਦਾ, ਆ ਤੁਹਾਡੇ ਸੰਗਤ ਪਿੱਛੋਂ ਪ੍ਰਾਪਤ ਹੁੰਦਾ ਹੈ। ਸੋ ਆਪ ਸੋਚਾਂਗੇ ਨਿਰਾਕਾਰ ਵੀ ਸਾਰੇ ਵਿਆਪਕ ਹੈ, ਲੇਕਿਨ ਸਾਰੀਆਂ ਘਟਾਂ ਦੇ ਵਿੱਚ ਵਸਦਾ ਹੋਇਆ ਵੀ ਆਪਾਂ ਸੁਖੀ ਹਾਂ, ਰੋਗੀ ਹਾਂ। ਨਿਰਾਕਾਰ ਸਤਸੰਗਤ ਜੀ ਉਸ ਤੋਂ ਪ੍ਰੰਤ ਉਹੀ ਸਾਕਾਰ ਰੂਪੋਂ ਕਰਕੇ ਆ ਦੁਖੀ ਬੰਦਿਆਂ ਦੀ ਸਾਰ ਦਿੰਦਾ ਹੈ। ਕਲਯੁਗ ਦੇ ਸਮੇਂ ਦੇ ਅੰਦਰ ਸਤਗੁਰ ਨਾਨਕ ਦੇਵ ਜੀ ਨੂੰ ਤਾਰ ਨਾ ਧਾਰਦੇ ਤਾਂ ਹਨੇਰ ਛਾ ਜਾਂਦਾ ਸੰਸਾਰ ਦੇ ਅੰਦਰ। ਸੋ ਪ੍ਰੇਮੀਓ, ਸਤਗੁਰ ਨਾਨਕ ਦੇਵ ਸਾਹਿਬ ਜੀ ਨੇ ਦਸਾਂ ਜੋਤਾਂ ਨੂੰ ਪਰਤ ਕੇ ਅੰਮ੍ਰਿਤਮਈ ਬਾਣੀ ਸਤਸੰਗਤ ਜੀ ਜਿਸ ਨੂੰ ਪ੍ਰਤੱਖ ਆਪਾਂ ਦਰਸ਼ਨ ਕਰਦੇ ਹਾਂ, ਵਾਸਤਵਿਕ ਜੋ ਗੁਰਬਾਣੀ ਹੈ ਉਹ ਸ਼ਬਦ ਰੂਪ ਹੈ, ਸ਼ਬਦ ਦਾ ਕੋਈ ਆਕਾਰ ਨਹੀਂ ਹੈ। ਅੱਜ ਅਸੀਂ ਪੰਜਾਬੀ ਪੰਜਾਬੀ ਕਹਿਣ ਲੱਗ ਗਏ, ਵਾਸਤਵਿਕ ਸਤਸੰਗਤ ਗੁਰੂ ਕੀ ਹੈ, ਆਪ ਦੀ ਮੁਖਾਰਤ ਤੋਂ ਪ੍ਰਗਟ ਹੋਈ ਔਰ ਜਿਸੇ ਗੁਰੂ ਕੀ ਅਕਸ਼ਰ ਦੇ ਅੰਦਰ ਸਾਰੀ ਗੁਰਬਾਣੀ ਅੰਕਿਤ ਕਰ ਦਿੱਤੀ। ਨਾਲ ਹੀ ਗੁਰਬਾਣੀ ਅਨਾਦੀ ਹੈ ਖਾਲਸਾ ਜੀ, ਇਹਦਾ ਆਦ ਨਾ ਸਮਝ ਲਿਓ। ਆ ਦੁਨੀਆਂ ਸਮਾਂ ਨੂੰ ਚੱਕੀ ਬਣਦੀ ਹੈ, ਸੋ ਕਿਉਂ ਕਰਨੀ? ਸੋ ਐਸੀ ਅੰਮ੍ਰਿਤਮਈ ਬਾਣੀ ਪ੍ਰਗਟ ਕੀਤੀ। ਬਥੇਰੇ ਕਹਿੰਦੇ ਸੀ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਵਰਗੇ, ਇਹਦੇ ਵਿੱਚ ਹਿਰੀ ਸ਼ਬਦ ਲਿਖਦੇ ਹੋ, ਨਹੀਂ ਲਿਖੀ ਮਹਾਰਾਜ ਸਾਹਿਬ ਜੀ ਨੇ ਕੋਈ ਬਾਤ ਨਹੀਂ। ਇਹ ਧਰੂਪੀ ਬਾਣੀ ਆਈ ਤੁਹਾਨੂੰ ਸਿੱਧੀ ਪਿੰਡ ਵਟਾਈ ਕਰੋ ਸਤਸੰਗ ਸਤਸੰਗੀ ਬਾਣੀ ਪਾ ਦਿੱਤੀ ਹੈ। ਐਸੀ ਅੰਮ੍ਰਿਤਮਈ ਬਾਣੀ ਸਤਸਾਹ ਜੀ ਅੱਜ ਸ਼ਬਦ ਨੂੰ ਹੋ ਕਰਕੇ ਮਹਾਰਾਜ ਬਹੁਤ ਠੀਕ ਹਨ। ਸਤਸੰਗਤ ਜੀ ਕੁਝ ਸਮੇਂ ਤੋਂ ਇਹ ਅੰਮ੍ਰਿਤਮਈ ਬਾਣੀ ਦੀ ਕਥਾ ਪਰਮਪਿਤ ਸਥਾਨ ਤੇ ਸਤਸੰਗੀ ਰੰਭ ਸੀ, ਇਸ ਸਮੇਂ ਸੰਪੂਰਨ ਭੋਗ ਪਏ ਹਨ। ਦਸ ਨੂੰ ਹੁਕਮ ਹੋਇਆ ਹੈ ਕਿ ਆਪਾਂ ਭੋਗ ਦੇ ਸਮੇਂ ਜੋ ਅੰਮ੍ਰਿਤਮਈ ਬਾਣੀ ਮਰਿਆਦਾ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਰਮਨ ਤੋਂ ਨਿਕਲ ਦੋ, ਇਹ ਆਪਾਂ ਸਤਸੰਗਤ ਜੀ ਵਿਚਾਰ ਸੀ। ਆਪ ਗੁਰੂ ਤੇਗ ਬਹਾਦਰ ਸਾਹਿਬ ਜੀ
ਖਲਕ ਦੀ ਹਰ ਸਦੀ ਜਿਥੇ ਦਿੱਲੀ ਗਏ ਨੇ ਧਰਮ ਕਰ ਕੇ ਕਮਲ ਇਹਨਾਂ ਲੋਕਾਂ ਨੇ ਹਰ ਸਦੀ ਭਾਰਤ ਵਾਸੀਆਂ ਦਾ ਜਿਹੜਾ ਧਰਮ ਸੀ ਲੋਕਾਂ ਦੇ ਹਰ ਸਦੀ ਬੜੇ ਵੱਡੇ ਗੁਰੂ ਕਰਨ ਵਾਲੇ ਰਾਜੇ ਉਸ ਨੂੰ ਪ੍ਰਭਾਵ ਕਰ ਰਹੇ ਸਨ। ਦੇਖਣਾ ਜਿਵੇਂ ਦਿੱਲੀ ਕਰਨ ਜਾ ਕੇ ਪੰਜਾਬ ਦੇ ਹਰ ਸਦੀ ਦੇ ਉਤਾਰੀ ਦੇਣੀ ਰਾਹ ਵਿੱਚ ਜਾ ਕੇ ਜੁੜ ਕੇ ਉਹ ਪ੍ਰਮੁੱਖ ਦਾ ਤੇ ਸਾਡੇ ਹਿੰਦੂ ਕਿਆ ਤੁਰਕਾ ਕੌਣ ਸੀ ਸਰ ਸੰਦੀਪ ਸਾਹਿਬ ਜੀ ਵਰਗੇ ਫਕੀਰਾਂ ਨੇ ਵੀ ਗੁਰੂ ਸਾਹਿਬ ਦੇ ਚਰਨ ਵਰਤੇ ਨਜੀਰ ਖਾਂ ਵਰਗੇ ਦੁਸ਼ਮਣਾਂ ਨੇ ਵੀ ਸੁਆਣੇ ਦੇ ਇਲਾਕੇ 'ਚ ਸਤਗੁਰੂ ਮਹਾਰਾਜ ਦੇ ਚਰਨਾਂ ਦੀ ਜੋ ਪ੍ਰਾਪਤ ਕੀਤੀ ਇਸੇ ਤਰ੍ਹਾਂ ਗੁਰੂ ਸਿੱਖੋ ਸਾਰਿਆਂ ਦੇ ਉੱਤੇ ਇੱਕੋ ਹੀ ਦੇਖੀ ਹੈ ਜਹਰ ਸ਼੍ਰੀ ਜਗਤਗੁਰੂ ਬਾਬਾ ਗੁਰੂ ਨਾਨਕ ਦੇਵ ਜੀ ਕੇਵਲ ਸਿੱਖਾਂ ਦੇ ਗੁਰੂ ਨਹੀਂ ਹਨ ਜਗਤਗੁਰੂ ਗੁਰੂ ਨਾਨਕ ਦੇਵ ਸਾਰੇ ਸੰਸਾਰ ਦੇ ਗੁਰੂ ਗੁਰੂ ਨਾਨਕ ਦੇਵ ਜੀ ਉਹੀ ਗੁਰੂ ਗੁਰਦੇਵ ਹਰ ਸਾਹਿਬ ਜੀ ਨੇ ਜਾ ਕੇ ਆਪ ਦੇ ਗੁਰਤਾਰੀ ਦੇਣੀ ਇਹਨਾਂ ਪੁਰਾਣਿਆਂ ਦੇ ਇੱਖਾਂ ਦੇ ਨਾਲ ਜਿੱਥੇ ਪ੍ਰੇਮ ਰਹਿੰਦਾ ਗੁਰੂ ਸੁਖਦੇਵ ਜੀ ਜਨਵਾਸ ਦੇਣਾ ਉਸ ਪ੍ਰੇਮ ਦੀ ਕਲਿਆਣ ਕਰਨ ਲਈ ਜਾ ਕੇ ਰਾਮਦੇਵ ਨੂੰ ਮਿਲਣਾ ਇਹ ਪਾਤਸ਼ਾਹ ਕੀ ਲੋੜ ਪਈ ਸਾਡੇ ਸਾਰੀ ਇਹ ਕਰਤਾ ਮੇਰੀ ਬੇਨਤੀ ਹੈ ਮੈਨੂੰ ਪਤਾ ਲੱਗਿਆ ਕਿ ਭਾਰਤ ਵਰਸ਼ ਦੇ ਸਾਰੇ ਹਿੰਦੂ ਵਾਸੀਆਂ ਦੇ ਤੁਸੀਂ ਗੁਰੂ ਹੋ ਪਾਤਸ਼ਾਹ ਜੀ ਸਤਿ ਸ੍ਰੀ ਪਰਮ ਵਾਸਤੇ ਆਪ ਜੀ ਨੇ ਸਲੋਕ ਲਿਖਿਆ ਹੈ
ਜਦੋਂ ਕਿਹਾ ਕਿ ਇਹਦਾ ਜਵਾਬ ਜ਼ਰੂਰ ਉੱਤਰ ਲੈ ਕੇ ਆਉਣਾ ਹੈ। ਐਸੀ ਬਾਣੀ ਫਰ ਕਰਦੇ ਸੀ ਕਿ ਭੋਗ ਦੇ ਸਮੇਂ ਤੇ ਸਾਡੀਆਂ ਸੰਗਤਾਂ ਬਰਾਗ ਦੀ ਬਾਣੀ ਹੈ ਆਪ ਜੀ ਫਰ ਕਰਨੇ ਦੀ ਉਚਾਰਨ ਕਰਦੇ ਤੇ ਦੇਖੋ ਵਿਅਕਤੀਆਂ ਨੂੰ ਗਾਗਰ ਕਰੋ ਤੇ ਫਰਕ ਦੇ ਅੰਦਰ ਪਰਥਾ ਲੱਗੀ ਆ ਰਹੀ ਹੈ। ਵਰਤਮਾਨ ਸਮੇਂ ਸਰ ਸੰਗੀ ਝਾਤੀ ਮਾਰ ਰਹੇ ਹੋ ਧਰਮ ਦਾ ਫਿਰ ਹਮ ਕਥਾ ਤੇ ਕੀਰਤਨ ਹਨ। ਅੱਜ ਕਥਾ ਦੀ ਕਮੀ ਨਹੀਂ ਤੇ ਕੀਰਤਨ ਦੀ ਕਮੀ ਨਹੀਂ। ਅਸੀਂ ਤਾਂ ਗਰਮ ਹੁੰਦੇ ਜਾਂਦੇ ਹਾਂ, ਧਰਮ ਤੋਂ ਸ਼ੀਲ ਹੁੰਦਾ ਜਾਂਦਾ ਹੈ। ਕਾਰਨ ਕੀ ਹੈ? ਅਸੀਂ ਧਾਰਮਿਕ ਕਰਨ ਮੁਰਗੀ ਦਾ ਸਾਧਨ ਬਣਾ ਦਿੱਤੇ ਹਾਂ। ਕਰਤਾ ਜੋ ਵਾਹਿਗੁਰੂ ਕਿਰਪਾ ਕਰੇ ਹਰ ਸੰਗਤੀ ਸੁਕਾਮ ਦਾ ਹੀ ਧਾਰਨ ਕੇ ਗੁਰੂ ਦਾ ਕਰਤਾ ਹਰ ਵੇ ਸਤ ਹੀ ਕੀਰਤਨ ਕਰਦਾ ਰਹੇਗਾ ਤਾਂ ਕਰਤ ਨੇ ਜੜਦੀਆਂ ਕਦਾ ਹੁੰਦੀਆਂ। ਆਓ ਬੱਚਿਆਂ ਨੂੰ ਗਾਗਰ ਕਰੀਏ ਜਿਸ ਪ੍ਰਕਾਰ ਆਪ
ਇਹ ਜਿਹੜਾ ਸਰੀਰ ਹੈ ਇਹ ਜਨਰੀਭੂਤ ਹੋ ਰਿਹਾ ਹੈ, ਇਹਦੀ ਉਮਰ ਬਤੀਤ ਹੋ ਰਹੀ ਹੈ। ਤੈਨੂੰ ਸਾਰੇ ਸੁੱਖ ਦੇਵੇ ਬਹੁਤ
دوجے چکر کڑھ دیتا میں. لیکن کیویں کہندے ہیں سن شردا تے وشواس دے کرنا نال وی سنگا. یہ شردا تے وشواس دے کرنا گرو دندا ہے. شردا تے وشواس دے کرنا وی دندا ہے, سنوں شبد وی دندا ہے. سات سنگ جی ایہا جہا پرپکار گرو ورگا ماں باپ ہی نہیں کر سکدے. سمرت گت ہوئے اودا سمرن کر بھائی تیری گت کلیان ہوئے جی. جے سمرت گت پائی ہے چیتن ہو کر کے اپدیش دے رہا ہے. اپربھت چیتن ہو کر کے اپدیش لے رہا ہے. ایویں متر نہیں کہتا کدے سات سنگت جی پیو نے آپے پتر متر کہتا وہ بھی بچہ کہے گا. لیکن دنیا کے گرو بتھیرے نے ہر کے نہ کہہ کے اپدیش دین والے سنتوں تیگ بہادر صاحب جی رکھنا کہتے ہے متر پیارے گرو کے سکھ تسدا بھجن کر سورت
ਭਗਵਾਨ ਦਾ ਸਰੂਪ ਹੀ ਹਨ, ਲੇਕਿਨ ਭਗਵਾਨ ਦੇ ਸਰੂਪ ਤੋਂ ਵੀ ਉੱਤਮ ਹਨ। ਕਰਦਾ ਜੀ ਭਗਵਾਨ ਨੂੰ ਵਡਿਆਈ ਦੀ ਇੱਛਾ ਹੈ, ਬ੍ਰਹਮਚਰਿਆ ਨੂੰ ਵਡਿਆਈ ਦੀ ਇੱਛਾ ਨਹੀਂ। ਸਤ ਚੰਦਰ ਜੀ ਧਰਮ ਸਵੈ ਜਪ ਸਵੈ ਰਾਗ ਕੋ ਇਸ ਰੂਪ ਗਿਆਨ ਇਹ ਘਰ ਭਗਤ ਪਹੁੰਚੋ ਤਾਹੇ ਕਹਿਤ ਭਗਵਾਨ। ਵਿਸ਼ਨੂੰ ਨੂੰ ਵੀ ਭਗਵਾਨ ਕਹਿੰਦੇ ਹਾਂ, ਲੇਕਿਨ ਸ਼ੰਕਰ ਜੀ ਨੂੰ ਵੀ ਉਹਦੇ ਪਾਸ਼ ਭਗਵਾਨ ਕਹਿੰਦੇ ਨੇ, ਲੇਕਿਨ ਭਗਵਾਨ ਆਦਿਕਾਂ ਦਾ ਵੀ ਉਹਨਾਂ ਗੁਰਮੁਖਾਂ ਦੀ ਉੱਚੀ ਵਰਤਾ ਹੈ। ਜਿਹਦੇ ਮਨ ਦੇ ਅੰਦਰ ਆਪਣੀ ਉਸਤਰੀ ਕਰਾਉਣ ਦੀ ਇੱਛਾ ਨਹੀਂ ਹੈ ਔਰ ਕਿਸੇ ਦੀ ਨਿੰਦਿਆ ਕਰਨ ਦੀ ਇੱਛਾ ਨਹੀਂ ਹੈ। ਸੋਨਾ ਤੇ ਲੋਹਾ ਇੱਕੋ ਜਿਹੇ ਆਪਣੀ ਗਿਰਤੀ ਦੇ ਅੰਦਰ, ਸੋਨੇ ਨੂੰ ਦੇਖ ਕੇ ਡੁਬਾਏ ਮਨ ਨਹੀਂ ਹੁੰਦੇ, ਲੋਹੇ ਨੂੰ ਦੇਖ ਕੇ ਨਫ਼ਰਤ ਨਹੀਂ ਕਰਦੇ। ਰੱਬ ਦਾ ਕਾਨੂੰਨ ਬਣਾਇਆ ਸਾਡੇ ਆਪਣੇ ਸਰਕਾਰਾਂ ਦੇ ਲਾਗੂ ਹੈ,
ਦੁਨੀਆ ਫਸੀ ਹੋਈ ਆ ਵਿਆਹ ਕਰਮਾਂ ਦੇ ਵਿੱਚ ਰਹਿ ਸਕਦੇ ਸੀ, ਅੰਮ੍ਰਿਤਮਈ ਬਾਣੀ ਆ ਸਤਿਖੰਡ ਵਿੱਚੋਂ ਆਈ ਆ ਕਰਤਾ ਜੀ। ਸੋ ਐਸੇ ਸਤਿਗੁਰੂ ਮਹਾਰਾਜ ਸਾਹਿਬ ਜੀ ਉਹ ਪਾਧਿਆਂ ਨੂੰ ਪੜ੍ਹਾਉਣ ਵਾਲੇ ਗੁਰੂ ਨਾਨਕ ਸਾਹਿਬ ਜੀ ਹਨ, ਇੱਥੇ ਵਿਆਕਰਨਾਂ ਦੀ ਪਹੁੰਚ ਨਹੀਂ ਹੈ। ਸੋ ਪ੍ਰੇਮੀ ਆਪ ਜੀ ਫਰਮਾਉਂਦੇ ਪੜ੍ਹੋ ਨਾਨਕ ਸੁਮਰੇ ਮਨਾ, ਇਹ ਮੇਰੇ ਪਿਆਰੇ ਮਨਾ ਸੁਣ ਰਿਹਾ ਹੈ। ਬਾਣੀ ਦੁਆਰਾ ਐਸਾ ਵਿਰਾਗ ਹੈ, ਕਿਸੇ ਵਸਤੂ ਨੂੰ ਨਫ਼ਰਤ ਕਰਕੇ ਨਹੀਂ ਛੱਡਣਾ। ਜੇ ਨਫ਼ਰਤ ਕਰਕੇ ਛੱਡੋਗੇ ਪਤਾ ਨਹੀਂ ਕਿਹੜੇ ਵੇਲੇ ਤੁਹਾਡਾ ਫਿਰ ਮਨ ਮੋਹਤ ਹੋ ਜਾਵੇਗਾ ਉਹਦੇ ਉੱਤੇ। ਸੋ ਸਤਸੰਗ ਜੀ ਗੁਰੂ ਕੇ ਸਿੱਖ ਨਫ਼ਰਤ ਵੀ ਨਹੀਂ ਕਰਦੇ ਤੇ ਅਲੋਭ ਨਹੀਂ ਕਰਦੇ, ਐਸਾ ਵਿਰਾਗ ਧਾਰਦੇ ਹਨ। ਜਿਸ ਵਿਅਕਤੀ ਨੇ ਮਾਇਆ ਦਾ ਮੋਹ ਛੱਡ ਦਿੱਤਾ ਹੈ ਸਾਰਿਆਂ ਤੋਂ ਉਪਰਾਮ ਹੈ, ਇਹ ਮੇਰੇ ਪਿਆਰੇ ਮਨਾ ਸੁਣਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਇਹ ਜੇ ਵਿਅਕਤੀ ਦੇ ਹਿਰਦੇ ਸੱਚ ਦੀ ਬ੍ਰਹਮ ਦਾ ਨਿਵਾਸ ਤੋਂ ਸਾਰਿਆਂ ਦੇ ਅੰਦਰ ਹੀ ਹੈ, ਉਹਦੇ ਅੰਦਰ ਸਾਖ ਯਾਦ ਹੈ, ਉਹਦੇ ਅੰਦਰ ਸੱਚ ਸੰਗਤ ਜੀ ਆਤਮਾ ਪ੍ਰਾਤਮਾ ਇੱਕ ਉਹ ਕਰੇ ਅੰਤ ਦੀ ਦੁਰਧ ਅੰਤਰ ਜੜੇ, ਉਹ ਆਤਮਾ ਤੇ ਪ੍ਰਾਤਮਾ ਦੋ ਨਹੀਂ ਸਮਝਦਾ ਹੈ। ਜਿਹਨਾਂ ਪ੍ਰਾਣਾਂ ਦੇ ਆਸਰੇ ਇਹ ਸਰੀਰ ਨੂੰ ਦੇਈ ਬੈਠਾ ਹੈ ਆਪਣੇ, ਸਤਸੰਗਤ ਜੀ ਜਿਸ ਪ੍ਰਾਣੀ ਨੇ ਹਉਮੈ ਦਾ ਤਿਆਗ ਕਰ ਦਿੱਤਾ ਹੈ ਮਮਤਾ ਜਿਹੜਾ ਪ੍ਰਾਣਧਾਰੀ ਜੀ ਮਮਤਾ ਤਿਆਗ ਦਾ ਪਦਾਰਥ ਆ ਜੀ, ਲੋਭ ਮੋਹ
ਚੱਲਿਆ ਹੰਕਾਰ ਵੀ ਨਹੀਂ ਹੈ ਜਿਹਦੇ ਉੱਤੇ ਦੇਸ ਮੁੱਤਰ ਕਹੋ ਨਾਨਕ ਆਪਨ ਤਰੈ ਉਹ ਐਸਾ ਵਿਅਕਤੀ ਭਾਈ ਆਪ ਵੀ ਸੰਸਾਰ ਤੋਂ ਮੋਕਸ਼ਾ ਤਰ ਜਾਂਦਾ ਹੈ ਮੁਕਤਾ ਸੁੰਦਰ ਨੂੰ ਔਰਨ ਲਈ ਉਧਾਰ ਗੁਰਮੁਖ ਕੋਟ ਉਧਾਰਨਾ ਦੇ ਨਾਮ ਹੈ ਇਹ ਕਣੀ ਉਹ ਅਨੇਕਾਂ ਦੀ ਕਲਿਆਣ ਕਰ ਦਿੰਦਾ ਹੈ ਜਿਉਂ ਸੁਪਨਾ ਆਰ ਵੇਖਣਾ ਆ ਸੰਸਾਰ ਜੋ ਦ੍ਰਿਸ਼ਟੀ ਗੋਚਰ ਆ ਰਿਹਾ ਬੈਠਾ ਹੈ ਜਿਵੇਂ ਸੁਪਨਾ ਹੁੰਦਾ ਹੈ ਜਿੰਨਾ ਚਿਰ ਨੀਂਦ ਹੈ ਉਹਨੇ ਚਿਰ ਸੁਪਨਾ ਸੱਚਾ ਹੈ ਜਦੋਂ ਜਾਗ ਪਏ ਉਸ ਵੇਲੇ ਸੁਪਨਾ ਝੂਠਾ ਹੈ ਲੇਕਿਨ ਇਸ ਨੀਂਦ ਤੋਂ ਮਾਂ ਬਾਪ ਆਪਾਂ ਨੂੰ ਜਗਾਉਂਦੇ ਆਏ ਲੇਕਿਨ ਵਿਦਿਆ ਦੀ ਨੀਂਦ ਤੋਂ ਖਰਚਾ ਜੀ ਗੁਰੂਆਂ ਨਾਲ ਕੋਈ ਜਗਾਉਣ ਵਾਲਾ ਨਹੀਂ ਆ ਸੰਗਤ ਬਿਨਾਂ ਕੋਈ ਜਗਾਉਣ ਵਾਲਾ ਨਹੀਂ ਹੈ ਐਵੇਂ ਨਹੀਂ ਆਪਾਂ ਸੰਗਤ ਦਾ ਆਸਰਾ ਚੱਕਿਆ ਵੀ ਸੰਗਤ ਹਰ ਬਾਬੇ ਜੀਓ ਜਿਵੇਂ ਸੰਗਤ ਜੀ ਸੁਪਨਾ ਝੂਠਾ ਹੈ ਉਦੋਂ ਝੂਠਾ ਮੰਨਦੇ ਜਦੋਂ ਜਾਗ ਪਈਏ ਇਸੇ ਤਰ੍ਹਾਂ ਵੇਖਣਾ ਪੁਤਲੀਆਂ ਦਾ ਤਮਾਸ਼ਾ ਹੈ ਉਹ ਸਾਰੇ ਸਤਸੰਗੀ ਝੂਠਾ ਹੁੰਦਾ ਦੇਖਦੇ ਹਾਂ ਇਹ ਜਗ ਨੂੰ ਐਸੇ ਜਾਣ ਲਓ ਪੁਤਲੀਆਂ ਦਾ ਤਮਾਸ਼ਾ ਪੁਤਲੀਆਂ ਸਭ ਝੂਠੀਆਂ ਲੇਕਿਨ ਜਿਹੜਾ ਪੁਤਲੀਆਂ ਨੂੰ ਨਚਾਉਣ ਵਾਲਾ ਉਹ ਤਾਂ ਸੱਚਾ ਹੈ ਇਸੇ ਤਰ੍ਹਾਂ ਸੁਪਨਾ ਹੈ ਸੁਪਨਾ ਤਾਂ ਝੂਠਾ ਵੀ ਸੁਪਨੇ ਨੂੰ ਉਤਪਤ ਕਰਨ ਵਾਲਾ ਕੌਣ ਹੈ ਤੇ ਜਿਸ ਨਾਮ ਹੈ ਜੀਵ ਪ੍ਰੀਤ ਨਾਲੀ ਜਿਹੜਾ ਸੋਵਾਂ ਸਾ ਬਰੀਕ ਹੈ ਆਪਣੇ ਕੰਠ ਵਿੱਚ ਉਹ ਮਾਨੀ ਅਰਥਾ ਤੁਹਾਨੂੰ ਸੁਪਨੇ ਦਾ ਔਰ ਉਹ ਕਿਹਦੀ ਸੱਤਾ ਪਾ ਰਿਹਾ ਕਰ ਜੀ ਉਹ ਚੇਤਨ ਦੀ ਸੱਤਾ ਪਾ ਰਿਹਾ ਉਹ ਸੱਚਾ ਹੈ ਲੇਕਿਨ ਸੁਪਨਾ ਝੂਠਾ ਹੈ ਇਹ ਜਿਤਨਾ ਕੁ ਸਾਰਾ ਸੰਸਾਰ ਦਾ ਸੁਪਨ ਰੂਪ ਹੈ ਇਹਦੇ ਵਿੱਚ ਕੋਈ ਸੱਚੀ ਵਸਤੂ ਨਹੀਂ ਹੈ ਨਾਨਕ ਬਿਨ ਭਗਵਾਨ ਕੀ ਤੋਂ ਬਿਨਾਂ ਭਗਵਾਨ ਤੋਂ ਬਿਨਾਂ ਵਾਹਿਗੁਰੂ ਨਿਰੰਕਾਰ ਤੋਂ ਇਸ ਦਿਨ ਮਾਇਆ ਕਾਰ ਦੇ ਇਹ ਜੀਵ ਦਾ ਸੁਭਾਅ ਕਿੱਧਰ ਨੂੰ ਚੱਲਦਾ ਹੈ ਰਾਤ ਦਿਨ ਮਾਇਆ ਦੀ ਪ੍ਰਾਪਤੀ ਵਾਸਤੇ ਪ੍ਰਾਣੀ ਡੋਲਤ ਤੀਤ ਇਹ ਪ੍ਰਾਣਾ ਦਾ ਵੀ ਕੋਈ ਉੱਧਰ ਜਾਂਦਾ ਦੋ ਢਾਈ ਲੱਖ ਬੰਦਾ ਹਰ ਵੇਲੇ ਆਕਾਸ਼ ਵਿੱਚ ਰਹਿੰਦਾ ਕਾਹਦੇ ਮਾਇਆ ਵਾਸਤੇ ਕੋਈ ਉੱਧਰ ਨੂੰ ਜਾਂਦਾ ਕੋਈ ਉੱਧਰ ਨੂੰ ਜਾਂਦਾ ਸੋ ਸਾਰਾ ਦਿਨ ਦੌੜਦਾ ਫਿਰਦਾ ਮਾਇਆ ਵਾਸਤੇ ਮਾਇਆ ਕਾਰਨ ਧਾਵਹੀ
ਮਾਇਆ ਦੀ ਪ੍ਰਾਪਤੀ ਵਾਸਤੇ ਧਾਬਾ ਹੈ ਬੋਲਦਾ ਹੈ ਮੂਰਖ ਲੋਕ ਅਜਾਣ ਕੌਣ ਧਾਬਾ ਬੋਲਦੇ ਨੇ ਜਿੰਨਾ ਮਾਰਾ ਕਿਹਾ ਭਾਈ ਉਹ ਮੂਰਖ ਹਨ ਉਹ ਅਣਜਾਣ ਹਨ ਪਰਲੋਕ ਬਣਾਉਣਾ ਨੂੰ ਪਰਲੋਕ ਦੀ ਕੋਈ ਗਿਆਨ ਨਹੀਂ ਇੱਥੇ ਵੀ ਉਹ ਮੂਰਖ ਹਨ ਨਾਨਕ ਬਿਨ ਹਰ ਭਜਨ ਗੁਰੂ ਮਹਾਰਾਜ ਜੀ ਕਹਿੰਦੇ ਹਰੀ ਦੇ ਭਜਨ ਤੋਂ ਬਿਨਾ ਕਿਰਪਾ ਜਨਮ ਸਿਰਾ ਸਰਾਂ ਬਤੀਤ ਹੋ ਰਿਹਾ ਬਿਰਖ ਦੀ ਜਨਮ ਜੋ ਪ੍ਰਾਣੀ ਇਸ ਦਿਨ ਭਜੈ ਜਿਹੜਾ ਪ੍ਰਾਣੀ ਹਰ ਚੰਗੀ ਰਾਤ ਨੂੰ ਵਾਹਿਗੁਰੂ ਦਾ ਭਜਨ ਕਰਦਾ ਹੈ ਰੂਪ ਰਾਮ ਤੇ ਜਾਗ ਉਹਨੂੰ ਪਰਮੇਸ਼ੁਰ ਦਾ ਰੂਪ ਕਿੰਨੀ ਰਹਿ ਰਹੀ ਹੈ ਚੌਂਬਕ ਨੂੰ ਤਾਰੇ ਜਾ ਕੇ ਸੱਤ ਜਨਾ ਮੇਰੇ ਰਾਮ ਪਿਆਰੇ ਇਹ ਮਹਾਤਮਾ ਭਾਈ ਰਾਮ ਦਾ ਰੂਪੀ ਹੋਇਆ ਕਰਦੇ ਹਰ ਜਨ ਹਰ ਅੰਤਰ ਨਹੀਂ ਉਹਨਾਂ ਬਾਰੇ ਹੀ ਕਿਹਾ ਹੈ ਗੁਰਦੇਵ ਬਹਾਦਰ ਸਾਹਿਬ ਨੇ ਭਾਈ ਉਹ ਹਰ ਜਨ ਹਨ ਹਰ ਹਰ ਜਨ ਦੁਨੀਆ ਜਗ ਜਗ ਵਿਚਾਰ ਵਿੱਚ ਨਾ ਹੈ ਜਦ ਤੇ ਉਹ ਮਿੱਤਰਾਂ ਦੀ ਜਨ ਹੀ ਮਹਿਲ ਨੂੰ ਹੈ ਉਹ ਹਰੀ ਦੇ ਜਨਾਂ ਚ ਤੇ ਹਰੀ ਚ ਕੋਈ ਅੰਤਰਾ ਨਹੀਂ ਹੈ ਭੇਦ ਭਾਵ ਨਹੀਂ ਹੈ ਨਾਨਕ ਸਾਚੀ ਮਾਤ ਇਹ ਸਾਡੀ ਸੱਚੀ ਸਿੱਖਿਆ ਮੰਨ ਲਓ ਗੁਰੂ ਕੇ ਸਿੱਖੋ ਗੁਰਦੇਵ ਬਹਾਦਰ ਜੀ ਕਹਿੰਦੇ ਮਨ ਮਾਇਆ ਮੈਂ ਵੱਧ ਰਹੇ ਹੋ ਇਹ ਸੁੱਤੇ ਸਿੱਧ ਹੀ ਮਨ ਹੈ ਜਿਹੜਾ ਮਾਇਆ ਵਿੱਚ ਫਸਿਆ ਹੋਇਆ ਹੈ ਵਿਸਰਿਓ ਗੋਬਿੰਦ ਨਾਮ ਇਹਨੂੰ ਇਹਦਾ ਨੁਕਸਾਨ ਕੀ ਹੋਇਆ ਮਾਇਆ ਵਿੱਚ ਫਸਣ ਦਾ ਪਰਮੇਸ਼ੁਰ ਦਾ ਨਾਮ ਭੁੱਲ ਗਿਆ ਮਹਾਂਪੁਰਖਾਂ ਦਾ ਸਾਹਿਬ ਜਾਂਦਾ ਹੈ ਸੱਤ ਕਹਿੰਦੇ ਭਗਵਾਨ ਸਿਆ ਕੋਈ ਇੱਛਾ ਤਾਂ ਨਹੀਂ ਮੈਂ ਤਾਂ ਸਾਰੀ ਜ਼ਿੰਦਗੀ ਬਿੰਦੂਆਂ 'ਚ ਰਿਹਾ ਹਾਂ ਸੰਤ ਕਹਿੰਦੇ ਕਿ ਅਸੀਂ ਅਸੰਗਾਂ ਨੂੰ ਪੜ੍ਹਾਉਂਦੇ ਹਾਂ ਜਾਂ ਇਹ ਸਾਡੇ ਆਸਰੇ ਹਨ ਹੱਥ ਜੋੜ ਕੇ ਕਹਿੰਦੇ ਭਾਈ ਖਾਲਸਾ ਜੀ ਮੈਂ ਤੁਹਾਡੇ ਆਸਰੇ ਰਹਿੰਦਾ ਕਹਿੰਦੇ ਭਗਵਾਨ ਕੋਈ ਇੱਛਾ ਤਾਂ ਨਹੀਂ ਹੋਊਗਾ ਤਾਂ ਜੀ ਵੀ ਸਾਡੇ ਪਿਓ ਨੇ ਪਾਲਿਆ ਨਹੀਂ ਕਹਿੰਦੇ ਮਹਾਰਾਜ ਮਾਇਆ ਦੀ ਤਾਂ ਪੁੱਤ ਹੈ ਕਹਿੰਦੇ ਦੇਖ ਲਾ ਮਾਇਆ ਅਜੂ ਪਰ ਪਰਮੇਸ਼ਰ ਨੂੰ ਭਲਾ ਦੋ ਕਿਤੇ ਕੋਈ ਕਮੀ ਤਾਂ ਨਹੀਂ ਰਹੇਗੀ ਪਰ ਦੇਖਦਾ ਜੇ ਮਾਇਆ ਮੰਗੇਗਾ ਪਰਮੇਸ਼ੁਰ ਭੁੱਲ ਜਾਵੇਗਾ ਇਹ ਬਰਾਦੀ ਤਿਆਗੀ ਮਹਾਂਪੁਰਖਾਂ ਦਾ ਸਭ ਚੰਗੀ ਦਿਨ ਹੈ ਸੁਰਾ ਵਿਚਾਰ ਆਪ ਜੀ ਕਹਿੰਦੇ ਹਰ ਕਰੋ ਭਗਤੀ ਇਹੀ ਪਰਮੇਸ਼ੁਰ ਦੇ ਨਾਮ ਨੂੰ ਭੁਲਾ ਦਿੰਦੀ ਹੈ ਮਾਇਆ ਨਾਨਕ ਬਿਨ ਹਰ ਭਜਨ ਮਹਾਰਾਜ ਗੁਰਦੇਵ ਬਹਾਦਰ ਸਿੰਘ ਹਰੀ ਦੇ ਭਜਨ ਤੋਂ ਬਿਨਾ ਜੀਵਨ ਕੌਂਤੇ ਤਨ ਚੇਤਨ ਚੇਤਨ ਹਿੱਤ ਦੀ ਉਹਨਾਂ ਭੁਗਤ ਹਿੱਤ ਗੋਬਿੰਦ ਦੀ ਚਿੰਤਨ ਕਰਨ ਵਾਸਤੇ ਸਰੀਰ ਪਰਮੇਸ਼ੁਰ ਦਿੱਤਾ ਹੈ ਨਹੀਂ ਫਿਰ ਕਿਸ ਕੰਮ ਹੈ ਸਰੀਰ ਜੇ ਚਿੰਤਨ ਨੇ ਕੀਤਾ ਪ੍ਰਾਣੀ ਰਾਮ ਦਾ ਚਿੰਤਨ ਇਹ ਪ੍ਰਾਣਾਧਾਰੀ ਜੀਵ ਤੋਂ ਰਾਮ ਦਾ ਚਿੰਤਨ ਨਹੀਂ ਕਰਦਾ ਮਨ ਮਾਇਆ ਕੈ ਅੰਤ ਕਿਉਂ ਨਹੀਂ ਕਰਦਾ ਤੇਰੇ ਤੇ ਪ੍ਰਭਾਵ ਹੈ ਮਾਇਆ ਦਾ ਸਰਪਣੀ ਤੇ ਉੱਪਰ ਨੇ ਬਲੀਆ ਜਿਨ ਬ੍ਰਹਮਾ ਵਿਸ਼ਨੂੰ ਮਹਾਦੇਵ ਛੱਡੀਆ ਮਦ ਮਾਇਆ ਕੇ ਅੰਤ ਮਾਇਆ ਦੇ ਹੰਕਾਰ ਨਾਲ ਚੁੰਦਾ ਹੋਇਆ ਹੈ ਸੁੱਖ ਦੇ ਵਿੱਚ ਬੜੇ ਤੇਰੇ ਇਰਦ ਗਿਰਦ ਸੰਗੀ ਕਹਿਣਗੇ ਮੈਂ ਵੀ ਸਾਥੀ ਕਹਿਣਗੇ ਦੁੱਖ ਮੈਂ ਸੰਗ ਦਾ ਕੋਈ ਜਦੋਂ ਸੰਸਾਰ ਦੁੱਖ ਆਪਣੇ ਤੇਰਾ ਸਾਥੀ ਕੋਈ ਨਹੀਂ ਹੋਵੇਗਾ ਨਾਮ ਵਧਾਇਆ ਠੰਡ ਪਾਉਣ ਵਾਲਾ ਪਰਮੇਸ਼ੁਰ ਦਾ ਨਾਮ ਹਰੀ ਦਾ ਭਜਨ ਕਰ ਅੰਤ ਸਹਾਈ ਹੋਏ ਹਰੀ ਦਾ ਨਾਮ ਹੀ ਸਹਾਇਕ ਅੰਤ ਦੇ ਸਮੇਂ ਹੋਵੇਗਾ ਜਨਮ ਜਨਮ ਪਰਮਤ ਫਿਰਿਓ ਇਹ ਜਿਹੜਾ ਜੀਵ ਹੈ ਇੱਕ ਜਨਮ ਨਹੀਂ 83 ਲੱਖ ਜਨਮਾਂ ਦੇ ਜਨਮਦਾ ਮਰਦਾ ਤੁਰਿਆ ਫਿਰਦਾ ਹੈ ਮਿਟਿਓ ਨਾ ਜਮ ਕੋ ਤਰਾਸ ਆਹ ਜਿਹੜਾ ਭੈ ਤਰਸ ਹੈ ਜੀ ਜਮ ਦਾ ਇਹਦੇ ਅੰਦਰ ਨਹੀਂ ਹੈ ਇਹ ਨਹੀਂ ਮਿਟ ਮੇਟ ਲੱਗਿਆ ਕੋਈ ਕਿਸੇ ਨੇ ਨਾਮ ਮਿਟਿਆ ਹੈ ਕਹੋ ਨਾਨਕ ਹਰ ਭਜ ਮਨਾ ਗੁਰਦੇਵ ਬਹਾਦਰ ਸਾਹਿਬ ਜੀ ਜੇ ਜਮਨ ਮਨ ਦੇ ਭੈ ਤੋਂ ਛੁੱਟਣਾ ਚਾਹੁੰਦਾ ਹਰੀ ਦਾ ਭਜਨ ਕਰ ਨਿਰਭੈ ਪਾਵਹਿ ਵਾਸ ਫਿਰ ਤੂੰ ਨਿਰਭੈ ਪਦ ਨਹੀਂ ਪਾ ਲਵੇਗਾ ਉੱਥੇ ਬਸੇਗਾ ਜਿੱਥੇ ਤੈਨੂੰ ਕੋਈ ਭੈ ਨਹੀਂ ਹੋਵੇਗਾ ਯਤਨ ਬਹੁਤ ਮੈਂ ਕਰ ਰਹੇ ਹੋ ਯਤਨ ਬੜੇ ਕੀਤੇ ਹਨ ਉਦਮ ਮਿਟਿਓ ਨਾ ਮਨ ਕੋ ਮਾਨ ਮਨ ਦਾ ਜਿਹੜਾ ਵੱਡੇ ਵੱਡੇ ਹੰਕਾਰੀਆਂ ਨਾਨਕ ਕਰਮ ਕਰੇ ਇਹ ਜਿਹੜਾ
ਜਾਣੇ ਜਿੰਨੇ ਮਰਜ਼ੀ ਯਤਨ ਕਰਦੇ ਹੋ, ਗੁਰਮਤਿ ਸਿਉ ਨਾਨਕ ਫਤਿਓ। ਇਹ ਜੀਵ ਸਰਤ ਦੀ ਖੋਟੀ ਮਤ ਦੇ ਵਿੱਚ ਫਸਿਆ ਹੋਇਆ, ਵਿਸ਼ੇ ਵਿਸ਼ਣੀ ਬੁੱਧੀ ਹੈ, ਪਦਾਰਥਾਂ ਦੇ ਸਰਤ ਦੀ ਰੁਚੀ ਰੱਖਣ ਵਾਲੀ ਵਿਸ਼ੇ ਗ੍ਰਸਤ ਬੁੱਧੀ ਕਦੇ ਵੀ ਮਾਣ ਤੋਂ ਕਾਰ ਤੋਂ ਛੁੱਟ ਨਹੀਂ ਸਕਦੀ ਹੈ। ਇਸ ਕਰਕੇ ਜੇ ਛੋਟੀ ਖੋਟੀ ਮਤ ਨਾ ਹੋਵੇ ਫਿਰ ਛੁੱਟ ਜਾਵੇ। ਰਾਖ ਲਿਹੋ ਭਗਵਾਨ, ਬੇਨਤੀ ਇਹ ਵਾਹਿਗੁਰੂ ਆਪਣੀ ਛੱਤ ਵਿੱਚ ਰੱਖ ਲਿਓ, ਆਪਣੀ ਸੰਗ ਵਿੱਚ ਰੱਖ ਲਓ, ਇੱਥੋਂ ਬਿਨਾ ਹੰਕਾਰ ਤੋਂ ਛੁੱਟਿਆ ਨਹੀਂ ਜਾਂਦਾ। ਬਾਲ ਜਵਾਨੀ ਆਰ ਬਿਰਦ ਮੁਨ, ਆ ਸਰੀਰ ਦੀਆਂ ਰਾਤਾਂ ਪਹਿਲਾਂ ਵੀ ਆਪਾਂ ਵਿਚਾਰ ਚੁੱਕੇ ਹਾਂ, ਬਾਲਕ ਰਾਤਾਂ ਵੀ ਦੇਹ ਦੀ ਹੋਈ ਹੈ, ਜਵਾਨੀ ਵੀ ਸਰੀਰ ਤੇ ਹੀ ਆਈ ਹੈ, ਬਿਰਦ ਵਰਤਾ ਵੀ ਇਹੀ ਸੜਕਣ ਦੇ ਪੈ ਰਹੇ ਦੇ ਦੀਨ ਅਵਸਥਾ ਜਾਣ। ਜਾਣ ਲਓ ਭਾਈ ਦੇਹ ਦੀਆਂ ਤਿੰਨ ਵਰਤਾਂ ਹਨ, ਕਉ ਨਾਨਕ ਹਰਿ ਭਜਨ ਬਿਨ, ਗੁਰਦੇ ਬਹਾਦਰ ਸਾਹਿਬ ਦੀਆਂ ਤਿੰਨੇ ਹੀ ਵਰਤਾਂ ਹਰੀ ਦੇ ਭਜਨ ਤੋਂ ਬਿਨਾ ਬਿਰਥਾ ਸਭ ਹੀ ਮਾਨ। ਸਾਰੀਆਂ ਹੀ ਭਾਈ ਦਸਮਰਾ ਬਾਲਕ ਵਰਤਾ ਵੀ ਨਿਖਿਧ ਹੈ, ਜੁਆ ਵੀ ਉਹਦੀ ਵਿਅਰਥ ਚਲੀ ਗਈ, ਬੁਢੇਪਾ ਵੀ ਸੱਤ ਨਹੀਂ ਕੁਛ ਲੇਖੇ ਨਹੀਂ। ਸਾਰੇ ਕਾਰੋਬਾਰ ਮਾਈ ਦੀ ਰਚਨਾ ਦੇ ਸਭ ਮਕਾਨ ਵਗੈਰਾ ਬਣਾਏ, ਲੇਕਿਨ ਜੋ ਕਰਨਾ ਸੀ ਉਹ ਕੁਝ ਨਹੀਂ ਕੀਤਾ। ਕਰਨਾ ਕੀ ਸੀ? ਭਜਨ ਕਰਨਾ ਸੀ, ਸੰਗਤ ਦੀ ਸੇਵਾ ਕਰਕੇ ਸਰੀਰ ਨੂੰ ਸਫਲ ਕਰਨਾ ਸੀ, ਕਰਤਾ ਜੀ ਚਿੰਤਨ ਕਰਕੇ ਮਨ ਨੂੰ ਸਭ ਚੰਗੀ ਸੋਧਣਾ ਸੀ, ਇਹ ਕਰਨਾ ਕਰਿਆ ਨਹੀਂ। ਕਰਨਾ ਹੱਥੋਂ ਤੋਂ ਨਾ ਕੀਓ, ਅੰਤ ਨੂੰ ਕੀ ਹੋਇਆ? ਫਸਿਆ ਫਸਿਆ ਲੋਭ ਦੇ ਪਾਈ ਚ ਫਸਿਆ ਹੈ, ਲੋਭ ਲਹਿਰ ਅਸਲੀ ਦਰਵਾਜ਼ਾ ਤਾਇਆ ਡੁੱਬਿਆ ਕੇ ਸੁਭਾ ਸੰਸਾਰ ਦੇ ਚਾਰ ਗੁਣ ਦੇ ਬਾਤਾਰ ਦਾ ਬਾਪ ਵੀ ਕੀਤਾ, ਭਗਤਾਂ ਨੇ ਵੀ ਆਵਾਜ਼ਾਂ ਮਾਰੀਆਂ ਹਨ। ਨਾਨਕ ਸਮੇਂ ਰਮ ਗਏ, ਇਸ ਵੇਲੇ ਜਿਹੜਾ ਸਮਾਂ ਸੀ ਮਰਸ਼ ਰਹੀ ਦਾ ਰਮ ਗਿਆ ਲੰਘ ਗਿਆ ਹੈ। ਆਪ ਕਿਉਂ ਰੋਵਤ ਅੰਤ, ਹੇ ਅਗਿਆਨੀਆਂ ਹੁਣ ਕਿਉਂ ਰੋਣਾ ਹੈ? ਰੋਣ ਹੀ ਤੇਰੇ ਪੱਲੇ ਰਹੇਗਾ। ਮਨ ਮਾਇਆ ਮੈਂ ਰਮ ਰਹੇ, ਮਾਇਆ ਵਿੱਚ ਇੰਨਾ ਰੁੱਝਿਆ ਹੋਇਆ ਹੈ ਮਨ, ਨਿਕਸਤ ਨਾਹਿਨ ਮੀਤ, ਹੇ ਮੇਰੇ ਮਿੱਤਰ ਪਿੱਤਰ ਪਿਆਰੇ ਗੁਰੂ ਦੇ ਸਿੱਖੋ, ਨਹੀਂ ਨਿਕਲ ਸਕਦਾ ਇਹ ਮਾਇਆ ਵਿੱਚੋਂ। ਨਾਨਕ ਮੂਰਤ ਚਿੱਤਰ ਦਿਓ, ਚਾਂਦ ਚਿੱਤਰ ਦੇ ਕਿਵੇਂ ਵਿੱਚ ਫਸਿਆ ਹੋਇਆ ਮਾਇਆ ਦੇ, ਜਿਵੇਂ ਕੋਈ ਚਿੱਤਰਕਾਰੀ ਮੂਰਤ ਦੀ ਕਰਦੀ ਹੈ ਕੰਧ ਦੇ ਉੱਤੇ, ਉਹਨੂੰ ਆਪਾਂ ਲਾਹ ਨਹੀਂ ਸਕਦੇ, ਕੰਧ ਢਹਿ ਜੇ ਫਿਰ ਉਹ ਵੀ ਖਤਮ ਹੋ ਜਾਵੇਗੀ। ਇੰਨਾ ਇਹ ਚਿਮੜਿਆ ਹੋਇਆ ਮਨ ਮਾਇਆ ਦੇ ਨਾਲ, ਸਾਡਕ ਨਾਹਿਨ ਭੀਤ, ਜਿਵੇਂ ਕੰਧ ਨਹੀਂ ਛੱਡਦੀ ਉਸ ਮੂਰਤੀ ਨੂੰ, ਮੂਰਤੀ ਨਹੀਂ ਛੱਡਦੀ ਕੰਧ ਨੂੰ, ਦੋਨੋਂ ਇੱਕ ਮਿੱਕ ਹੁੰਦੀਆਂ, ਐ ਮਾਇਆ ਦਾ ਰੂਪੀ ਘਰ ਹੀ ਬੈਠਾ ਹੈ ਮਨ। ਨਾਲ ਚਾਹਤ ਕਛ ਔਰ, ਨਾਲ ਹੀ ਆਪ ਜੀ ਕੀ ਕਹਿੰਦੇ, ਜਿਹੜਾ ਜੀਵ ਹੈ ਕੀ ਚਾਹੁੰਦਾ ਹੈ? ਇਹ ਆਪਣੇ ਪਦਾਰਥ ਚਾਹੁੰਦਾ ਹੈ, ਸੁੱਖ ਚਾਹੁੰਦਾ, ਬਹੁਤਾ ਚਿਰ ਜੀਵਨਾ ਚਾਹੁੰਦਾ ਹੈ, ਤੰਦਰੁਸਤੀ ਚਾਹੁੰਦਾ ਹੈ, ਬਹੁਤ ਪਦਾਰਥ ਚਾਹੁੰਦਾ ਹੈ। ਔਰੇ ਕੀ ਔਰੇ ਭਾਈ, ਇਹੋ ਨਹੀਂ ਪਤਾ ਵੀ ਹੋਰ ਦੀ ਹੋਰ ਉੱਤੇ ਮੌਤ ਆ ਰਹੀ ਹੈ, ਇਹ ਨਹੀਂ ਇਸਦੇ ਮਨ ਵਿੱਚ। ਜਿਤਵਤ ਰਹਿਓ ਠਗੌਰ, ਜਿਤਦਾ ਰਿਹਾ ਲੋਕਾਂ ਨੂੰ ਠੱਗੀ ਕਿਵੇਂ ਮਾਰਨੀ ਹੈ? ਠਗੋਰੀ ਮਾਇਆ ਨੂੰ ਵੀ ਕਹਿੰਦੇ ਹੈ, ਹਰ ਵੇਲੇ ਮਾਇਆ ਦਰ ਗਿਣਤੀ ਹੋ ਰਹੀ ਹੈ, ਜਿਤਵਦਾ ਹੈ। ਨਾਨਕ ਫਾਸੀ ਗੱਲ ਪਰੀ, ਆਹੀ ਜਦੋਂ ਅੰਤ ਹੈ ਸਰੀਰ ਦੀ ਦਾ, ਅੰਤ ਨੂੰ ਗੱਲ ਦੇ ਵਿੱਚ ਮਾਇਆ ਪਾਈ ਪੈ ਜਾਂਦੀ ਹੈ ਜਵਾਣੀ। ਯਤਨ ਬਹੁਤ ਸੁੱਖ ਕੇ ਕੀਏ, ਬੜੇ ਯਤਨੇ ਉਦਮ ਕੀਤੇ ਕਿ ਮੈਨੂੰ ਸੁੱਖ ਮਿਲੇ, ਸੁੱਖ ਮਿਲੇ। ਦੁੱਖ ਕੋ ਕੀਓ ਨਾ ਕੋ, ਸਾਰੀ ਜ਼ਿੰਦਗੀ ਖਾਲਸਾ ਜੀ ਕਦੇ ਕਿਸੇ ਨੇ ਕਿਹਾ ਵੀ ਮੈਨੂੰ ਦੁੱਖ ਦੀ ਪ੍ਰਾਪਤੀ ਹੋਵੇ? ਸਾਰੀ ਜ਼ਿੰਦਗੀ ਸੁੱਖ ਦੇ ਯਤਨ ਕੀਤੇ, ਲੇਕਿਨ ਸੁੱਖ ਲਿਆ ਮੰਗਿਆ ਕਿਹੜਾ? ਸੁੱਖ ਮੰਗਿਆ ਖਾਲਸਾ, ਸੁੱਖ ਨਾਲ ਹੀ ਬਹੁਤੇ ਤਨ ਖਾਟੇ, ਸੁੱਖ ਨਾ ਹੀ ਵੇਖੇ ਸਿਰਫ ਨਾਟੇ, ਸੁੱਖ ਨਾ ਹੀ ਪੌਦੇ ਸੁਖਮਾਏ, ਸਰਬ ਸੁੱਖਾ ਹਰ ਹਰ ਗੁਣ ਗਾਏ। ਉਹ ਹਰੀ ਦੇ ਗੁਣਾਂ ਨੂੰ ਲਗਾਤਾਰ ਸੱਚੇ ਪਾਤਸ਼ਾਹ ਉਹਦੇ ਨੂੰ ਪ੍ਰੇਰ ਰਹੇ ਨੇ, ਹਰੀ ਦਾ ਚਿੰਤਨ ਕਰੋ, ਗੁਰੂ ਦੇਖੋ ਜੇ ਅਚਲ ਸੁੱਖ ਪ੍ਰਾਪਤ ਕਰਨਾ। ਪਦਾਰਥ ਸੁੱਖ ਹੈ ਜਿਹੜਾ, ਉਹ ਸਦਾ ਅਚਲ ਨਹੀਂ ਹੈ, ਬੜੇ ਯਤਨ ਕੀਤੇ ਸੁੱਖ ਦੀ ਪ੍ਰਾਪਤੀ ਦੇ। ਦੁੱਖ ਕੋ ਕੀਓ ਨਾ ਕੋ, ਦੁੱਖ ਦੀ ਪ੍ਰਾਪਤੀ ਤਾਂ ਸੁਪਨੇ ਵਿੱਚ ਵੀ ਇੱਛਾ ਨਹੀਂ ਰੱਖੀ ਇਸਨੇ। ਕਹੋ ਨਾਨਕ ਸੁਣ ਰੇ ਮਨਾ, ਇਹ ਮੇਰੇ ਪਿਆਰੇ ਮਨਾ,
ਕੁੱਤਿਆਂ ਦਾ ਸੂਰਾਂ ਨਾਲੋਂ ਵੀ ਸਿੱਧ ਹੈ। ਸਵਾਮੀ ਕੋ ਗ੍ਰਿਹੋ ਦਿਓ ਸਭਾ ਅਗਲੀ ਪੰਕਤੀ ਅਗਲੇ ਸਲੋਕ ਚਾਰ ਵੀ ਜਿੰਨਾ ਕਰਦੇ ਹਨ ਜਿਵੇਂ ਬਾਲਕ ਦਾ ਜਿਹੜਾ ਘਰ ਹੈ ਸਦਾ ਵਾਸਤੇ ਸਵਾਨ ਤਜਤ ਨਹੀਂ ਨਿਤ ਜਿਹਦਾ ਪਤੀ ਹਾਜ਼ਰ ਰਹਿੰਦਾ ਕੁੱਤਾ ਕਦੇ ਵੀ ਆਪਣੇ ਘਰ ਨੂੰ ਮਾਲਕ ਦੇ ਤੇ ਚੜਦਾ ਨਹੀਂ। ਨਾਨਕ ਇਹ ਬਿਦ ਹਰ ਭਜੋ ਉਹਦਾ ਭਾਵੇਂ ਨਾਦਰ ਹੋਈ ਜਾਵੇ ਮਾਲਕ ਚਾਹੇ ਭੁੱਖਾ ਰੱਖੇ ਭਾਵੇਂ ਛੋਟੀ ਮਾਰੇ ਉਹ ਨਹੀਂ ਛੱਡਦਾ। ਇਸ ਕਰਕੇ ਦੁੱਖ ਸੁੱਖ ਦੇ ਅੰਦਰ ਹਰੀ ਦਾ ਚਿੰਤਨ ਨਾ ਕਦੇ ਵੀ ਤਿਆਗੋ ਭਜਨ ਕਰੋ। ਇੱਕ ਮਨ ਹੋਏ ਇੱਕ ਚਿੱਤ ਨਾਲੇ ਇੱਕ ਮਨ ਨਾਲੇ ਇੱਕ ਚਿੱਤ ਗੁਰਬਾਣੀ ਭਾਈ ਡੂੰਘੀ ਤੋਂ ਡੂੰਘੀ ਵੀ ਹੈ ਸੁਖੈਨ ਤੋਂ ਸੁਖੈਨ ਵੀ ਹੈ। ਦੁਨੀਆਂ ਦੇ ਉੱਤੇ ਬੜੀ ਦੁਨੀਆਂ ਦੇ ਕਥਾ ਸਦੋਏ ਫਿਰਦੇ ਮਹਾਂਪੁਰਖਾਂ ਤੋਂ ਬਲਿਹਾਰ ਜਾਈਏ ਕਥਾ ਹੀ ਉਹਦਾ ਨਾਂ ਹੈ। ਇੱਕ ਪਦ ਵੀ ਕੋਈ ਅਰਥ ਕਰਨ ਤੋਂ ਬਿਨਾਂ ਨਾ ਰਹੇ ਗੱਲਾਂ ਬਾਤਾਂ ਦਾ ਨਾ ਪਤਾ ਨਹੀਂ। ਇਸੇ ਕਰਕੇ ਦੂਸਰੀ ਸੰਪਰਦਾ ਦੇ ਪ੍ਰੇਮੀ ਬੜਾ ਭਾਰੀ ਥਾ ਚੰਗੀ ਵੱਧ ਘੱਟ ਬੋਲਦੇ ਕਹਿੰਦੇ ਕਥਾ ਦੀ ਲੋੜ ਹੀ ਇਕੱਲੇ ਕੀਰਤਨ ਦੀ ਲੋੜ ਹੈ। ਲੇਕਿਨ ਉਹ ਨਹੀਂ ਪਤਾ ਸੰਸਾਰ ਦੇ ਅੰਦਰ ਕਥਾ ਨੂੰ ਵੀ ਸਤਿਕਾਰ ਹੈ ਔਰ ਕੀਰਤਨ ਨੂੰ ਵੀ ਸਤਿਕਾਰ ਹੈ। ਹਰ ਸੰਗਤ ਜੀ ਉਹ ਕਿਸੇ ਹੱਦ ਤੱਕ ਜਦੋਂ ਦੇਖਦੇ ਨੇ ਵੱਧ ਘੱਟ ਨਹੀਂ ਮਨੋਰਜੀ ਲੋਕਾਂ ਦੀ ਕਥਾ ਫਿਰ ਉਹਨਾਂ ਦੇ ਮੂੰਹੋਂ ਵੀ ਨਿਕਲਦਾ ਕਥਾ ਦੀ ਲੋੜ ਨਹੀਂ। ਲੇਕਿਨ ਕਥਾ ਕਰ ਸਾਰੀ ਉਮਰ ਦੀਆਂ ਘੁੱਟਾਂ ਹਨ ਨਰੋਲ ਗੁਰਬਾਣੀ ਦੇ ਅੰਦਰ ਨਾ ਦੇਸ਼ ਵਾਸਤਾ ਹੈ ਨਾ ਕੋਈ ਰਾਜ ਵਾਸਤਾ ਹੈ। ਇਹ ਤਾਂ ਪਰਮੇਸ਼ਰ ਕਿੱਥੇ ਸਤਸੰਗ ਜੀ ਕੋਈ ਪੰਕਤੀ ਹੈ ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਹੈ ਔਰ ਸਿਮਰਨ ਕੋਈ ਵੱਖਰਾ ਨਹੀਂ ਗੁਰਬਾਣੀ ਨਾਲੋਂ ਸਦਾ ਵਾਸਤੇ ਗੁਰਬਾਣੀ ਸਿਮਰਨ ਰੂਪ ਹੈ। ਬੜੋ ਪੰਕਤੀ ਰਹੀ ਨਾਨਕ ਇਹ ਬਿਦ ਹਰ ਭਜੋ ਇਸ ਵਿਧੀ ਨਾਲ ਹਰੀ ਦਾ ਚਿੰਤਨ ਕਰੋ। ਇੱਕ ਮਨ ਹੋਏ ਇੱਕ ਚਿੱਤ ਇੱਕ ਮਨ ਹੋਏ ਚ ਅੰਤ ਸ਼ਕਣ ਦੀਆਂ ਬਿਰਤੀਆਂ ਨੂੰ ਸਤਸੰਗ ਜੀ ਮਨ ਬੁੱਧ ਚਿੱਤ ਹੰਕਾਰ ਆਪਣੀ ਚਿਤਕਨੀ ਨੂੰ ਵੀ ਏਕਤਾ ਗਜਾ ਕੇ ਆਪਦੇ ਮਨ ਦੇ ਫੁਰਨੇ ਨੂੰ ਵੀ ਏਕਤਾ ਗਜਾ ਕੇ ਭਜਨ ਕਰੋ। ਜੁਗਤੀ ਦੱਸਦੇ ਆਪ ਜੀ ਤੀਰਤ ਵਰਤੇ ਅਰਦਾਨ ਕਰ ਨਾਲ ਵੀ ਕਦੇ ਵੀ ਕੋਈ ਸਾਧਨ ਕਰਕੇ ਕੋਈ ਸੇਵਾ ਕਰਕੇ ਭਜਨ ਕਰਕੇ ਹੰਗਤਾ ਨਹੀਂ ਧਾਰਨੀ। ਜੇ ਕੋਈ ਤੀਰਥ ਯਾਤਰਾ ਕਰਦਾ ਹੈ ਔਰ ਵਰਤ ਰੱਖਦਾ ਵਰਤੀ ਵਰਤ ਰਹੇ ਨੇ ਤਾਂ ਵਰਤ ਰੱਖਦਾ ਕੀ ਨੁਸਕਾਮ ਰਹਿੰਦਾ ਭਜਨ ਕਰਕੇ ਕੁਝ ਮੰਗਦਾ ਨਹੀਂ ਹੈ ਇਸ ਤਰ੍ਹਾਂ ਦਾ ਵਰਤ ਰੱਖਦਾ ਹੈ। ਗੁਰਮੁਖ ਵੀ ਸਤਸੰਗਤ ਜੀ ਜੋ ਜੇ ਕੋਈ ਵਰਤ ਰੱਖ ਕੇ ਹੰਕਾਰ ਕਰੇ ਨਾਲੇ ਕੋਈ ਤੀਰਥ ਯਾਤਰਾ ਕਰਕੇ ਹੋਮੈ ਧਾਰੇ ਤੀਰਥ ਵਰਤ ਮਨ ਮੈਂ ਧਰੈ ਗੁਮਾਨ ਔਰ ਦਾਨ ਕਰਕੇ ਮਨ ਚ ਹੰਕਾਰ ਕਰਦਾ ਹੈ ਨਾਨਕ ਦੇਹ ਪਲ ਜਾਤ ਤੇਹ ਉਹਦੇ ਵਰਤ ਰੱਖੇ ਤੀਰਥ ਯਾਤਰਾ ਕੀਤੀ ਹੋਈ ਦਾਨ ਕੀਤਾ ਨਿਤ ਪੁਜਾ ਜਾਂਦਾ ਹੈ। ਹਾਥੀ ਦਾ ਇਸ਼ਨਾਨ ਕਰਦੀਏ ਉਹ ਤੁਹਾਡੇ ਨਾਲ ਫੇਰ ਧੂੜ ਉੱਤੇ ਪਾ ਲੈਂਦਾ ਲਿਟ ਜਾਂਦਾ ਹੈ। ਸਿਰ ਕੰਬਿਓ ਪਗ ਡਗ ਪਗੇ ਦੇਖੋ ਉਸਦੀ ਅਵਸਥਾ ਕੈਸੀ ਹੈ ਸਿਰ ਵੀ ਕੰਬਣ ਲੱਗ ਗਿਆ ਪੈਰ ਵੀ ਥਿਰਕਣ ਲੱਗ ਗਏ ਬਿਰਧ ਅਵਸਥਾ ਆ ਗਈ। ਨੈਣ ਜੋਤ ਤੇਹੀ ਆ ਨੇਤਰਾਂ ਚ ਕੀ ਸੋਹਣੀ ਨਿਗਾ ਸੁਰਮਾ ਪਾ ਪਾ ਕੇ ਥਰ ਥਰੀ ਤੱਕਦਾ ਸੀ ਇਹ ਵੀ ਇਹਨਾਂ ਦੇ ਅੰਦਰ ਵੀ ਪ੍ਰਕਾਸ਼ ਘੱਟ ਗਿਆ ਹੈ। ਫਿਰ ਵੀ ਨਾਮ ਰੱਦ ਨਹੀਂ ਲਿਆ ਇਸਨੇ ਦੇਖਿਓ ਜਗ ਤੋਂ ਮੈਂ ਦੇਖੋ ਗੁਰੂ ਤੇਗ ਬਹਾਦਰ ਜੀ ਬੁਲੰਦ ਵਾਜਨਾ ਕਹਿੰਦੇ ਨਿਰਣਾ ਕਰਦੇ ਆਪਣੇ ਬਣਾ ਬਣਾ ਜਗ ਦੇ ਬੜੇ ਲੋਕਾਂ ਨੇ ਦੇਖਿਆ ਉਹ ਵੀ ਮੇਰਾ ਆਪਣਾ ਉਹ ਵੀ ਆਪਣਾ ਉਹ ਕਾਹੂ ਕੋ ਨਾਹੀ ਕੋਈ ਵੀ ਕਿਸੇ ਦਾ ਨਹੀਂ ਖਰਚਾ ਜੀ ਨਾਨਕ ਫਿਰ ਹਰ ਭਗਤ ਹੈ ਔਰ ਆਪਣਾ ਕੌਣ ਵਾਹਿਗੁਰੂ ਦੀ ਉਪਾਸ਼ਨਾ ਹੈ ਉਹ ਥਿਰ ਰਹਿਣ ਵਾਲੀ ਹੈ ਆਪਾਂ ਨੂੰ ਵੀ ਥਿਰ ਕਰਨ ਵਾਲੀ ਹੈ ਤੇ ਰੱਖੋ ਮਨ ਮਾਹੀ ਉਸ ਨੂੰ ਸੱਚ ਦੀ ਮਨ ਵਿੱਚ ਸਥਿਤ ਕਰਕੇ ਰੱਖੋ ਟਿਕਾ ਕੇ ਜਗ ਰਚਨਾ ਸਭ ਝੂਠ ਹੈ ਸੰਸਾਰ ਦੀ ਰਚਨਾ ਹੈ ਜਾਣ ਲੈ ਹੋਰੇ ਮੀਤ ਜਾਣ ਲਓ ਭਾਈ ਇਹ ਝੂਠੀ ਹੋਈ ਹੈ ਹਰ ਸਾਰੀ ਮਿੱਥਿਆ ਹੈ ਝੂਠੀ ਨਹੀਂ ਹੈ ਝੂਠੀ ਵਸਤੂ ਦਿਸਦੀ ਨਹੀਂ ਪਰ ਇਹ ਸੰਸਾਰ ਦੀ ਰਚਨਾ ਦਿਸ ਰਹੀ ਹੈ ਜਿਹਦੇ ਚ ਪਰਚੇ ਹੋਏ ਹਾਂ ਇਸ ਨੂੰ ਮਿੱਥਿਆ ਉਹ ਵਸਤੂ ਹੁੰਦੀ ਹੈ ਦਿਸੇ ਸਹੀ ਪਰ ਹੋਵੇ ਨਾ ਜਿਵੇਂ ਮਿਰਗ ਦਿਸ਼ਾ ਦਾ ਪਾਣੀ ਆ ਗਰਮੀਆਂ ਦੀ ਰੁੱਤ ਚ ਸੜਕ ਦੇ ਉੱਤੇ ਦੇਖੋ ਐਂ ਜਿਵੇਂ ਪਾਣੀ ਦੀਆਂ ਨਹਿਰਾਂ ਹੁੰਦੀਆਂ
ਪਰ ਹੁੰਦਾ ਤਾਂ ਨਹੀਂ ਕਿਸੇ ਜੱਟ ਨੇ ਖੇਤਾਂ ਨਹੀਂ ਦਿੰਦਿਆ ਹੈ, ਮਿਰਗ ਨੇ ਪਿਆਸ ਤਾਂ ਨਹੀਂ ਬੁਝਾਈ, ਇਹ ਸੰਸਾਰ ਮਿੱਥਿਆ ਹੈ। ਦ੍ਰਿਸ਼ਟੀ ਗੋਚਰ ਹੈ ਮਿੱਥਿਆ ਕਰ ਮਾਇਆ ਤੀ ਸੁਖ ਸਹਿਜ ਵਿਚਾਰ, ਐਸੀ ਵਰਤਾ ਗੁਰਮੁਖ ਸਾਹਿਬ ਧੁਨੀ ਗ੍ਰਹਿਣ ਕਰਦੇ ਸਨ। ਸੋ ਆਪ ਜੀ ਪੜੋ ਪੰਕਤੀ ਹੇ ਮਿੱਤਰ ਜਾਣ ਲਓ ਭਾਈ, ਇਹ ਸੰਸਾਰ ਜਿਹੜਾ ਇਹ ਮਿੱਥਿਆ ਝੂਠਾ ਹੈ। ਸੰਸਾਰ ਦੇ ਅੰਦਰ ਬੱਚੇ ਜਨਮ ਲੈਂਦੇ, ਇੰਨੇ ਮਰਦੇ ਇੱਕ ਮਿੰਟ ਵਿੱਚ। ਅੱਜ ਤਾਂ ਬੰਦਿਆਂ ਦੀਆਂ ਸੋਚ ਲਈਆਂ ਤੁਸੀਂ, ਜਿਹੜੇ ਹੋਰ ਜੀਵ ਨੇ ਵੀ ਇਸ ਕਰਕੇ ਸ਼ਿਵ ਸੰਸਾਰ ਵਿੱਚ ਅਨੇਕਾਂ ਜੀਵ ਪੱਥੋਂ ਹੁੰਦੇ, ਅਨੇਕਾਂ ਪੈਦਾ ਹੁੰਦੇ, ਜਦੋਂ ਅੱਖ ਵਿੱਚ ਖੋਲੀ ਉਹ ਹੋਰ ਸੰਸਾਰ ਨਹੀਂ ਆਇਆ। ਇਸ ਕਰਕੇ ਭਾਈ ਇਹ ਸੰਸਾਰ ਮਿੱਥਿਆ ਹੈ। ਬਾਲੂ ਕੀ ਭੀਤ, ਰੇਤ ਦੀ ਕੰਧ, ਰੇਤ ਦੀ ਕੰਧ ਨਾ ਹੋਸ਼ੇ ਤੇ ਪ੍ਰੀਤ ਹੋਈ ਨਾ ਹੋਈ ਹੈ। ਜਿਵੇਂ ਰੇਤੇ ਦੀ ਕੰਧ ਕੋਈ ਬਣਾ ਲਵੇ ਪਾਣੀ ਦੇ ਆਸਰੇ, ਜਦੋਂ ਹਵਾ ਨੇ ਪਾਣੀ ਚੋਂ ਬਣਾ ਦਿੱਤਾ ਰੇਤਾ ਖਿੰਡ ਜਾਵੇਗਾ। ਇਸ ਤਰ੍ਹਾਂ ਦੀ ਦੇਹ ਦੀ ਹਾਲਤ ਹੈ। ਰਾਮ ਗਯੋ ਰਾਮਨ ਗਯੋ, ਸਤਸੰਗ ਜੀ ਆਪ ਜੀ ਅੱਗੇ ਕੀ ਕਹਿ ਰਹੇ ਨੇ। ਪ੍ਰਾਗ ਵੀ ਉਪਦੇਸ਼ ਦੇ ਵੱਡੇ ਵੱਡੇ ਜਿਨ੍ਹਾਂ ਨੇ ਕਾਰਡ ਪਾਵੇ ਨਾ ਉਹਨੇ ਜੀ ਨਾਉਣ ਵਰਗੇ ਨੇ, ਉਹ ਵੀ ਸਤਸੰਗ ਜੀ ਨਹੀਂ ਰਹੇ। ਰਾਮ ਗਯੋ ਰਾਵਣ ਗਯੋ, ਵੀ ਰਾਮ ਵੀ ਚਲਿਆ ਗਿਆ, ਰਾਵਣ ਤਾਂ ਭਲਾ ਚਲਿਆ ਗਿਆ, ਰਾਮ ਨਹੀਂ ਜਾਇਆ ਕਰਦਾ। ਜੇ ਰਾਮ ਚਲਿਆ ਜਾਂਦਾ ਤਾਂ ਆਪਾਂ ਕਿਹਦੇ ਆਸਰੇ ਰਹਿੰਦੇ। ਰਾਮ ਗਯੋ ਰਾਵਣ ਗਯੋ, ਸਾਕਾਰ ਰੂਪ ਜੋ ਦਰਸ਼ਦਾ ਬੇਟਾ ਰਾਮ ਜੀ, ਜਦੋਂ ਲੰਕਾ ਵਿੱਚ ਗਿਆ ਉਸ ਵੇਲੇ ਰਾਵਣ ਗਯੋ ਰਾਵਣ ਵੀ ਪ੍ਰਲੋਕ ਨੂੰ ਚਲਿਆ ਗਿਆ। ਰਾਮ ਗਯੋ ਰਾਵਣ ਗਯੋ ਪਹਿਲਾਂ ਮੁੱਖ ਅਰਥ ਹੋ ਗਈ ਹੈ ਮਹਾਂਪੁਰਖਾਂ ਦੀ ਰਚਨਾ ਦੁਆਰਾ। ਇਹ ਭਾਈ ਸੰਸਾਰ ਦੇ ਉੱਤੇ ਰਾਮ ਵੀ ਚੜਿਆ ਗਿਆ ਜੋ ਤ੍ਰੇਤੇ ਸੀ, ਔਰ ਰਾਉਣ ਵੀ ਚੜਿਆ ਗਿਆ ਸਰੀਰ ਕਰਕੇ ਰਹੇ ਨਹੀਂ। ਜਿਨ੍ਹਾਂ ਦਾ ਬੜਾ ਭਾਰੀ ਪਰਿਵਾਰ ਸੀ, ਇੱਕ ਲਖਪੂਰ ਸਵਾ ਲੱਖ ਨਾਤੀ ਤੇ ਰਾਮ ਕਰਦੀ ਅੰਨ ਬਾਸੀ, ਸਭ ਚਲੇ ਗਏ। ਕੋਈ ਵੀ ਸੰਸਾਰ ਤੇ ਚੱਲ ਨਹੀਂ ਹੈ ਰਹਿਣ ਵਾਲਾ। ਸਾਰਾ ਸੰਸਾਰ ਸੁਪਨੇ ਮਤ ਹੈ, ਐਸੀ ਆਪ ਜੀ ਨੇ ਸੱਚ ਨਹੀਂ ਸਿੱਖਿਆ। ਸਾਰੀਆਂ ਸੰਗਤਾਂ ਸੰਗਤਾਂ ਪ੍ਰਤੀ ਇਹ ਬਖਸ਼ਿਸ਼ ਕੀਤੀ, ਆਪਣੇ ਵਿਦੇਸ਼ ਵਿੱਚ ਬੈਠ ਕੇ ਇਹ ਸਾਰੀ ਗੁਰਬਾਣੀ ਭਾਵਨਾ ਦੇ ਨਾਲ ਲਿਖੀ, ਔਰ ਸੰਗਤਾਂ ਨੂੰ ਸੱਚ ਸਕਦੇ ਸੀ ਇਹ ਚਿੱਠੀ ਬਣਾ ਕੇ ਦਿੱਤੀ। ਇਹ ਸੱਚ ਜੀ ਮਾਤਾ ਨਾਨਕੀ ਜੀ ਪ੍ਰਤੀ, ਮਾਤਾ ਜੀ ਉਸ ਵੇਲੇ ਸੰਸਾਰ ਚ ਸੀਗੇ, ਉਹਨਾਂ ਪ੍ਰਤੀ ਕਹੇ ਮਾਤਾ ਜੀ ਠੀਕ ਹੈ ਤੁਸੀਂ ਦਿੱਲੀ ਵਿੱਚ ਇਸ ਤਰ੍ਹਾਂ ਧਰਮ ਦੀ ਰੱਖਿਆ ਕਰਨੀ ਹੈ, ਤਿਰਕ ਜੱਜੂ ਰਾਖਾ ਪ੍ਰਾਪਤ ਆਖਾ ਕਿੰਨਾ ਵੱਡਾ ਕਦੂ ਹੈ ਸਾਖਾ, ਫਿਕਰ ਖੋਲ ਸਰੀਰ ਸਰ ਪ੍ਰਭਰ ਕੀਆ ਪਿਆਨ, ਦੇਖ ਬਹਾਦਰ ਕੀ ਪਿਆ ਕਰੀ ਨਾ ਕਿਨੂੰ ਹਾਂ, ਦੇਖ ਬਹਾਦਰ ਕੇ ਜਲ ਭਇਓ ਜਗਤ ਤੋਂ ਸੋ ਹੈ 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 ਸਭ ਜਗ ਭਇਓ ਜੈ 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 ਸੋ। ਅੱਜ ਪਿੰਜੇ 'ਚ ਬੈਠੇ ਮਾਤਾ ਜੀ ਚਿੰਤਾ ਤਾਂ ਕੀ ਕੀਤੀ ਹੈ, ਚਿੰਤਾ ਉਸ ਗੱਲ ਦੀ ਕਰੀਏ ਜੇ ਅਣਹੋਣੀ ਹੋ ਨਹੀਂ ਹੋਣੀ ਨਹੀਂ ਸੀ ਹੋ ਗਈ, ਉਹਦੀ ਚਿੰਤਾ ਕਰਨੀ ਚਾਹੀਦੀ ਹੈ। ਇਹ ਭਾਵੀ ਹੈ ਸਭ ਤੇ ਵਰਤਦੀ ਹੈ ਮਾਰਗ ਸੰਸਾਰ, ਇਹ ਸੰਸਾਰ ਦਾ ਜਿਹੜਾ ਰਸਤਾ ਹੈ ਚਲੇ ਜਾ ਰਿਹਾ ਪਰਿਵਾਰ ਮਾਰਗ ਫਿਰ ਨਹੀਂ ਹੋਏ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਮਾਤਾ ਜੀ ਚਿੰਤਾ ਨਹੀਂ ਕਰਨੀ ਹੈ, ਚਿੰਤਾ ਚਿੰਤਾ ਸੰਗਦੀ ਗਈ ਪ੍ਰਭ ਨਾਨਕ 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 ਪਈ। ਇਸ ਵਸਤਾ ਚ ਆਪਣੇ ਮਨ ਨੂੰ ਜਵਾਬ ਮਾਤਾ ਜੀ ਸ਼ਰਾਰ ਸਿਖਾ ਦਿਓ। ਸੋ ਇਸ ਕੜੋ ਪੰਕਤੀ ਦੁਆਰਾ ਨਾਨਕ ਫਿਰ ਨਹੀਂ ਕੋਈ, ਸੰਸਾਰ ਦੇ ਉੱਤੇ ਕੋਈ ਵੀ ਅਸ਼ੁੱਧ ਨਹੀਂ ਹੈ। ਰਾਮ ਗਯੋ ਰਾਵਣ ਗਯੋ, ਸਤਸੰਗਤ ਜੀ ਹਮੇਸ਼ਾ ਵਾਸਤੇ ਬੈਰੀ ਦਾ ਵੀ ਧਿਆਨ ਧਾਰੀ ਦਾ ਹੈ, ਮਿੱਤਰ ਦਾ ਵੀ ਧਿਆਨ ਧਾਰੀ ਦਾ ਹੈ। ਰਾਉਣ ਦਾ ਧਿਆਨ ਸ੍ਰੀ ਰਾਮ ਚੰਦਰ ਜੀ ਵੱਲ, ਲੇਕਿਨ ਇਸੇ ਕਰਕੇ ਮਰਿਆ ਸੀ। ਜਦੋਂ ਉਹਦਾ ਧਿਆਨ ਭਵਿੱਖਣ ਵੱਲ ਗਿਆ ਕਿ ਮੇਰਾ ਭਰਾ ਜਿਹੜੇ ਵੈਰੀ ਦਾ ਪੱਕੀ ਹੋ ਗਿਆ, ਜਦ ਉਹਦਾ ਧਿਆਨ ਉੱਠ ਗਿਆ ਰਾਮ ਵੱਲੋਂ ਜਿਹੜੇ ਰਾਮ ਗਏ, ਉਸ ਵੇਲੇ ਇਹ ਸਰਚ ਜੀ ਖਤਮ ਹੋ ਗਿਆ, ਨਾਲ ਹੀ ਇਹਦੇ
ਕਿੰਨੇ ਸੀ ਉਹ ਸਰ ਚੰਗੇ ਸੀ ਜਿੰਨਾ ਚਿਰ ਨਹੀਂ ਸੀ ਬੋਲਦਾ। ਜਿਸ ਵੇਲੇ ਰਾਮ ਚੰਦਰ ਨੇ ਕਿਹਾ ਇਹ ਮੇਰੇ ਬਾਪ ਗਧੇ ਬੋਲ, ਉਸ ਵੇਲੇ ਹੱਸੇ ਵਾਲੇ ਬਾਪੂ ਬਣਾ ਲਿਆ ਮੈਨੂੰ ਰਾਮ ਨੇ ਤਾਂ ਉਹ ਗਧੇ ਵਾਲੇ ਕੁੱਤਾ ਹਰਸ਼ਨ ਦੇਵ ਜੀ ਜਦੇ ਪ੍ਰਾਣ ਨਿਕਲ ਗਏ। ਰਾਮ ਗਏ ਹੋ ਰਾਵਣ ਗਏ ਹੋ, ਜਿਸ ਵੇਲੇ ਰਾਮ ਗਿਆ ਲੰਕਾ ਦੇ ਅੰਦਰ ਰਾਹ ਵੀ ਬਣ ਗਿਆ, ਪੁਲ ਬਣਾ ਸਾਰੀ ਜਾਗੋ ਪਰਿਵਾਰ ਇਹਨਾਂ ਨੇ ਮਾਤਰਾ ਦੀ ਬਹੁਤ ਹੀ ਸਾਰੀ ਮੰਨ ਗਈ। ਐਸੇ ਗਿਆਨੀ ਲੋ ਸੰਪਰਦਾ ਦੇ ਅੰਦਰ ਵੀ ਮਹਾਂਪੁਰਖਾਂ ਦੀ ਰਚਨਾ ਤੋਂ ਵੀ ਬੇਅੰਤ ਭਾਈ ਗੁਰੂ ਨਾਨਕ ਦੀ ਬਾਤ ਮੈਂ ਬਾਤ ਬਾਤ ਮੈਂ ਬਾਤ ਜਿਉਂ ਕਹਿੰਦੇ ਕਿ ਬਾਤ ਮੈਂ ਬਾਤ ਬਾਤ ਮੈਂ ਬਾਤ ਗੁਰਬਾਣੀ ਦਾ ਅੰਤ ਨਹੀਂ। ਅੱਜ ਟੀਕੇ ਦੇਖੋ ਕਿੰਨੇ ਨੇ ਦੁਨੀਆਂ ਦੇ ਉੱਤੇ ਖਰਚ ਹੋਇਆ ਜੀ, ਕੀ ਪਹਿਲੇ ਟੀਕੇ ਖਰਚ ਸੀ। ਇਸ ਕਰਕੇ ਸਤਸੰਗ ਜੀ ਨਾ ਇਸਦੀ ਕਾਰਨਾ ਨਾ ਇਸਦੀ ਕਾਰਜ ਕਾਰਨ ਕਾਰਜ ਕਰਕੇ ਵਾਹਿਗੁਰੂ ਦਾ ਅੰਤ ਨਹੀਂ ਹੈ ਔਰ ਗੁਰੂ ਸਾਹਿਬ ਦੀ ਗੁਰਬਾਣੀ ਦਾ ਵੀ ਅੰਤ ਨਹੀਂ। ਇਹਨਾਂ ਸਮਝ ਲੈਣਾ ਕਿ ਗੁਰਬਾਣੀ ਇਤਨੀ ਹੋਈ ਹੈ, ਗੁਰਬਾਣੀ ਸਤਸੰਗ ਜੀ ਬਿਆਨ ਹੈ। ਆਪ ਜੀ ਅੱਗੇ ਦੱਸਦੇ ਜੋ ਉਪਜਿਓ ਸੋ ਮਿਲਸ ਹੈ, ਇਹ ਸਲੋਕ ਮਾਤਾ ਸਤਸ੍ਰੀ ਗੁਰੂ ਜੀ ਪਤੀ ਕੇ ਸੰਬੋਧਨ ਕੀਤਾ ਹੈ। ਇਹ ਸ੍ਰੇਸ਼ਟ ਸੁਭਾਅ ਵਾਲੀ ਗੁਜਰੀ ਜੋ ਉਪਜੇ ਸੋ ਮਿਲਸ ਹੈ, ਜਿਤਨੇ ਸਰੀਰ ਪੈਦਾ ਹੋਏ ਨੇ ਮਾਤ ਲੋਕ ਦੇ ਅੰਦਰ ਸਾਰੇ ਨਾਸ ਹੋਣਗੇ। ਪਰਸੋਂ ਜਾਂ ਅੱਜ ਜਾਂ ਕੱਲ ਪਰ ਉਹ ਡਿੱਗ ਪੈਣਗੇ ਜਦੋਂ ਅੱਜ ਦਾ ਕਾਲ ਆ ਗਿਆ। ਜੋ ਗੁਰ ਦਾ ਇਸ ਕਰਕੇ ਸਾਡਾ ਤਾਂ ਉਪਦੇਸ਼ ਇਹ ਹੈ ਜੀ ਹਰੀ ਦੇ ਗੁਣਾਂ ਨੂੰ ਗਾ ਲੈ, ਉਹਦੇ ਜਜਾਲ ਨੂੰ ਛੱਡ ਦੇ, ਨਿਰਭੈ ਹੋ ਕਰਕੇ, ਨਿਰਵੈਰ ਹੋ ਕਰਕੇ, ਨਿਰਮੋਹ ਹੋ ਕਰਕੇ ਹਰੀ ਦਾ ਚਿੰਤਨ ਕਰ। ਬੰਧਨ ਭਰੇ ਚਾਨਕ ਬੇੜੀਆਂ ਹਨ, ਪਿੰਜਰੇ ਚ ਬੈਠੇ ਹਾਂ, ਕੋਈ ਕਿਸੇ ਪਾਸੋਂ ਕੋਈ ਛੁੱਟਣ ਦਾ ਯਤਨ ਨਹੀਂ ਹੋ ਰਿਹਾ। ਕਵਲ ਫੁੱਲ ਭੇਟਾ ਕਰਕੇ ਪਰਾਵਾਣੀ ਦੁਆਰਾ ਚਿੰਤਨ ਕੀਤਾ, ਜਿਹਦੇ ਸਦਰਸ਼ਨ ਚੱਕਰ ਨਾਲ ਉਹਦੇ ਹੱਥਾਂ ਕਰਕੇ ਤਤਲ ਕਰ ਦਿੰਦਾ ਸੀ। ਉਹ ਚੇਤੇ ਕਰਾ ਰਹੇ ਨੇ ਜਿਵੇਂ ਹਾਥੀ ਦੀ ਰਕਸ਼ਾ ਕੀਤੀ ਤੁਸੀਂ, ਇਸ ਤਰ੍ਹਾਂ ਸਾਡੀ ਵੀ ਰਕਸ਼ਾ ਕਰੋ ਕਿ ਕੀ ਸਮਝਦੇ ਨੇ ਸਾਡੇ ਸਾਹਿਬ, ਸਾਨੂੰ ਕਮਜ਼ੋਰ ਤਾਂ ਨਹੀਂ ਸਮਝਣਗੇ ਕਿ ਸਾਡਾ ਪਿਤਾ ਕਾਲ ਸਨੀਤੀ ਤੁਰਕਾਂ ਦੀ ਜੇਲ੍ਹ 'ਚ ਪੈ ਕੇ ਸ਼ਹੀਦੀ ਪ੍ਰਾਪਤ ਕਰ ਲਈ, ਐਂ ਤਾਂ ਨਹੀਂ ਸਮਝਣਗੇ। ਇਹ ਪਰਖਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਇਹ ਸਲੋਕ ਸਤਸੰਗ ਜੀ ਆਪ ਨੇ ਅੰਕਿਤ ਕਰ ਦਿੱਤਾ। ਇਤਨੇ ਸਲੋਕ ਸਤਸੰਗ ਜੀ 53 ਸਲੋਕ ਹਨ, ਇਹਨਾਂ ਸਾਰਿਆਂ ਨੂੰ ਇਕੱਤਰ ਕਰਕੇ ਸਿੱਖ ਦੇ ਕਰਕੇ ਉਹਨਾਂ ਨੂੰ ਦੇ ਦਿੱਤਾ। ਲੈ ਭਾਈ ਅਨੰਦਪੁਰ ਸਾਹਿਬ ਨੂੰ ਲੈ ਜਾ, ਇਸ ਤਰ੍ਹਾਂ ਕਰਨਾ ਵਾਪਸ ਆ ਸਲੋਕ ਦਾ ਉੱਤਰ ਸ਼ੁਰੂ ਚੇਤੀ ਲੈ ਕੇ ਆਉਣਾ। ਉਸ ਵੇਲੇ ਖਾਲਸਾ ਹੀ ਸਿੱਖ ਪੜ ਦਿੱਤਾ ਕਿ ਥੱਕੇਗਾ ਨਹੀਂ, ਕੋਈ ਭੁੱਖ ਨਹੀਂ ਲੱਗੇਗੀ, ਇੱਕਦਮ ਤੋਂ ਅਨੰਦਪੁਰ ਸਾਹਿਬ ਨੂੰ ਚੜਿਆ ਗਿਆ। ਸਤਸੰਗ ਜੀ ਇਹ ਸਾਰੇ ਜਿਸ ਵੇਲੇ ਆ ਕੇ ਸਲੋਕ ਸੰਗਤਾਂ ਨੂੰ ਪ੍ਰਾਪਤ ਹੋਏ, ਦਸਵੇਂ ਪਾਤਸ਼ਾਹ ਦੇ ਮਾਤਾ ਜੀ ਦੇ ਪਾਸ ਜਾ ਕੇ ਸਾਰੀ ਸੰਗਤਾਂ ਨੂੰ ਵੀ ਦੋਨੋਂ ਮਾਤਾਵਾਂ ਨੂੰ ਦਸਵੇਂ ਪਾਤਸ਼ਾਹ ਨੇ ਇਹ ਸਲੋਕ ਸਤਸੰਗ ਜੀ ਦੰਦ ਕਰਾਏ ਸੁਣਾਏ। ਉਸ ਤੋਂ ਉਪਰੰਤ ਜਦੋਂ ਇਹ ਅਖੀਰ ਦਾ ਸਲੋਕ ਦੇਖਿਆ ਕਿ ਪਿਤਾ ਜੀ ਨੇ ਸਾਡੇ ਕੋਲੋਂ ਜਵਾਬ ਮੰਗਿਆ ਹੈ, ਅਗਲਾ ਸਲੋਕ ਸਤਸੰਗ ਜੀ ਦਸਵੇਂ ਪਾਤਸ਼ਾਹ ਨੂੰ ਲੈ ਕੇ ਭੇਜਿਆ। ਉਹ ਜਿਸ ਵੇਲੇ ਲੈ ਕੇ ਭੇਜਿਆ, ਆਪ ਜੀ ਨੇ ਜਦ ਦੇਖਿਆ ਕਿ ਸਾਡੇ ਸਾਹਿਬਜ਼ਾਦੇ ਉਹ ਹਨ ਜਿਨ੍ਹਾਂ ਨੇ ਦੁਸ਼ਟ ਦਮਨ ਨੂੰ ਹੋ ਕਰਕੇ ਸਾਡੀ ਵਿਦਿਆ ਦਲ ਪਰਬਤ ਤੇ ਵੀ ਰਾਕਸ਼ਾਂ ਨੂੰ ਮਾਰ ਕੇ ਰੱਖਿਆ ਕੀਤੀ ਸੀ, ਅੱਜ ਉਹੀ ਨਿਰੰਕਾਰ ਦਾ ਰੂਪ ਹਨ। ਤਤ ਮਾਤਮ ਅਰਥ ਅਰਾਧਾ ਬਹੁਤ ਯੋਗ ਸਾਧਨਾ ਸਾਧਾ, ਅਸੀਂ ਮਤ ਦੋਨਾਂ ਨੇ ਪਤੀ ਸੱਜੀ ਨੇ ਬਾਬੇ ਵਿਕਾਲੇ ਬੈਠ ਕੇ ਜੋ ਸਾਧਨ ਕੀਤੇ ਪਰਮੇਸ਼ਰ 'ਚ ਜੁੜਨਾ ਕੀਤਾ, ਉਹ ਇੱਛਾ ਧਾਰੀ ਕੇ ਸਾਹਿਬਜ਼ਾਦੇ ਪ੍ਰਗਟ ਹੋਣ, ਉਹੀ ਅੱਜ ਸਾਡੇ ਘਰ ਪ੍ਰਗਟ ਨੇ। ਪਹਿਲਾਂ ਵੀ ਸਾਡੀ ਰੱਖਿਆ ਕੀਤੀ ਸੀ, ਅੱਜ ਵੀ ਇਹ ਰੱਖਿਆ ਕਰਨਗੇ।
ਇਹ ਮਨ ਮਨ ਵਿੱਚ ਲਿਖਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਜਿਸ ਪ੍ਰਕਾਰ ਇਹ ਸ਼ਲੋਕ ਦਸਵੇਂ ਪਾਤਸ਼ਾਹ ਲਿਖ ਕੇ ਭੇਜ ਰਹੇ ਹਨ, ਉਸ ਤੋਂ ਉਪਰੰਤ ਅਗਲੇ ਸ਼ਲੋਕ ਗੁਰਤਾ ਗੱਦੀ ਨਾਲ ਸਭ ਸੰਗਤ ਚਿੰਨ੍ਹਾਂ ਦੇ ਨਾਲ ਆਪ ਜੀ ਲਿਖ ਕੇ ਭੇਜਣਗੇ। ਸੁਣੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਿੱਠੀ ਲਿਖਾਉਂਦੇ ਅਨੰਦਪੁਰ ਸਾਹਿਬ ਵਿਖੇ ਸੁਹਾਏ ਮਨ ਹੋ ਕੇ, ਹੇ ਪਿਤਾ ਜੀ ਬਲ ਹੋਆ, ਜਿਹਨੂੰ ਬਾਬਰ ਬਲ ਕਹਿੰਦੇ ਹੈ ਉਹ ਕਿਹਦੇ ਕੋਲੇ ਹੈ? ਵਾਹਿਗੁਰੂ ਸ਼ਕਤੀ ਰੂਪ ਹੈ। ਇਸੇ ਕਰਕੇ ਖਾਲਸਾ ਜੀ ਆਪਾਂ ਵੀ ਕਦੇ ਭਰਤੀ 'ਚ ਨਹੀਂ ਆਉਣਾ। ਸ਼ਕਤੀ ਤੇ ਸ਼ਕਤਾ ਦੋ ਨਹੀਂ। ਅੰਮ੍ਰਿਤਸਰ ਤੋਂ ਆਵਾਜ਼ਾਂ ਆ ਰਹੀਆਂ, ਕਹਿੰਦੇ ਹਰਿਮੰਦਰ ਸਾਹਿਬ ਭਗਤੀ ਦਾ ਘਰ ਹੈ, ਅਕਾਲ ਤਖ਼ਤ ਸ਼ਕਤੀ ਦਾ ਘਰ ਹੈ। ਭਗਤੀ ਸ਼ਕਤੀ ਕਦੇ ਦੋ ਵੀ ਹੋ ਸਕਦੀਆਂ ਹਨ? ਇਸ ਕਰਕੇ ਸ਼ਕਤਾ ਤੇ ਸ਼ਕਤੀ ਦੋ ਨਹੀਂ। ਸ਼ਕਤੀ ਬਿਨਾਂ ਆਪਾਂ ਕਾਹਦੇ ਲੋਕੇ ਹਾਂ, ਔਰ ਸ਼ਕਤਾ ਸ਼ਕਤੀ ਤੋਂ ਬਿਨਾਂ ਕਿਵੇਂ ਹੈ? ਇਹ ਦੋਨੋਂ ਬਿਲਕੁਲ ਹੀ ਅੰਗ ਉਸਨੇ ਖਾਲਸਾ ਜੀ ਕਦੇ ਨਾ ਵੱਟ ਕਰ ਨਹੀਂ ਸਕਦੇ। ਇਸ ਕਰਕੇ ਹਰ ਆਪੇ ਮਾਤਾ ਆਪੇ ਪਿਤਾ ਤੁਮ ਜੀਓ ਪਾਏ ਜਗਤ ਖਾਇਆ। ਵਾਹਿਗੁਰੂ ਆਪ ਹੀ ਮਾਤਾ ਰੂਪ ਹੈ, ਆਪ ਹੀ ਪਿਤਾ ਰੂਪ ਹੈ, ਆਪ ਹੀ ਭਜਨ ਵਿੱਚ ਉਪਾਦਾਨ ਕਾਰਨ ਹੋਣੇ ਕਰਕੇ ਦੋਨਾਂ ਪਾਸਾਂ ਦੇ ਆਪ ਹੀ ਹੈ ਖਾਲਸਾ ਜੀ। ਜਿੱਥੇ ਕਿਤੇ ਕਰਨ ਕਰਨੀ ਤੁਰ ਪਾਤਸ਼ਾਹ ਨੇ ਆਪਣੀ ਬਾਣੀ 'ਚ ਹਰ ਪੰਗਤ ਜੀ ਕਹਿੰਦੇ ਦੇਵੀ ਰਾਂਝੀ ਹੋਈ ਹੋਏ ਭਰਮਿਤ ਪਏ ਲੋਕ, ਲੇਕਿਨ ਉੱਥੇ ਸ਼ਕਤੀ ਕਰਕੇ ਵਾਹਿਗੁਰੂ ਨੇ ਬਿਲਕੁਲ ਕੀਤਾ। ਜਿੱਥੇ ਸਤਸੰਗ ਜੀ ਦੂਸਰੇ ਪਾਸੇ ਨੇ ਸ਼ਕਤਾ ਕਰਕੇ ਕੀਤਾ, ਕਦੇ ਵੀ ਸ਼ਕਤੀ ਤੇ ਸ਼ਕਤੀ ਨੂੰ ਅੱਡ ਅੱਡ ਨਹੀਂ ਸਮਝਦੇ। ਸੋ ਨਾਲ ਹੀ ਸ਼ਕਤੀ ਤੋਂ ਬਿਨਾਂ ਭਗਤੀ ਹੋ ਸਕਦੀ ਹੈ ਕਦੇ, ਔਰ ਭਗਤੀ ਤੋਂ ਬਿਨਾਂ ਸ਼ਕਤੀ ਆ ਸਕਦੀ ਹੈ ਕਦੇ? ਖਾਲਸਾ ਜੀ ਐਸੀ ਭ੍ਰਮਿਤ ਕਦੇ ਵੀ ਨਹੀਂ ਰਹਿਣਾ। ਇੱਕ ਵਿਆਹ ਜੀ ਸਤਸੰਗ ਜੀ ਕਰਜੋ ਦੇ ਜੀਵ ਹਾਂ, ਉੱਦਾਂ ਹੀ ਸਰੀਰ ਕਰਕੇ ਵੀ ਜਰਜਰੀ ਭੂਤ ਹਾਂ, ਮਨ ਕਰਕੇ ਵੀ ਸਤਸੰਗਤ ਜੀ ਰੋਗੀ ਹਾਂ। ਇੱਕ ਅਸੀਂ ਇਹ ਜੇ ਉਲਝਣ ਵਿੱਚ ਪੈ ਜਾਈਏ ਕਿਵੇਂ ਅਸੀਂ ਕਾਮਯਾਬ ਹੋਵਾਂਗੇ? ਪੂਰੇ ਕਰਕੇ ਅਸਲ ਵਿੱਚ ਪੂਰਾ ਕਰਤ ਮਤ ਵਿੱਚ ਨਾਹੀ, ਨਾਨਕ ਗੁਰੂ ਕਹਿਤਾ ਜਾਣਾ ਪੂਰੇ ਮਾਇ ਸਮਾਈ। ਜੋ ਸਤਿਗੁਰੀ ਦਾ ਉਪਦੇਸ਼ ਹੈ ਇਸ ਨੂੰ ਸਤ ਕਰਕੇ ਮੰਨਣਾ, ਜੇ ਕਿਤੇ ਜਨ ਸਫਲਾ ਕਰਨਾ ਹੈ। ਸੋ ਆਪ ਜੀ ਕਹਿੰਦੇ ਹਨ ਬਲ ਹੋਆ, ਆ ਮਹਾਰਾ ਬਲ ਰੂਪ ਨਹੀਂ ਹੋ, ਵਾਹਿਗੁਰੂ ਸ਼ਕਤੀ ਰੂਪ ਹੈ, ਬਾਣੀ ਤੁਹਾਡੋਂ ਪੈਦਾ ਹੋ ਰਿਹਾ ਹੈ। ਸਾਰੇ ਯਤਨ ਹੋ ਸਕਦੇ ਮਹਾਰਾਜ ਤੁਹਾਡੇ ਨਾਲੋਂ, ਸਭ ਕਿਸੇ ਤੁਮਰ ਹੈ। ਮਹਲਾ ਦਸਵਾਂ ਵੀ ਲਿਖਿਆ ਹੋਇਆ, ਕਈਆਂ ਥਾਵਾਂ ਤੇ ਪਾਤਸ਼ਾਹ ਦਸਵੀਂ ਵੀ ਲਿਖਿਆ ਹੋਇਆ। ਸੋ ਰੱਬ ਵਿਚਾਰ ਮਹਾਰਾਜ ਨੇ ਨਿਬਰਤਾ ਧਾਰ ਕੇ ਆਪ ਦਾ ਸਤ ਵਿੱਚ ਨੌ ਅੰਕ ਨਹੀਂ ਕੀਤਾ ਹੈ ਪਾਤਸ਼ਾਹ, ਲੇਕਿਨ ਉਹੀ ਸਰੂਪ ਵਿੱਚ ਆਪਣੇ ਦਮਦਮੇ ਸਾਹਿਬ ਸਰੂਪ ਰੱਖ ਕੇ ਉਸੇ ਤਰ੍ਹਾਂ ਇੱਕ ਰਸ ਬਾਣੀ ਸਾਹਿਬ ਹੁੰਦੀ ਅੰਕਿਤ ਕਰ ਦਿੱਤੀ ਹੈ। ਸੋ ਆਪ ਜੀ ਕਹਿੰਦੇ ਪੜ੍ਹੋ ਪੰਕਤੀ, ਨਾਨਕ ਸਭ ਕਿਸੇ ਤੁਮਰੈ ਹਾਥ ਮੈਂ। ਗੁਰੂ ਨਾਨਕ ਦੇਵ ਜੀ ਗੱਦੀ ਦੇ ਮਾਲਕ ਜੋ ਹਨ, ਕਹਿੰਦੇ ਸਭ ਗੁਰੂ ਗੁਰਦੇਵ ਪਿਤਾ ਜੀ ਤੁਹਾਡੇ ਹੱਥ ਵਿੱਚ ਹੈ, ਤੁਸੀਂ ਹੋਈ ਆਪਣੀ ਸਹਾਇਤਾ, ਆਪ ਹੀ ਕਰਤੱਵ ਨੂੰ ਸਮਰੱਥ ਹੋ। ਇਹ ਬਚਨ ਕਹੇ ਨਾਲ ਹੀ ਬਲ ਹੋਆ ਬੰਧਨ ਛੁੱਟੇ। ਇਸ ਵੇਲੇ ਜਿਹੜੇ ਭਾਰਤ ਵਾਸ ਦੇ ਲੋਕ ਨੇ, ਇਹਨਾਂ ਦੇ ਜ਼ੰਜੀਰਾਂ ਪੈ ਗਈਆਂ ਸ਼ਰ੍ਹਾਂ ਦੀਆਂ, ਉਤਲੇ ਸੋਗ ਦੇ ਨਜ਼ਮ ਅਨੁਸਾਰ। ਤੁਸੀਂ ਮਹਾਰਾਜ ਤੁਹਾਡੇ 'ਤੇ ਬਲ ਹੈ ਇਹਨਾਂ ਨੂੰ ਮਹਾਰਾਜ ਛਡਾਉਣ ਦਾ, ਇਹ ਸਿਧਾਂਤ ਵੀ ਵਿਚਾਰ ਲੈਣਾ। ਸਭ ਕੁਛ ਹੋ ਤੋ ਉਪਾਅ, ਸਾਰੇ ਯਤਨ ਹੋ ਸਕਦੇ ਹਨ ਤੁਹਾਡੇ ਕੋਲੋਂ, ਨਾਨਕ ਸਭ ਕੁਛ ਤੁਮਰੈ ਹਾਥ, ਤੁਹਾਡੇ ਹੀ ਹੱਥ ਵਿੱਚ ਹੈ ਸਭ ਕੁਛ, ਤੁਮਹੀ ਹੋ ਤੋ ਸਹਾਇ। ਤੁਸੀਂ ਭਾਰਤ ਵਰਸ਼ ਦੇ ਸਹਾਇਕ ਹੋ ਸਕਦੇ ਹੋ, ਹੋਰ ਜਿੰਨੇ ਸ਼ੰਕਰ ਆਦਿਕ ਸ਼ਿਵ ਜੀ ਆਦਿਕ ਸੀ ਸਾਰਿਆਂ ਨੇ ਪਿੱਛੇ ਹੱਟ ਕੇ ਚਿੱਠੀਆਂ ਭੇਜ ਦਿੱਤੀਆਂ ਬ੍ਰਾਹਮਣਾਂ ਕੋਲੇ ਅਨੰਦਪੁਰ ਸਾਹਿਬ ਅਮਰਨਾਥ ਪੁਰੀ ਤੋਂ, ਜੇ ਰੱਖਿਆ ਕਰਦੇ ਹੋ ਤੁਹਾਡੀ ਤੁਹਾਨੂੰ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਰ ਸਕਦੇ ਹਨ। ਮਹਾਂਦੇਵ ਵਰਗਿਆਂ ਨੇ ਹਰ ਸੰਗਤ ਜੀ ਹੱਥ ਖੜੇ ਕਰ ਦਿੱਤੇ ਕਿ ਅਸੀਂ ਧਰਮ ਦੀ ਰੱਖਿਆ ਨਹੀਂ ਕਰ ਸਕਦੇ। ਇਹ ਹਰ ਸੰਗਤ ਜੀ ਜਿਸ ਵੇਲੇ ਸ਼ਲੋਕ ਪਹੁੰਚਿਆ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੜ੍ਹ ਕੇ ਮਨ ਜਿਹੜੇ ਪਿਆ ਕਰਦਾ ਕਿ ਮਹਾਂਬਲੀ ਹਨ ਗੁਰਤਾ ਗੱਦੀ ਦੇ ਮਾਲਕ, ਇਹਨਾਂ ਨੂੰ ਬਣਾ ਲਈਏ ਔਰ ਪੰਥ ਖਾਲਸਾ ਪ੍ਰਗਟ ਕਰਨਗੇ, ਆਪ ਅੰਦਰ ਜਾਂਦੀ ਹਾਂ। ਉਸ ਵੇਲੇ ਸਤ ਸੰਗਤ ਜੀ ਦਰੋਗੇ ਨੂੰ ਪ੍ਰੇਰਿਤ ਕਰਕੇ ਕਰਮ ਦੁਆਤ ਮੰਗਾਈ,
ਨਾਲ ਹੀ ਖਰ ਕਰਦੇ ਸੀ ਪੰਜ ਪੈਸੇ ਤਾਂ ਨਾਰੀਅਲ ਵਗੈਰਾ ਜੋ ਗੁਰਤਖਤੀ ਦੇ ਚਿੰਨ ਹਨ ਇਹ ਵਗਾ ਕੇ ਖਰਚ ਲੈ ਸੀ। ਆਪ ਜੀ ਨੇ ਹੱਥ ਜੋੜ ਕੇ ਧਿਆਨ ਭਾਰ ਕੇ ਅਨੰਦਪੁਰ ਸਾਹਿਬ ਵੇਖੇ, ਆਹ ਲੋਕ ਸਾਥਾਂ ਦੀ ਨਾਲ ਦੇਖ ਕੇ ਗੁਰਤਖਤੀ ਦੇ ਚਿੰਨ ਭੇਜ ਦਿੱਤੇ। ਸੋ ਆਪ ਇਹ ਤਿੰਨ ਸਲੋਕ ਹਨ, ਅੱਗੇ ਆਪਾਂ ਵਿਚਾਰੀਏ। ਸੰਗ ਸਖਾ ਜਿਹੜੇ ਮਿੱਤਰ ਸੀ ਪਿਆਰੇ ਸੀ ਨਾਲ ਉਹ ਸਾਰੇ ਤਿਆਗ ਗਏ। ਕੋਈ ਨਾਲ ਨਹੀਂ ਨਿਭਦਾ ਹੈ, ਹੋਰ ਤਾਂ ਹੋਰ ਆ ਇੰਦਰੀਏ ਆਪਣੇ ਸਾਥੀ ਨਹੀਂ ਹਨ। ਇਹ ਕਿਹੜਾ ਪ੍ਰਮੁੱਖ ਨੂੰ ਨਾਲ ਜਾਂਦੇ ਹੈ, ਸਰੀਰ ਦੇ ਇਹਦੇ ਜੰਗ ਵੀ ਕੋਈ ਸਾਥ ਨਹੀਂ ਦਿੰਦਾ ਹੈ, ਜਿੰਨੇ ਸੰਗੇ ਸਦੀ ਸਾਹਿਬ ਕੋਈ ਨਾਲ ਨਹੀਂ ਨਿਭਿਆ ਹੈ। ਹੁਣ ਦੇਖ ਲੋ ਰਾਧਨਾਥ ਹੈ, ਜੇ ਕਿਸੇ ਨੇ ਘਰੂੜ ਕੇ ਇਕੱਠਾ ਕਰਨੀਆਂ ਨੇ ਈਰਖਾ ਦੇ ਨਾਲ ਉਹ ਵੱਖਰੀ ਬਾਤ ਹੈ। ਰਘੂਨਾਥ ਦਾ ਭਾਈ ਰਾਮ ਚੰਦਰ ਦਾ ਨੌਂ ਦੇਖੋ। ਹੁਣ ਇਸ ਨੂੰ ਜੇ ਕਹੀਏ ਇਹ ਸ਼ਾਹਰਖ ਦਾ ਨਾਥ ਹੈ ਜੀ, ਸ਼ਾਹਰਖ ਉਹਦੇ ਆਸਰੇ ਚੱਲਦੀ ਹੈ, ਇੰਨੀਆਂ ਜਿਹੀਆਂ ਈਰਖਾ ਦੇ ਨਾਲ ਸਭ ਸੰਗਤ ਜੀ ਹੋਵੇ ਕਥਾ ਕਰਨ ਵਾਲਾ, ਮਨ ਵਿੱਚ ਹੋਵੇ ਈਰਖਾ, ਤਰਕਾਰ ਹੈ ਜੋਤਿਆਂ ਦੇ ਅੰਦਰੋਂ ਕਿਵੇਂ ਈਰਖਾ ਨਿਕਲੇ। ਇਸ ਕਰਕੇ ਸਾਕਾਰ ਨੂੰ ਹੋ ਕਰਕੇ ਰਘੂਨਾਥ ਜੀ ਹੈ, ਨਿਰਾਕਾਰ ਹੋ ਕੇ ਰਘੂਨਾਥ ਜੀ ਸਭ ਸੰਗਤ ਜੀ ਕਿ ਉਹ ਸਭ ਨਾਲ ਸਾਡਾ ਵੀ ਵਰਤ ਰਿਹਾ ਹੈ। ਜੇ ਰਘੂਨਾਥ ਸਦਾਇਆ ਹੈ ਨਾਲੇ ਉਸਤੀ ਵੀ ਸਰਵਣ ਸਰੂਪ ਦੀ ਹੋ ਸਕਦੀ ਹੈ। ਨਿਰਾਕਾਰ ਦੀ ਉਸਤੀ ਦੱਸੋ, ਨਿਰਾਕਾਰ ਦੀ ਉਸਤੀ ਦੱਸੋ ਕਿ ਵਾਹਿਗੁਰੂ ਅਸਚਾਤਿਨ ਹੁੰਦਾ ਹੈ। ਨਿਰਾਕਾਰ ਦੀ ਕਦੇ ਉਸਤੀ ਸੁਣੀ ਹੈ ਤੁਸੀਂ? ਜਦੋਂ ਉਸਤੀ ਹੁੰਦੀ ਹੈ ਤਾਂ ਸਰਵਣ ਸਰੂਪ ਧਾਰ ਕੇ ਜੋ ਪਰਉਪਕਾਰ ਕੀਤੇ ਵਾਹਿਗੁਰੂ ਨੇ ਉਹ ਉਸਤੀ ਹੈ। ਇਸ ਕਰਕੇ ਵਾਹਿਗੁਰੂ ਨਿਰਾਕਾਰ ਸੀ, ਜਿਸਨੇ ਤ੍ਰੇਤੇ ਦੇ ਅੰਦਰ ਰਘੂਨਾਥ ਸਦਾਇਆ, ਜਿਸਦੀ ਬੰਸ ਵਿੱਚੋਂ ਗੁਰੂ ਕੀ ਬੰਸ ਪ੍ਰਗਟ ਹੋਈ ਸਾਹਿਬ ਜੀ। ਤਿੰਨ ਬੇਦੀਆਂ ਕੀ ਗੁਰਬਖੇ ਪ੍ਰਗਟੇ ਨਾਮ ਸੁਣਾਏ, ਸਭ ਸਿੱਖਣ ਕੋ ਸੁੱਖ ਦੇ ਜੈਠੇ ਭੈ ਸਾਏ। ਸਾਰੀ ਬੰਸ ਸਾਰੀ ਪ੍ਰਣਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਡੁਬੋ ਕੇ ਨਹੀਂ ਰੱਖਿਆ, ਖਾਲਸੇ ਗੁਰਸਾਖਣ ਜੀ ਸਾਰੇ ਗੁਰਬਾਣੀ ਦੇ ਚਰਚਨ ਕੀਤਾ। ਸੋ ਪ੍ਰੇਮੀਓ ਉਹ ਵਾਹਿਗੁਰੂ ਜੀ ਭਾਈ ਇਸ ਵੇਲੇ ਵੋਟ ਹੈ, ਨਾਮ ਰਹਿਓ ਸਾਧੂ ਰਹਿਓ। ਇਸ ਵੇਲੇ ਸਾਡੇ ਨਾਲ ਕੌਣ ਹੈ, ਸਾਧੂ ਕੌਣ ਹੈ? ਭਾਈ ਸੁਦੁੱਤਾ ਜੀ ਹਨ, ਬਾਬਾ ਬੁੱਢਾ ਜੀ ਦੀ ਛੇਵੀਂ ਪੀੜ੍ਹੀ। ਮਹਾਰਾਜ ਕਹਿੰਦੇ ਭਾਈ ਸੁਦੁੱਤੇ ਅਸੀਂ ਸ਼ਹੀਦੀ ਪ੍ਰਾਪਤ ਕਰਨੀ ਆ, ਤੇਰੀ ਕੀ ਇੱਛਾ ਹੈ? ਕਹਿੰਦੇ ਤੈਨੂੰ ਛੱਡ ਦੇਣਗੇ, ਕੋਈ ਚਿੰਤਾ ਨਾ ਕਰੀ ਜਾਈ। ਕਹਿੰਦਾ ਨਾਮ ਆ ਰਿਹਾ, ਮੈਨੂੰ ਕਿੱਥੇ ਨਾ ਛੱਡੋ, ਮੈਨੂੰ ਨਾਲ ਹੀ ਲੈ। ਬਾਬਾ ਸੁਦੁੱਤਾ ਜੀ ਮਹਾਰਾਜ ਦਾ ਹੁਕਮ ਮੰਨ ਕੇ ਮਜਨੂੰ ਟੁੱਟੇ ਸਤ ਸੰਗਤ ਜੀ ਸਰੀਰ 'ਤੇ ਆ ਕੇ ਸਤਖੰਡ ਨੂੰ ਨਾਲ ਹੀ ਲੈ। ਇਸੇ ਕਰਕੇ ਕਿਹਾ ਸਾਧੂ ਭਾਈ ਸੁਦੁੱਤਾ ਜੀ ਵੀ ਸਾਡੇ ਨਾਲ ਹਨ ਔਰ ਨਾਮ ਵੀ ਸਾਡੇ ਨਾਲ ਹੈ। ਪਰਉਪਕਾਰ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਉਂਦੇ ਇਸ ਵੇਲੇ, ਜੋ ਗੁਰੂ ਵੱਡੇ ਬਿੰਦੀਆਂ ਦੇ ਪ੍ਰਕਾਸ਼ ਨਿਰੰਕਾਰ ਅੰਤਰਜਾਮੀ ਵਿਆਪਕ, ਉਹ ਵੀ ਸਾਡੇ ਨਾਲ ਹੈ। ਇਹ ਸੰਸਾਰ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਪਰ ਇਸ ਗੁਰਮੰਤਰ ਨੂੰ ਕਿਸੇ ਬਿਰਲੇ ਬਿਰਲੇ ਨੇ ਜਪਿਆ ਹੈ, ਸਿੱਖਿਆ ਨੂੰ ਸਾਰਿਆਂ ਨੇ ਨਹੀਂ ਗ੍ਰਹਿਣ ਕੀਤਾ। ਇਸ ਵੇਲੇ ਭਾਈ ਜੋ ਰਮਣ ਰੂਪ ਤੇ ਰਾਮ ਦਾ ਵਿਆਹ ਪਰਮੇਸ਼ਰ ਹੈ, ਉਹਦੇ ਨਾਮ ਨੂੰ ਹਿਰਦੇ ਵਿੱਚ ਗ੍ਰਹਿਣ ਕੀਤਾ ਹੈ। ਪਰਮੇਸ਼ਰ ਦੇ ਨਾਮ ਦੇ ਬਰਾਬਰ ਹੋਰ ਕੋਈ ਨਹੀਂ ਹੈ। ਜਿਸ ਪਰਮੇਸ਼ਰ ਦੇ ਸਿਮਰਨ ਕਰਕੇ ਪ੍ਰਤਾਪ ਕਰਕੇ ਸਾਰੇ ਜਮਨ ਮਨ ਦੇ ਅਗਿਆਨ ਜਨ ਦੁੱਖ ਸਾਰੇ ਮਿਟ ਜਾਂਦੇ ਹੈ। ਨਦੀਆਂ ਲੱਗੀਆਂ ਜਾਂਦੀਆਂ ਸਮੁੰਦਰ ਵੱਲ ਨੂੰ, ਲੇਕਿਨ ਸਮੁੰਦਰ ਅਭੇਦ ਕਰ ਲੈਂਦਾ। ਜੇ ਜਾ ਕੇ ਸਮੁੰਦਰ ਨੂੰ ਕਹੀਏ ਨਦੀ ਤਾਂ ਦਿਖਾ ਦੇ, ਗੰਗਾ ਜਮੁਨਾ ਤਾਂ ਦਿਖਾ ਦੇਗਾ। ਇਸੇ ਤਰ੍ਹਾਂ ਬ੍ਰਹਮ ਵੇਲੇ ਨਿਰੰਕਾਰ ਵਿੱਚ ਸਮਾ ਗਏ, ਉਹਨਾਂ ਨੂੰ ਦੁਬਾਰਾ ਨਹੀਂ ਸੱਤ ਨਹੀਂ ਚੱਕ ਦਿੱਤੇ ਕਿ ਉਹਨਾਂ ਦੇ ਦਰਸ਼ਨ ਹੋ ਜਾਣ, ਤੇ ਉਹ ਬ੍ਰਹਮ ਰੂਪ ਹੋ ਗਏ ਸਤਿਗੁਰਾਂ ਜੀ। ਇਸ ਕਰਕੇ ਦਰਸ਼ਨ ਹਾਰ ਹੋਏ, ਦਰਸ਼ਨ ਐਸੇ ਹੋਣੇ ਚਾਹੀਏ ਜਿਹੜੇ ਭਾਈ ਆਪਸ ਦੂਜੇ ਭੇਦ ਹੋ ਜਾਈਏ। ਐਸੇ ਸਲੋਕ ਆਪ ਜੀ ਨੇ ਸਤਿ ਪੂਰਨ ਕਰਕੇ ਗੁਰਤਖਤੀ ਦੇ ਚਿੰਨ ਸਤਿ ਭੇਜੇ ਔਰ ਕਰਕੇ ਸਰਪਾਤਸ਼ਾਹ ਤੱਕ ਦੇ
ਸੁਹਾਇਮਾਨ ਹੋਏ ਆਪਦੀ ਨੌ ਖਾਸ ਜੀ ਆਜੂ ਉੱਧਰ ਤਿਲਕ ਦੇਣ ਵਾਲੇ ਬਾਬਾ ਬੁੱਢਾ ਜੀ ਦੀ ਮੱਤ ਵਿੱਚੋਂ ਭਾਈ ਰਾਮ ਕੌਰ ਜੀ ਕਰਨ ਬਾਬਾ ਭਾਈ ਗੁਰਦਾ ਜੀ ਦੇ ਪੁੱਤਰ ਜਿੱਥੇ ਰਮਦਾਸ ਨਗਰ ਤੋਂ ਸੰਗਤਾਂ ਨਾਲ ਗੋਦੀ ਚੱਕ ਕੇ ਲੈ ਕੇ ਗਈਆਂ ਹਨ ਗੁਰਤਖ ਜੀ ਤੇ ਬੈਠਣ ਵਾਲੇ ਨੌ ਸਾਲ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲੇਕਿਨ ਤਿਲਕ ਦੇਣ ਵਾਲੇ 5 ਸਾਲ ਦੇ ਸਤਿਗੁਰ ਜੀ ਮਹਾਂਬਲੀ ਪ੍ਰਭੇਸ਼ ਜਿਨ੍ਹਾਂ ਨੇ ਬੜਾ ਭਾਰੀ ਪਰਉਪਕਾਰ ਕੀਤਾ ਭਾਈ ਰਾਮ ਕੌਰ ਸਾਹਿਬ ਜੀ ਨੇ ਸੋ ਗੁਰੂ ਸਿੱਖੋ ਐਸੇ ਸਲੋਕ ਇਹ ਗੁਰਬਾਣੀ ਨੂੰ ਮਹਾਰਾਜ ਸਾਹਿਬ ਦਸਵੇਂ ਪਾਤਸ਼ਾਹ ਨੇ ਦਮਦਮੇ ਸਾਹਿਬ ਇਸ ਸਲੋਕ ਕਰਕੇ ਨਾਲੇ ਸਾਰੀ ਕਥਾ ਸਤਸੰਗਤ ਜੀ ਇਹ ਖਾਲਸੇ ਨੂੰ ਸਿਖਾਈ ਨਾਲੇ ਬਾਣੀ ਸਤਸੰਗ ਜੀ ਲਿਖਾਈ ਆਹ ਜਿਹੜੀ ਅੱਗੇ ਸਤਸੰਗਤ ਜੀ ਮੁਕਾਬਲੇ ਆ ਰਿਹਾ ਇਹ ਦੂਜੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਿਰ ਪਾ ਦਿੱਤਾ ਹੈ ਇਹ ਨਾ ਸਮਝਣਾ ਕਿ ਇੱਥੇ ਮੁੰਡਾ ਲੱਗ ਗਿਆ ਕਿ ਕਹਾਂ ਬਾਣੀ ਕਨੌਟੀ ਹੋਈ ਹੈ ਆਹ ਲੋਕ ਬੜੀ ਭ੍ਰਮਤੀ ਹੈ ਰਾਗ ਵਾਲਾ ਬਾਣੀ ਨਹੀਂ ਹੈ ਐਸੀਆਂ ਬਾਤਾਂ ਜਿਹੜੇ ਲੋਕ ਕਰਦੇ ਕਦੇ ਇਹਨਾਂ ਦੇ ਭਰੋਸਾ ਨਹੀਂ ਕਰਨਾ ਸੱਚੇ ਪਾਤਸ਼ਾਹ ਨੇ ਕਰਤਾ ਜੀ ਅੱਗੇ ਜਿਵੇਂ ਉਪਦੇਸ਼ ਦਿੱਤਾ ਸੁਣਾਵਣੀ ਮਹੱਲਾ ਵੀ ਹੈ ਸੋਟ ਰਾਗ ਵਿੱਚ ਵੀ ਅੱਖਰ ਆਏ ਹਨ ਸੋ ਮੁਦਾਵਣੀ ਸ਼ਰਮਾ ਦਿੱਤਾ ਹੈ ਭੋਜਨ ਹੈ ਸੱਚੇ ਪਾਤਸ਼ਾਹ ਨੇ ਤਿਆਰ ਕੀਤਾ ਖਾਲਸੇ ਦੇ ਤਨ ਵਾਸਤੇ ਖਾਲਸਾ ਜੀ ਕਿਤੇ ਪਖੰਡ ਦੇ ਧੱਕੇ ਨਾ ਚੜ੍ਹ ਜਾਓ ਕਈ ਕਹਿਣਗੇ ਜੀ ਫਲਾਣਾ ਭਜਨ ਬਹੁਤ ਕਰਦਾ ਉਹ ਤਾਂ ਰੋਟੀ ਖਾਂਦਾ ਹੀ ਨਹੀਂ ਕਦੇ ਵੀ ਸਤਸੰਗ ਜੀ ਭੁਲੇਖੇ ਭੋਜਨ ਤਨ ਦਾ ਆਹਾਰ ਹੈ ਭਜਨ ਮਨ ਦਾ ਆਹਾਰ ਹੈ ਦੋ ਵਸਤੂਆਂ ਆਪਣੇ ਕੋਲ ਮਨ ਵੀ ਹੈ ਤਨ ਵੀ ਹੈ ਮੁਕਰ ਦਾ ਕੋਈ ਨਹੀਂ ਲੇਕਿਨ ਸਿਮਰ ਭਜਨ ਦੇ ਨਾਲ ਮਨ ਦੀ ਤ੍ਰਿਪਤੀ ਹੈ ਭੋਜਨ ਦੇ ਨਾਲ ਤਨ ਦੀ ਤ੍ਰਿਪਤੀ ਹੈ ਕਿਉਂ ਬਈ ਭੋਜਨ ਛੱਕ ਲਿਆ ਕਹਿੰਦੇ ਬਈ ਮਨ ਕਹਿੰਦੀ ਰੱਜਿਆ ਜੀ ਕਰਦਾ ਹੋਰ ਖਾਈ ਜਾਓ ਢਿੱਡ ਨਹੀਂ ਆ ਗਿਆ ਦਿੰਦਾ ਭਾਵ ਕੀ ਜੇ ਕਿਤੇ ਤਨ ਦਾ ਆਹਾਰ ਨਾ ਵੀ ਹੁੰਦਾ ਤਾਂ ਡੰਗਰਾਂ ਦੀ ਭੂਏ ਕੱਢਣ ਦੀ ਕੀ ਲੋੜ ਸੀ ਕਰਨ ਚਾਹੀਦੀ ਇਸ ਕਰਕੇ ਮਹਾਰਾਜ ਨੇ ਥਾਂ ਥਾਂ ਦੇ ਲੰਗਰ ਵੀ ਚਲਾਏ ਤਨ ਨੂੰ ਵੀ ਤ੍ਰਿਪਤ ਕੀਤਾ ਪਰ ਮਨ ਨੂੰ ਸੁਣਿਆ ਮੰਨਿਆ ਮਤ ਕੀਤਾ ਭਾਵ ਅਕਸਰ ਦਾ ਤੀਰਥ ਮਨਾਓ ਐਸਾ ਇਸ਼ਨਾਨ ਸਹੁਰਤ ਮਿੱਟੇ ਮੰਨਿਆ ਸੁਣਿਆ ਖਾ ਲੋ ਨੇ ਖੜਕੜ ਸੀ ਮਕੋਰਣਾ ਮਾਤ ਪ੍ਰਾਪਤ ਕੀਏ ਇਹ ਭੋਜਨ ਆਪਾਂ ਨੂੰ ਮਨ ਦੀ ਤ੍ਰਿਪਤੀ ਵਾਸਤੇ ਬਣਾਇਆ ਹੈ ਆਪ ਜੀ ਦੱਸਦੇ 5ਵੇਂ ਪਾਤਸ਼ਾਹ ਉਚਾਰਦੇ ਥਾਲ ਵਿੱਚ ਤੈਨੂੰ ਵਸਤੂ ਪਈਓ ਜਿਵੇਂ ਥਾਲ ਵਿੱਚ ਭੋਜਨ ਪਰੋਸੀਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਥਾਲ ਦੇ ਬਲਿੰਦ ਹਨ ਤਿੰਨ ਵਸਤੂਆਂ ਹਨ ਸਤ ਸੰਤੋਖ ਵੀ ਚਾਰੋ ਟੀਕੇ ਵਾਲਿਆਂ ਲੋਕਾਂ ਨੇ ਭਾਵੇਂ ਖਰਚਾ ਜੀ ਦੋ ਦੋ ਅਰਥ ਆਪਣੇ ਕੀਤੇ ਸਿਆਣਪ ਦੇ ਨਾਲ ਸਤ ਹੈ ਸੰਤੋਖ ਹੈ ਨਾਲ ਹੀ ਵਿਚਾਰ ਵੀ ਹੈ ਵਿਚਾਰ ਕਿਹੜੀ ਹੈ ਵਿਚਾਰਾਂ ਤਾਂ ਸਾਰੀ ਦੁਨੀਆਂ ਕਰਦੀ ਸਤ ਸਤ ਦੀ ਵਿਚਾਰ ਸਤ ਵਸਤੂ ਕਿਹੜੀ ਹੈ ਔਰ ਅਸਤ ਕਿਹੜੀ ਹੈ ਖਾਲਸਾ ਜੀ ਸਤ ਜਿਹਦਾ ਆਨੰਦ ਬ੍ਰਹਮ ਹੈ ਸਤ ਜੜ ਗੁਰੂ ਮਾਇਆ ਹੈ ਇਹ ਜਿਹੜੀ ਵਿਚਾਰ ਸਤ ਸਤ ਹੈ ਸਤ ਹੀ ਐਸੋ ਜੋ ਵਿਚਾਰ ਇਸ ਨੂੰ ਸਤ ਦੀ ਵਿਵੇਕ ਵੀ ਖਾਲਸਾ ਕਹਿੰਦਾ ਸੋ ਸਤ ਹੈ ਸੰਤੋਖ ਹੈ ਤੇ ਵਿਚਾਰ ਹੈ ਇਹ ਤਿੰਨ ਵਸਤੂਆਂ ਹਨ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਚੌਥੇ ਨੰਬਰ ਤੇ ਅੰਮ੍ਰਿਤ ਨਾਮ ਵਾਹਿਗੁਰੂ ਕਾਰਪੁਰ ਖੰਤਰ ਜਾਮੀ ਦਾ ਹੈ ਤੇ ਫਿਰ ਚਾਰ ਕਹਿੰਦੇ ਹੋ ਗਈਆਂ ਕਾਰਨ ਜਿਹੜਾ ਕਾਰਜ ਹੁੰਦਾ ਕਾਰਨ ਦਾ ਰੂਪ ਹੀ ਹੋਇਆ ਕਰਦਾ ਜੇ ਆਪਾਂ ਨੂੰ ਸਰੀਰ ਮਿਲੇ ਹੈ ਤੇ ਮਾਤਾ ਪਿਤਾ ਦਾ ਰੂਪ ਹੀ ਸਰੀਰ ਹੈ ਨਾ ਉਹਨਾਂ ਦੀ ਅਵਸਥਾ ਹੈ ਇਸੇ ਤਰ੍ਹਾਂ ਸਤ ਸੰਗਤ ਜੀ ਸਤ ਸੰਤੋਖ ਇਹ ਕਿਹਦੇ ਆਸਰੇ ਨੇ ਨਾਮ ਦੇ ਹੀ ਆਸਰੇ ਨੇ ਸਭ ਕਾਰਜਸ਼ਾਲ ਤੋਂ ਪਰਮੇਸ਼ਰ ਦਾ ਨਾਮ ਹੈ ਸੰਤੋਖ ਵੀ ਪਰਮੇਸ਼ਰ ਦੇ ਨਾਮ ਦੇ ਆਸਰੇ ਰੱਖਿਆ ਜਾ ਸਤ ਵੀ ਪਰਮੇਸ਼ਰ ਦੇ ਨਾਮ ਦੇ ਆਸਰੇ ਰੱਖਿਆ ਕਰਦਾ ਜੇ ਸਤ ਸਾਦੀ ਵਿਚਾਰ ਹੈ ਉਹ ਗੁਰਬਾਣੀ ਦੇ ਆਸਰੇ ਨਾਮ ਦੇ ਆਸਰੇ ਕਰਨੀ ਆ ਆਪਾਂ ਔਰ ਇਸੇ ਕਰਕੇ ਦੂਸਰੇ ਪਕਸ਼ ਦੇ ਅੰਦਰ ਨਿੱਤ ਰਸੋਈ ਤੇਰੀਆ ਘਿਓ ਮੈਦਾ ਖਾਣ ਸਾਰਿਆਂ ਦੇ ਪ੍ਰਸ਼ਾਦ ਨੇ ਜਿਹੜੇ ਦੁਨੀਆਂ ਦੇ ਪੂਜਨੀਕ ਲਗਾਉਂਦੇ ਹਨੂੰਮਾਨ ਲੱਡੂ ਨਾਲ ਹੀ ਪਸੰਦ ਸਤਿਕਾਰ ਦਾ ਲੱਡੂ ਹਨ ਅਗੂ ਦਾ ਦੇਵੀਆਂ ਹੀ ਖਾਂਦਾ ਹੈ ਆਹ ਦੇਵੀ ਬੈਠੀ ਪਹਾੜਾਂ ਦੇ ਚਨਾਹ ਤਾਂ ਖਾਂਦੀ ਹੈ ਪਰ ਛੁਆਰਿਆਂ ਵਾਲਾ ਕਰਦੀ ਹੈ ਕਦਾ ਸੁਣੀ ਪਸੰਦ ਕਰਦੀ ਇਸੇ ਤਰ੍ਹਾਂ ਕਾਰਪੁਰ ਖੰਤਰ ਜਮੀਨ ਦਾ ਪ੍ਰਸ਼ਾਦ ਕੜਾ ਪ੍ਰਸ਼ਾਦ ਹੈ ਕਰਤਾ ਸੋ ਐਸਾ ਜਿਹੜਾ ਹੈ ਸਤ ਦੀ ਨਿਆਣੀ ਜਿਹੜਾ ਸਤ ਹੈ ਵੈਦੇ ਦੀ ਨਿਆਣੀ ਹੈ ਸੰਤੋਖ ਘਿਓ ਦੀ ਨਿਆਣੀ ਹੈ ਜਿਹੜੀ ਸਤ ਨਹੀਂ ਸਤ ਸਤ ਦੀ ਵਿਚਾਰ ਹੈ
تھمی بہت ہی مٹی کھڑ نالوں کی مٹی ہے یہ تین وسطواں کی تھمی کڑک پانی تو بنا ہو گئی کی تھمی گھو گا نے کھدا دھد دتا گھو بڑیا وہ پانی تو بنا ہو گیا اسی طرح سر سنگت جی آ میٹھا جہاں کمال آسم کی پانی نہیں دیں تھی وہ تو بنا پراپت ہو گیا جی میں آٹا بھی گھو بھی میٹھا بھی پانی تو بنا کدے دیسی گوچر نہیں ہوئے کرپا پانی دوارا یہ چیزیں پرگٹ ہوئی اسی طرح امرت نام کے آسرے ہی ست ہے سنتوک ہے اور وچار ہے واحر بھی ویاپک ہے تین وسطواں امرت نام بھی ویاپک ہے سواپ جی فرما ہیں امرت نام سوامی تین ویاپک ہے دیکھو اس تھان سے کہتا ہے جس کا سب سے ادھار ہو جس نام کا ساری دنیا کو آسرا ہے نال ہی ست لوگ وچار بھی امرت نام کا ہی آسرا ہے جی کوئی کھاوے گا آپ دھارن کرے گا اور ہوراں نوں کسے نوں ست سنگ جی سواد دکھاوے گا اس کا ہوئے ادھارو وہ کلیان ہو جاوے جی گرو تیغ بہادر صاحب جی کہہ رہے جا آپ کی کھاوے گا تے اگے نوں وی ست سنگ جی لوگ کھان گے ہن وی جڑے کھاندے نے اگے نوں وی پڑھن گے سنن گے انہاں دی کلیان ہووے گی گرو کا اپدیش پرانا نہیں ہویا ستگر میرا جت نواں بڑی بھاری امورک وسطو یہ بھوجن ہے اس نو ہردے دھر کے رکھو گر سکھو تم سنسار چرن لگ تری جی دھارن کرو گے تو اگیان روپ سنسار ہے اگیان کا ہی ڈھیرا ہے ادھر اس نو میرے نال لگ کے تر جاؤ سب نانک برہم پسارو کرے جی کی نشانی ہے جہاں تر گیا وہ گتی جو بھاؤ ہو جائے گا سنسار کا وہ سارے برہم کا ایک سارا سکے گا سلوک محلہ پنجواں اگے ست سنگت جی واہ گرو ارجن دیو صاحب جی سلوک پنجویں پاتشاہ جانتے بےنتی کرتے پرپکار سمجھ کے تیرا کیتا جاتو نہیں اے واہگرو میں تیرا کیتا ہویا پرپکار میں جانیا نہیں ہے تسی پرپکار کیتا مینو کی پدوی دتی دھرم گگن نو کھنڈ میں جو تم پی رہے ہو پر پرمترا تک پیس نہیں گرو ارجن پر تک ہندو بڑا تھا چندی مراقبہ کدے کوڑے ہو گئے گا آپ کا پروپکار کیتا سی جانیا نہیں ہے سانو جوگ کیتا لائق بنا دیتا گرمانی سفر ہوئی ہے اصل گن کوئی نہیں ہے سارے اندر کوئی گن نہیں ہے رحم کیتا ہے آپ ہی سارے تو دیا کیتی ہے ترس پیا میرا مت ہوئی دیکھو اتھے بھی ترس ہے اگلی پنکھ جی بھی ترس فارسی بھاشا سب سنگے جی ترس بھائی کہتے ڈر اور سنسکرت کے ساتھ کہیں تراس کہتے ہیں اتنے سب سنگی ترس کا ارتھ بھائی ہے ترس پایا میں رحمت ہوئی ستگر سجن ملیا جنہ نے گرمانی کا پائے نہیں پاریا وہ تو سکھی نہیں کہوں گا باہر رہ گئے میرے ترس پایا میں رحمت ہوئی مہر امرت ہوئی بہے واحگرو جیڑی کرپا ہوئی وہ کوئی گنتی گنتی نہیں بےنت آپ کی کرپا ہوئی ہے کہ ترس پایا میرے اندر پایا ہے ساری دنیا سر سنگ جی ڈرتی کوئی کسی تو لیکن رب دے بھائی تو بہت دنیا کرنی پرمیشر کا بھائی دھارنا چاہیے گھر جی
جی کوئی غریب کا جرم ہوں گا وہ جرم کرنے والے پہ رب کا بھا دھار میرے کچھ کہہ نہیں پرمیشور کے بھائی کے اندر گرمک رہتے ہیں کر سا جی تس پایا محرمت ہوئی کیونیں سر سنگت جی بھائی آیا اپنے اندر ستگر سجن ملیا ستگرو ملے ہاں ستگرو کھے آسرے ملے سجنا کے آسرے ملے بھائی گرو صاحب سجن کون نے سگل گنیا گرنا کوئی ہوئے نیکا نیکا ہم رہاری سجنا میکا امریکا مہاپرک سجن ہن کرتا جی مہاپرک سجنا کی سنگت کر کے ستگر ملے پھر ستگر بھیج دیتے ہیں مہاتما اور ستگر مل جدو گڑا گے اور ساری امی کمائی بانی ستگر روپ ہی ہے جس ویلے گربانی گرو سکھ پڑھتا ہے ایسی سکھیا پراپت کرتا جو آپ سنی ہے کہ بھے نہیں آئے گا من کے اندر پرگٹ واحو کے بھے میں رہے گا جس ویلے بھے ہو سات سنی اندر ہو گیا وہ بھے کسی نے پرمیشور کا دھار لیا ان سارے بھے مل جاتے ہیں واحو کا بھے بت رہو سارے بھے مل جان گے جی واحو کا بھے نہیں کرو گے تو سارے بھے تھوڑے گل پہ رہن گے جس نام کے آسرے بھے کا خاتمہ کیتا ہے اے مہاراج یہ جی نام نو سدا واسطے جپتے رہیے میرا من سال جانا میرا ہریا سنگت کا ساتھ سنگت جی تن بھی ہرا بھلا ہو جانا سیوا بچ لگ کر کے من بھی پاشنا بچ کر کے ساتھ سنگت جی یہ ہرا بھرا ہو جاتا ہے یہ آپ جی ست سنگ جی اپدیش سنتے ہیں تخیر سے یہ آپ جی نے شبد اچار کے اس کو بعد ست سنگت جی آپ جی کے پاس رام سر سروور سے سارے راگ اکٹھے ہو کے آئے چھ راگ نے پانچ پانچ سات سنجنا کے گھر والیاں ہیں اٹھ اٹھ پتر نے جو برم کیتا ہے سو یہ ست سنگ جی اتھانکا بھی کی لکھا ہوا وہاں پر کوئی دسیا کرتے کہ بھائی راگوں کے دیش میں نارد گیا ہے جو دیکھے آیا کوئی ڈنڈا کوئی ڈنگا کوئی ڈنڈا سارا کے بند بھنگ کہتے ہو ہاں کی ہو گیا تمہوں کیوں گیا اتنے یہ راگ کی نیتی رکھتا ہے کیرتن بھگتی میں پردھانتا نارد کی ہے ہر وی بینا لے کے بھجن کرتا رہتا ہے ایک پدتی ناردایا کی ہے ایک پدتی ستھری شیو جی کی بھی انہیں اپنے ڈولو دوارے اپنے راگوں میں ستسنگی لاتا ہے شری راگ میں بانی رب کی ہے وہ نجو ستسری شنکر جی والا ہے یہ جی راگ والا ہے یہ نارد کی پدتی انوسار ستسنگ جی گزر کی ہوئی سو پریمیوں جہاں راگ ہے پانی ہر کا تقیر ہے راگ پئی بچ کھنڈ کھیر چھوٹ کھنڈ کھانتے پے رنگ کے رنگ خالسا راگ رچیا نہیں ہے خالسا تو بھائی نام رچیا ہے پرمیشور کا نام گربانی دھد ہے یا راگ ہے کھنڈ ہے جب آپ جنم دھاریا سی ماں نے کیا کہ ماں دھد مینو بنا مٹے تو دھو دیں کنا آنند سی وہ اسی طرح ست سنگ جی جنہوں کیرتن نہیں کرنا آتا کہ وہ نہیں ادھرے گا تو پریمیوں اس کر کے راگ ہے وہ رچی کار کہ بھی تو نام میں لگ جائے تو یہ راگ نے جب ست رنگ پنگ دیکھے نارد نے بڑے بےنتی کی ابھی بڑے دکھی ہیں راگی سانو نجم ساتھ نہیں پڑھتے ہیں کہنے لگے کلجگ کا سماں گرو نانک دیو جی نے گدی کے بال گرو ارجن دیو صاحب جی ہیں انہوں نے چرن شرن میں جاؤ تھوڑی کلیان ہو جائے گی سارے سات سنگی راگ راگیاں کٹھے ہو کے آئے مہاراج دیو نے بےنتی کی اس ویلے ستگرو مہاراج صاحب جی کہتے چنگا بھائی اشنان کرو رام سر سرو جی اشنان کرا کے یہ سارے سات سنگ جی این انہوں نے انگ سمت ہوئے تندرست ہوئے پھر دھنواد کرنے واسطے سامنے کھڑے ہو دو تین ارتھ کیتے جانے مہاپرکھا نے
ਉੱਤਰ ਪੱਛਮ ਦੁਆਰਾ ਵੀ ਦੱਤ ਹੀ ਰਾਜ ਵਾਲਾ ਦੇ ਅੰਦਰ ਸੰਗਤ ਜੀਂਦੇ ਹਨ ਆਪਣੇ ਅਨੁਭਵ ਦੁਆਰਾ ਨਾਲ ਹੀ ਇਹਨਾਂ ਦੇ ਨਾਵਾਂ ਨੂੰ ਇਹਦੇ ਰਾਗੀ ਵੀ ਗਾਇਨ ਕਰਦੇ ਇਹਨਾਂ ਨੇ ਵੀ ਗੁਰੂ ਅਰਜਨ ਦੇਵ ਜੀ ਦਾ ਜਤ ਕੀਤਾ ਹੈ ਪਰਮੇਸ਼ਰ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਪਰ ਤੂੰ ਨਿਰਦੇਸ਼ ਮੁੰਦਨ ਕਰਕੇ ਉਚਾਰਦੇ ਰਾਗ ਮਾਲਾ ਜੀ ਦੇ ਵਿੱਚ ਸਭ ਦੇ ਰਾਗਾਂ ਦੀਆਂ ਪੰਕਤੀਆਂ ਨਾਮ ਲਿਖੇ ਹੋਏ ਹਨ ਰਾਗ ਏਕ ਸੰਗ ਪੰਚ ਪਰੰਗਨ ਆਪ ਜੀ ਕਹਿੰਦੇ ਭਾਈ ਗੁਰਦਾਸ ਜੀ ਦੇਖੇ ਇੱਥੇ ਇਹ ਜਿਹੜੇ ਰਾਗ ਆਏ ਨੇ ਤੂੰ ਜਿੰਨੇ ਪਰਿਵਾਰ ਸੰਗਤਾਂ ਨਹੀਂ ਗਿਣੇ ਅਸੀਂ ਅੰਦਰ ਜਾਂਦੀ ਸਾਨੂੰ ਸਭ ਪਤਾ ਕਿੰਨੇ ਆਏ ਨੇ ਇੱਥੇ ਦਿਨ ਭਾਈ ਗੁਰਦਾਸ ਜੀ ਦੀ ਗੱਲ ਤੋਂ ਲਿਖਾਇਆ ਰਾਗ ਏਕ ਸੰਗ ਪੰਚ ਪਰੰਗਨ ਇਹ ਭਾਈ ਗੁਰਦਾਸ ਜੀ ਇਹ ਇੱਕ ਰਾਗ ਇੱਕ ਇੱਕ ਰਾਗ ਦੇ ਨਾਲ ਪੰਜ ਪੰਜ ਪਰ ਮੰਗਲ ਨਿਸਤਰੀਆਂ ਸ੍ਰੇਸ਼ਟ ਸੰਗ ਅਲੰਪ ਹੈ ਆਠੋ ਨੰਦਨ ਇਹ ਸਾਰੇ ਰਾਗ ਸਰ ਸੰਗ ਜੀ ਇਕੱਠੇ ਹੋ ਕੇ ਸੰਗ ਅਲੰਪ ਹੈ ਆਠੋ ਨੰਦਨ ਅੱਠੇ ਦੇ ਪੁੱਤਰ ਅੱਠ ਅੱਠ ਇਕੱਲੇ ਇਕੱਲੇ ਦੇ ਪੰਜ ਘਰ ਵਾਲੀਆਂ ਇਹ ਅਲੰਪ ਹੈ ਗੁਰੂ ਅਰਜਨ ਦੇਵ ਜੀ ਦਾ ਸਰ ਸੰਗ ਜੀ ਗੱਲ ਅਲੰਪਣ ਲੱਗੇ ਕਹਿਣ ਲੱਗੇ ਧੰਨਵਾਦ ਲੱਗੇ ਕਰਨ ਪ੍ਰਥਮ ਰਾਗ ਭੈਰੋ ਮੈਂ ਕਰਹੀ ਇਹਨਾਂ ਨੇ ਵਾਰੀ ਮਿਥਲੀ ਕਹਿਣ ਲੱਗੇ ਵੀ ਵਾਰੀ ਵਾਰੀ ਗੁਰੂ ਦਾ ਜਤ ਕਰੋ ਜਿਹਨਾਂ ਨੇ ਆਪਾਂ ਨੂੰ ਤੰਦਰੁਸਤੀ ਬਖਸ਼ੀ ਹੈ ਆਪਣੀ ਕਰਿਆਨ ਕੀਤੀ ਹੈ ਨਹੀਂ ਧੱਕੇ ਖਾਂਦੇ ਮਿਲਦੇ ਸੀ ਆਪਾਂ ਹਾਂਜੀ ਪ੍ਰਥਮ ਰਾਗ ਭੈਰੋ ਮੈਂ ਕਰਹੀ ਪਹਿਲਾਂ ਸਰ ਸੰਗ ਜੀ ਭੈਰੋ ਰਾਗ ਨੇ ਮਹਾਰਾਜ ਦੀ ਮਹਿਮਾ ਕੀਤੀ ਪੰਜ ਰਾਗ ਦੀ ਸੰਗ ਉਚਰਹੀ ਨਾਲ ਹੀ ਉਚਾਰ ਦਿੱਤਾ ਪੰਜ ਰਾਗਣੀਆਂ ਨੂੰ ਵੀ ਕਹਿੰਦਾ ਆ ਜਾਓ ਮੇਰੇ ਪਿੱਛੇ ਖੜੀਆਂ ਹੋਵੋ ਗੁਰੂ ਅਰਜਨ ਦੇਵ ਜੀ ਦਾ ਜਤ ਕਰੀਏ ਪ੍ਰਥਮ ਭੈਰਵੀ ਬਿਲਾਵਲੀ ਪਹਿਲਾਂ ਜਿਹੜੀ ਹੈ ਭੈਰਵੀ ਇਹਦੇ ਘਰ ਵਾਲੀ ਹੈ ਦੂਜੀ ਬਿਲਾਵਲੀ ਹੈ ਬੁਨਿਆਕੀ ਗਾਵਾ ਹੈ ਬੰਗਲੀ ਬੁਨਿਆਕੀ ਦੇ ਗੰਗਲੀਏ ਚਾਰ ਹੋ ਗਈਆਂ ਹੁਣ ਅਸਲੇਕੀ ਕੀ ਭਈ ਮਾਰੀ ਇਹ ਵੀ ਵਾਰੀ ਅਨੁਸਾਰ ਸਭ ਸੁਣੀ ਬੰਦਗੀ ਹੈ ਸਲੇਕੀ ਇਹ ਵਾਰੀ ਵਾਰੀ ਗੁਰੂ ਦੀ ਮਹਿਮਾ ਕਰਦੀਆਂ ਹਨ ਇਹ ਭੈਰੋ ਕੀ ਪਾਚੋ ਨਾਲ ਇਹ ਭੈਰੋ ਰਾਗ ਨੇ ਜਦੋਂ ਦੱਸ ਗਾਇਆ ਗੁਰੂ ਅਰਜਨ ਦੇਵ ਜੀ ਦਾ ਇਹਨਾਂ ਨੇ ਵੀ ਸਭ ਸੁਣੀ ਮਹਿਮਾ ਕਹੀ ਪੰਚਮ ਹਰਖ ਤੇ ਸਾਖ ਸੁਨਾਵੇ ਹੈ ਇਹ ਪੁੱਤਰ ਨੇ ਪੰਚਮ ਹੈ ਹਰਖ ਹੈ ਤੇ ਸਾਖ ਇਹ ਤਿੰਨ ਹੋ ਗਏ ਮੰਗਾਲਮ ਮਦ ਮਾਧਵ ਗਾਵੇ ਇਹ ਵੀ ਸੁਣਾਉਂਦੇ ਨੇ ਗੁਰੂ ਅਰਜਨ ਦੇਵ ਜੀ ਨੂੰ ਮਹਾਰਾਜ ਦੇ ਗੁਣ ਕਹਿ ਕੇ ਬੋਲੋ ਭਗਤੀ ਮੰਗਾਲਮ ਮਦ ਮਾਧਵ ਗਾਵੇ ਹੈ ਇਹ ਤਾਂ ਮੰਗਾਲਮ ਹੈ ਮਧੂ ਰਾਗ ਹੈ ਇਸੇ ਤਰ੍ਹਾਂ ਮਾਧਵ ਗਾਵੇ ਹੈ ਮਾਧਵ ਰਾਗ ਹੈ ਛੇ ਹੋ ਗਏ ਲਲਤ ਬਿਲਾਵਲ ਗਾਵਹੀ ਲਲਤ ਵੀ ਰਾਗ ਹੈ ਸਭ ਸੰਗ ਜੀ ਬਿਲਾਵਲ ਵੀ ਹੈ ਆਪਣੀ ਆਪਣੀ ਭਾਂਤ ਜਿਵੇਂ ਜਿਵੇਂ ਇਹਨਾਂ ਰਾਗੀਆਂ ਨੂੰ ਪਤਾ ਵੀ ਕਿਸੇ ਨੂੰ ਸੁਰ ਘੱਟ ਲੱਗਦੀ ਕਿਸੇ ਦੀ ਕੋਮਲ ਲੱਗਦੀ ਕੋਈ ਸ਼ੁੱਧ ਲੱਗਦੀ ਆਪਾਂ ਆਪਣੀ ਜੁਗਤੀ ਦੇ ਨਾਲ ਸਾਰੇ ਗੁਰੂ ਸਾਹਿਬ ਦੇ ਜਤ ਨੂੰ ਗਾਉਂਦੇ ਅਸ਼ਟ ਪੁੱਤਰ ਭੈਰਵ ਕੇ ਇਹ ਖਾਲਸਾ ਜੀ ਅੱਠ ਪੁੱਤਰ ਭੈਰੋ ਦੇ ਹਨ ਰਾਗ ਦੇ ਗਾਵੇ ਹੈ ਗਾਇਨ ਪਾਤਰ ਹਾਂ ਨਾਲ ਹੀ ਕਹਿੰਦੇ ਗਾਇਨ ਪਾਤਰ ਜਿਹੜੇ ਗਾਉਣ ਦੇ ਅਧਿਕਾਰੀ ਰਾਗੀ ਨੇ ਉਹ ਵੀ ਗਾਉਂਦੇ ਨੇ ਇਹ ਵੀ ਅਧਿਕਾਰੀ ਬਣ ਕੇ ਗੁਰੂ ਅਰਜਨ ਦੇਵ ਜੀ ਜਤ ਗਾਉਣ ਲੱਗੇ ਦੁਤੀਆ ਮਾਲ ਕੌਸ਼ਕ ਆਲਾਪ ਹੈ ਇਹ ਰਾਗ ਦੀ ਵਾਰੀ ਆਈ ਸਰ ਸੰਗ ਜੀ ਮਾਲ ਕੌਸ਼ਿਆ ਰਾਗ ਹੈ ਇਹ ਵੀ ਲੱਗਾ ਆਲਾਪਣ ਗੁਰੂ ਅਰਜਨ ਦੇਵ ਜੀ ਦੇ ਗੁਣਾਂ ਨੂੰ ਸੰਗ ਰਾਗ ਦੀ ਪਾਂਚੋ ਥਾਪ ਹੈ ਥਾਪਾ ਇੱਜ਼ਤ ਕਰਦੀਆਂ ਨੇ ਪੰਜੇ ਰਾਗ ਦੀਆਂ ਆਪਣੇ ਘਰ ਵਾਲੀਆਂ ਗੋਡ ਕਰੀ ਯਾਰ ਦੇਵ ਗੰਧਾਰੀ ਇਹ ਗੋਡ ਕਰੀ ਹੈ ਇੱਕ ਦੇਵ ਗੰਧਾਰੀ ਹੈ ਗੰਧਾਰੀ ਸੀ ਹੁਤੀ ਉਚਾਰੀ ਇੱਕ ਗੰਧਾਰੀ ਕਰਦੀ ਹੈ ਇੱਕ ਸੂਰ ਥੀ ਕੀ ਹੈ ਚੌਥੀ ਧਨਾਸਰੀ ਇਹ ਪਾਂਚੋ ਗਾਈ ਪੰਜਵੀਂ ਸੱਤਵੀਂ ਧਨਾਸਰੀ ਆਗਨੀ ਹੈ ਇਹ ਵੀ ਗਾਉਂਦੀਆਂ ਨੇ ਮਹਿਮਾ ਗੁਰੂ ਅਰਜਨ ਦੇਵ ਜੀ ਦੀ ਮਾਲ ਰਾਗ ਕੌਸ਼ਕ ਸੰਗ ਲਾਈ ਇਹ ਮਾਲ ਰਾਗ ਕੌਸ਼ਕ ਰਾਗ ਹੈ ਤੇ ਮਾਲ ਕੌਸ਼ਕ ਇਹਨੇ ਲਾ ਲਈਆਂ ਨਾਲ ਮਹਾਰਾਜ ਦੀ ਮਹਿਮਾ ਕਰਨ ਵਾਸਤੇ ਮਾਰੂ ਮਸਤ ਅੰਗ ਮੇਵਾਰਾ ਅੱਗੇ ਪੁੱਤਰ ਦੱਸਦੇ ਨੇ ਗੁਰੂ ਅਰਜਨ ਦੇਵ ਜੀ ਲਿਖਾ ਰਹੇ ਨੇ ਭਾਈ ਗੁਰਦਾਸ ਜੀ ਨੂੰ ਕਿ ਇਹਨਾਂ ਨੇ ਭਾਈ ਸਾਡਾ ਜਤ ਗਾਇਆ ਹੈ ਮਾਰੂ ਮੜੋ ਪੰਕਤੀ ਮਾਰੂ ਮਸਤ ਅੰਗ ਮੇਵਾਰਾ ਮਾਰੂ ਤਿੰਨ ਪ੍ਰਬਲ ਚੰਡ ਕੌਸ਼ਕ ਉਭਾਰਾ ਪ੍ਰਬਲ ਚੰਡ ਤੇ ਕੌਸ਼ਕ ਤੇ ਉਭਾਰਾ ਤਿੰਨੇ ਹੋ ਗਏ ਖੋ ਖੱਟ ਭੌਰਾ ਨਦ ਗਾਏ ਭੌਰਾ ਨਦ ਤੇ ਖੋ ਖੱਟ ਦੇ ਚਾਰ ਅੱਠ ਹਨ ਔ ਭੌਰਾ ਨਦ ਗਾਏ ਭੌਰਾ ਨਦ ਕੀਰਤੇ ਹੈ ਅਸ਼ਟ ਮਾਲ ਕੌਸ਼ਕ ਸੰਗ
ਲਾਏ ਅੱਠੇ ਪੁੱਤਰ ਤੇ ਮਾਨ ਕੌਰਤ ਨੇ ਨਾਲ ਲਾ ਲੇ ਪੁੱਤਰ ਤੇ ਆਓ ਤੁਹਾਨੂੰ ਤਾਂ ਜਪ ਕਰੀਏ ਨਿਤ ਨਿਤ ਨੀ ਅਮਰ ਘਰ ਆਪਾਂ ਦਰਸ਼ਨ ਪ੍ਰਾਪਤ ਹੋਣੇ ਗੁਰੂ ਸਾਹਿਬ ਦੇ ਜਪ ਨੂੰ ਕਰੀਏ ਜਿਨ੍ਹਾਂ ਨੇ ਆਪਣੇ ਰੋਗ ਚੱਕ ਦਿੱਤੇ ਆਇਓ ਹਿੰਡੋਲ ਤੀਜੇ ਨੰਬਰ ਤੇ ਹਿੰਡੋਲ ਰਾਜ ਸਰ ਸੰਗਰੀ ਸਾਹਮਣੇ ਸਰਮੁਖ ਆਇਆ ਪੰਜ ਨਾਰ ਸੰਗ ਅਸ਼ਟ ਸੁਖ ਇਹਦੇ ਨਾਲ ਅੱਠੇ ਪੁੱਤਰ ਨੇ ਪੰਜੇ ਘਰ ਵਾਲੀਆਂ ਹਨ ਕਹੇ ਤਾਂ ਕਲੋਲ ਜਦੋਂ ਹਿਲਾਉਂਦੇ ਨੇ ਤਰਾਨੇ ਉੱਠਦੇ ਨੇ ਤਰਾਨਾ ਨੂੰ ਰਾਗੀ ਜਾਣਦੇ ਹਨ ਕਲੋਲ ਲਹਿਰਾਂ ਨੂੰ ਕਹਿੰਦੇ ਨੇ ਜਿਵੇਂ ਨਹਿਰ ਪਾਣੀ ਤੋਂ ਉੱਠਦੀ ਹੈ ਇਹ ਤਰਾਨਾ ਨਾਲ ਸਰ ਸੰਗਰੀ ਜੀ ਸੁਰਤਾਲ ਨੂੰ ਮੇਲ ਕੇ ਗਾਉਂਦੇ ਗਾਇਨ ਤਾਰ ਮਿਲਾਵਹੀ ਸੁਰਤਾਲ ਸਰ ਸੰਗਰੀ ਮਿਲਾ ਕੇ ਗਾਇਨ ਕਰਦੇ ਬੇਸੁਰੇ ਨਹੀਂ ਹਨ ਇਹ ਲੰਗੀ ਦੇਵ ਕਰੀ ਆਈ ਕਿਹੜੀਆਂ ਨੇ ਸਰ ਸੰਗਰੀ ਦੇ ਘਰ ਵਾਲੀਆਂ ਲੰਗੀ ਹੈ ਦੇਵ ਕਰੀ ਹੈ ਬਸੰਤੀ ਸੰਧੂਰ ਸੁਹਾਈ ਨਾਲੇ ਬਸੰਤੀ ਰਾਗਣੀ ਹੈ ਸੰਧੂਰੀ ਢੂਰੀ ਰਾਗਣੀ ਹੈ ਸਰਸ ਅਹੀਰੀ ਲੈ ਭਾਰ ਜਾ ਸਰਸ ਅਹੀਰੀ ਪੰਜਵੀਂ ਹੈ ਇਹ ਪੰਜੇ ਇਸਤਰੀਆਂ ਭਾਰ ਜਾ ਲੈ ਕੇ ਸੰਗ ਲਾਈ ਪੰਜੋ ਆਰ ਜਾ ਬੜੀਆਂ ਆਰਜ ਸਵੇਖ ਸੁਭਾਅ ਵਾਲੀਆਂ ਮੰਨ ਕੇ ਆਗਿਆਕਾਰੀ ਮੰਨ ਕੇ ਇਸ ਰਾਗ ਨੇ ਇਹਨਾਂ ਪੰਜਾਂ ਨੂੰ ਨਾਲ ਲਾਇਆ ਹੈ ਸੁਰਮਾ ਆਨੰਦ ਭਾਸ ਕਰ ਆਏ ਫਿਰ ਸਰਸ ਜੀ ਅੱਠੇ ਪੁੱਤਰ ਵੀ ਆ ਗਏ ਚੰਦਰ ਬਿੰਬ ਮੰਗਲਨ ਸੁਹਾਏ ਚੰਦਰ ਬਿੰਬ ਤੇ ਮਗਰਨ ਵਿਚਾਰ ਹੋ ਗਏ ਸਰਸ ਮਾਨ ਔ ਆਹੇ ਵਿਨੋਦਾ ਵਿਨੋਦਾ ਦੇ ਸਰਸ ਮਾਨ ਫੇ ਰਾਗ ਗਾਵੈ ਸਰਸ ਬਸੰਤ ਕਮੋਦਾ ਸਹਿ ਤਤਮਦਾ ਦੇ ਸਹਿ ਤਰਸ ਦੇ ਬਸੰਤ ਤੇ ਕਮੋਦਾ ਇਹ ਅੱਠੇ ਰਾਗ ਗਾਇਨ ਕਰਦੇ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਹਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਭਾਈ ਗੁਰਦਾਸ ਜੀ ਸਵਾਰ ਕੇ ਦੇਖੀ ਭਾਈ ਅਸੀਂ ਅੱਠ ਪੁੱਤਰੇ ਇਹਦੇ ਵੀ ਕਹਿ ਦਿੱਤੇ ਉਹਦੇ ਆਈ ਦੀਪਕ ਦੀ ਵਾਰੀ ਫਿਰ ਦੀਪਕ ਰਾਗ ਦੀ ਚੌਥੇ ਨੰਬਰ ਤੇ ਵਾਰੀ ਆ ਗਈ ਕਸ਼ੇਲੀ ਪਟ ਮੰਜਰੀ ਇਹਦੇ ਘਰ ਵਾਲੀਆਂ ਕਸ਼ੇਲੀ ਹੈ ਪਟ ਮੰਜਰੀ ਹੈ ਟੋਡੀ ਕਹੀ ਅਲਾਪ ਅਲਾਪਣ ਵਾਲੀ ਇਹ ਟੋਡੀ ਹੈ ਇਹ ਵੀ ਅਲਾਪੀਆਂ ਨੇ ਗੁਰੂ ਕੇ ਮਹਿਮਾ ਕਾਮੋਦੀ ਔਰ ਗੁਜਰੀ ਕਾਮੋਦੀ ਦੇ ਗੁਜਰੀ ਵੀ ਇਹ ਪੰਜ ਹੋ ਗਈਆਂ ਸੰਗ ਦੀਪਕ ਕੇ ਥਾਪ ਇਹ ਦੀਪਕ ਰਾਗ ਨੇ ਇੱਜ਼ਤ ਕਰਨੀਆਂ ਆਪਣੇ ਨਾਲ ਖੜੀਆਂ ਕਰਨੀਆਂ ਮਹਾਰਾਜ ਦੇ ਸਾਹਮਣੇ ਕਾਲੰਕਾ ਕੁੰਤਲ ਔਰ ਰਾਮਾ ਫਿਰ ਪੁੱਤਰਾਂ ਨੂੰ ਪ੍ਰੇਰਿਆ ਕਲੰਕਾ ਹੈ ਕੁੰਤਲ ਰਾਗ ਹੈ ਰਾਮਾ ਰਾਗ ਹੈ ਤਿੰਨ ਕਮਲ ਕੁਸੁਮ ਚੰਪਕ ਕੇ ਨਾਮਾ ਇਸ ਤਰ੍ਹਾਂ ਕਮਲ ਰਾਗ ਹੈ ਕੁਸੁਮ ਹੈ ਚੰਪਕ ਹੈ ਛੇ ਗੌਰਾ ਔਰ ਕਾਂਦਰਾ ਕਲਿਆਣਾ ਗੌਰਾ ਦੇ ਬਾਰਾਂ ਰਾਗ ਇਹ ਅੱਠ ਪੁੱਤਰ ਹੋ ਗਏ ਕਲਿਆਣਾ ਕਲਿਆਣ ਰਾਗ ਹੈ ਭਾਈ ਗੁਰਦਾਸ ਜੀ ਅੱਠ ਪੁੱਤਰ ਦੀਪਕ ਰਾਗ ਦੇ ਹਨ ਸਭ ਮਿਲ ਸ੍ਰੀ ਰਾਘਵੈ ਗਾਵੈ ਇਹ ਸਾਰੇ ਇਕੱਠੇ ਹੋ ਕੇ ਨਾ ਸਤ ਸੰਗਤ ਜੀ ਗੁਰੂ ਘਰ ਜਪ ਗਾਉਂਦੇ ਉਸ ਤੋਂ ਉਪਰੰਤ ਸ੍ਰੀ ਰਾਗ ਦੀ ਵਾਰੀ ਆਈ ਪੰਜੋ ਸੰਗ ਬਰੰਗਨ ਲਾਵੈ ਹੈ ਸ੍ਰੀ ਰਾਗ ਜੀ ਇਕੱਲਾ ਨਹੀਂ ਰਿਹਾ ਇਹ ਆਪਣੇ ਘਰ ਵਾਲੇ ਨੂੰ ਪ੍ਰੇਰਦਾ ਹੈ ਇਹਨਾਂ ਨੂੰ ਨਾਲ ਲਾਇਆ ਜਪ ਕਰਨ ਬੈਰਾਰੀ ਕਰਨਾਟੀ ਧਰੀ ਬੈਰਾਰੀ ਰਾਗਣੀ ਹੈ ਕਰਨਾਟੀ ਹੈ ਇਹ ਦੋਨੋਂ ਨਾਲ ਧਰੀਏ ਕੇ ਨਾਲ ਮੇਲੀਆਂ ਗਬਰੀ ਗਾਵੈ ਆਸਾਵਰੀ ਗੋਰੀ ਰਾਗਣੀ ਤੇ ਆਸਾਵਰੀ ਦੋ ਚਾਰ ਹੋ ਗਈਆਂ ਤੇ ਪਾਛੈ ਸਿੱਧਵੀ ਅਲਾਪੀ ਮਗਰੋਂ ਸਿੱਧਵੀ ਰਾਗਣੀ ਹੈ ਸਰ ਸੰਗ ਜੀ ਇਹ ਵੀ ਪਿੱਛੋਂ ਆਈ ਸ੍ਰੀ ਰਾਗ ਸਿਓ ਪੰਜੋ ਥਾਪੀ ਇਹ ਸ੍ਰੀ ਰਾਗ ਦੇ ਨਾਲ ਇਸ ਤੇ ਬੋਲੀਆਂ ਪੰਜੇ ਸਾਲੂ ਸਾਰਕ ਸਾਗਰਾ ਇਹਦੇ ਪੁੱਤਰ ਹਨ ਸ੍ਰੀ ਰਾਗ ਦੇ ਸਾਲੂ ਹੈ ਸਾਗਰਾ ਹੈ ਸਾਰਕ ਹੈ ਔਰ ਗੋਡ ਗੰਭੀਰ ਗੰਭੀਰ ਰਾਗ ਹੈ ਗੋਡ ਹੈ ਅਸ਼ਟ ਪੁੱਤਰ ਸ੍ਰੀ ਰਾਗ ਕੇ ਇਹ ਸਾਰੇ ਸ੍ਰੀ ਰਾਗ ਦੇ ਪੁੱਤਰ ਹਨ ਖਾਲਸਾ ਜੀ ਗੁੰਡ ਕੁੰਭ ਹਮੀਰ ਗੁੰਡ ਤੇ ਕੁੰਭ ਤੇ ਹਮੀਰ ਪੰਜ ਹੋ ਤਿੰਨ ਇਹ ਅੱਠ ਹੋ ਗਏ ਅਸ਼ਟਮ ਮੇਘ ਰਾਗ ਵੈ ਗਾਵ ਹੈ ਅਸ਼ਟਮਾ ਰਾਗ ਛੇਵਾਂ ਰਾਗ ਸਭ ਮੇਘ ਰਾਗ ਹੈ ਪੰਜੋ ਸੰਗ ਬਰੰਗਨ ਲਾਵ ਹੈ ਇਹਨੇ ਵੀ ਸਰ ਸੰਗਰੀ ਨਾਲ ਲਾ ਲਈਆਂ ਗੁਰੂ ਦੇ ਮਹਿਮਾ ਕਰਨ ਵਾਸਤੇ ਕੀ ਨਾਲ ਜਪ ਕਰਾਉਂਦੇ ਆ ਇਹਦੇ ਕੋਲੋਂ ਪੰਜੋ ਸੰਗ ਬਰੰਗਨ ਲਾਵ ਹੈ ਸਾਰੇ ਰੰਗਨਾ ਘਰ ਵਾਲੀਆਂ ਸੇਠ ਜੀ ਜਿਹੜੀਆਂ ਇਹਨੇ ਨਾਲ ਲਾਈਆਂ ਸੋਲਟ ਗੋਲਡ ਮਲਾਰੀ ਧੁਨੀ ਸੋਲਟ ਰਾਗਦੀ ਹੈ ਗੋਲਡ ਹੈ ਮਲਾਰੀ ਹੈ ਧੁਨਾ ਕਰ ਦਿੱਤੀ ਹੈ ਇਹਨਾਂ ਦੀ ਹੁਣ ਗਾਵੈ ਹੈ ਆਸਾ ਗੁਰ ਗੁਣੀ ਫਿਰ ਗੁਣੀ ਹੱਥ ਜੀ ਹੁਣ ਵੀ ਇਹ ਵਿਚਾਰ ਵਿਚਾਰ ਕੇ ਗੁਣਾਂ ਨੂੰ ਆਸਾ ਰਾਗਣੀ ਵੀ ਗਾਉਂਦੀ ਹੈ ਉੱਚੇ ਸੁਰ ਸੂਹ ਪੁਨ ਕੀਤੀ ਇਹ ਪੰਜਵੀਂ ਸੂਹੀ ਹੈ ਸਤਿ ਸੁਰ ਦੇ ਵਿੱਚ ਤਾਲ ਸਪਤਕ ਵਿੱਚ ਬੋਲਦੀ ਹੈ
ਪਾਂਚੋ ਚੀਨੀ ਇਹ ਮੇਘਰਾਜ ਦੇ ਨਾਲ ਜਿੰਨੀਆਂ ਪਛਾਣੀਆਂ ਗਈਆਂ ਜਿਨ੍ਹਾਂ ਨੇ ਗੁਰੂ ਦੀ ਮਹਿਮਾ ਕੀਤੀ ਬੈਰਾ ਧਾਰ ਗੱਜ ਧਾਰ ਕੇ ਦਾਰਾ ਛੇ ਰਾਗ ਤੇ ਪੰਜ ਪੰਜ ਘਰਾਣੀਆਂ ਤੇ ਸੱਤ ਸੰਗ ਦੀ ਅੱਠ ਅੱਠ ਪੁੱਤਰ ਇਹ ਸਾਰੇ ਪਰਿਵਾਰ ਇਕੱਠਾ ਹੋ ਕੇ ਗੁਰੂ ਦੀ ਸ਼ਰਨ ਲੈਂਦਾ ਪਿਆ ਔਰ ਸੱਤ ਸੰਗੀ ਸਾਹਿਬ ਕੰਮ ਹੋਇਆ ਜੰਮਣ ਮਰਦੇ ਇਹਨਾਂ ਨੇ ਮੇਟਿਆ ਆਪਣੇ ਆਪ ਸਤਿਕਾਰ ਪਾਇਆ ਗੁਰੂ ਘਰ ਦੇ ਅੰਦਰ ਸੋ ਆਪ ਜੀ ਅੱਗੇ ਕਹਿੰਦੇ ਹਨ ਬੈਰਾ ਧਾਰ ਗੱਜ ਧਾਰ ਕੇ ਦਾਰਾ ਛੇ ਕਿਹੜੇ ਨੇ ਮੇਘਰਾਜ ਦੇ ਨਾਲ ਬੈਰਾ ਧਰ ਹੈ ਗੱਜ ਧਰ ਹੈ ਕੇ ਦਾਰਾ ਹੈ ਜਬਲੀ ਧਾਰ ਨਟ ਔ ਜਲ ਧਾਰਾ ਜਬਲੀ ਧਰ ਹੈ ਨਟ ਰਾਗ ਹੈ ਜਲ ਧਾਰ ਇੱਥੇ ਹੋ ਗਏ ਹੁਣ ਗਾਵੈ ਸ਼ੰਕਰ ਔ ਸ਼ਿਆਮਾ ਕਬੀਰ ਤੇ ਸ਼ੰਕਰ ਰਾਗ ਤੇ ਸ਼ਿਆਮਾ ਰਾਗ ਇਹ ਵੀ ਸੱਤ ਸਦੀ ਗਾਉਂਦੇ ਨੇ ਗੁਰੂ ਦੇ ਮਹਿਮਾ ਮੇਘਰਾਜ ਪੁੱਤਰਨ ਕੇ ਨਾਮਾ ਇਹ ਮੇਘਰਾਜ ਪੁੱਤਰ ਪੁੱਤਰਾਂ ਦੇ ਨਾਮ ਹਨ ਸਾਹਿਬ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਗੁਰਦਾਸ ਜੀ ਨੇ ਸੱਤ ਸੰਗ ਜੀ ਉਸੇ ਤਰ੍ਹਾਂ ਲਿਖਣਾ ਕੀਤੇ ਸੋ ਪ੍ਰਣੀਓ ਇਸੇ ਕਰਕੇ ਕਿ ਆਪ ਜੀ ਕਹਿੰਦੇ ਅਸ਼ਟ ਰਾਗ ਗੁਣ ਗਾਏ ਹੁਣ ਉਹ ਜਿਹੜੇ ਛੇ ਰਾਗ ਹਨ ਜਿਨ੍ਹਾਂ ਦੇ ਨਾਲ ਸੰਗ ਰਾਗ ਨੀ ਤੀਸ ਨਾਲ ਤਿੰਨ ਰਾਗ ਤੀਹ ਰਾਗ ਨੀਆਂ ਹਨ ਛੇ ਰਾਗਾਂ ਦੇ ਸਮੇਂ ਪੁੱਤਰ ਰਾਗਨ ਕੇ ਸਾਰੇ ਛੇ ਰਾਗਾਂ ਦੇ ਪੁੱਤਰ ਨੇ ਜਿਹੜੇ ਅਠਾਰਾਂ ਹੈ ਦਸ ਵੀਸ ਅਠਾਰਾਂ ਤੇ ਦਸ ਤੇ ਵੀਹ ਅਠਤਾਲੀ ਹੋ ਗਏ ਇਹ ਅਠਤਾਲੀ ਪੁੱਤਰ ਤੀਹ ਰਾਗਣੀਆਂ ਤੇ ਛੇ ਰਾਗ ਇਹ ਚੁਰਾਸੀ ਇਹਨਾਂ ਦੀ ਵਾਰ ਤੇ ਪਾਤਸ਼ਾਹ ਨੇ ਸੱਤ ਸੰਗਤ ਜੀ ਬਿਮਾਰੀ ਚੱਕੀ ਅੰਗ ਭੰਗ ਸਨ ਸਾਲ ਦੇ ਕੀਤੇ ਗੁਰੂ ਕੀ ਸ਼ਰਨ ਲਈ ਕਹਿੰਦੇ ਮਹਾਰਾਜ ਸਾਨੂੰ ਵੀ ਸਤਿਕਾਰ ਲਿਆ ਕਹਿੰਦੇ ਕੋਈ ਨੀ ਭਾਈ ਗੁਰੂ ਘਰ ਵਿੱਚ ਤੁਹਾਡਾ ਵੀ ਸਤਿਕਾਰ ਹੋਵੇਗਾ ਤੁਹਾਨੂੰ ਗਾਇਨ ਕਰਨ ਵਾਲਿਆਂ ਦਾ ਵੀ ਸਤਿਕਾਰ ਹੋਵੇਗਾ ਨਾਲ ਹੀ ਇਹਨਾਂ ਨੂੰ ਫਸਟ ਰਾਗ ਤੁਹਾਨੂੰ ਗਾਏ ਉਹ ਨਾਰਦ ਨੇ ਵੀ ਗਾਏ ਔਰ ਸ਼ੰਕਰ ਸ਼ਿਵ ਜੀ ਨੇ ਵੀ ਆਪਣੇ ਡਬਲੂ ਦੁਆਰਾ ਗਾਏ ਸ਼ਿਆਮਾ ਕ੍ਰਿਸ਼ਨ ਦਾ ਨਾਮ ਹੈ ਕ੍ਰਿਸ਼ਨ ਨੇ ਵੀ ਸਾਹਿਤ ਸ੍ਰੀ ਦਸਵੇਂ ਪਾਤਸ਼ਾਹ ਕੀਤਾ ਜਿਸ ਵੇਲੇ ਬੰਸਰੀ ਵਜਾਉਂਦੇ ਕ੍ਰਿਸ਼ਨ ਭਗਵਾਨ ਜੀ ਸਾਰੇ ਰਾਗਾਂ ਨੂੰ ਸਾਹਿਤ ਜੀ ਪ੍ਰਗਟ ਕਰਕੇ ਰੱਖ ਦਿੰਦੇ ਸ਼ੰਕਰ ਤੇ ਸ਼ਿਵ ਜੀ ਵੀ ਨਾਲ ਕ੍ਰਿਸ਼ਨ ਵੀ ਨਾਲ ਕਰਕੇ ਸਾਰਿਆਂ ਨੇ ਭਾਈ ਰਾਗਾਂ ਨੂੰ ਮਾਨਤਾ ਦਿੱਤੀ ਸੋ ਮਹਾਰਾਜ ਕਿਰਪਾ ਕਰੇ ਗੁਰੂ ਘਰ ਵਿੱਚ ਭਾਈ ਨਾਮ ਦੀ ਮਹਿਮਾ ਹੈ ਲੇਕਿਨ ਗੁਰਮੁਖ ਪਾਤਸ਼ਾਹ ਨੇ ਵੀ ਬਚਨ ਕੀਤੇ ਨੇ ਕਹਿੰਦੇ ਭਾਈ ਜਿਹੜਾ ਰਾਗ ਹੈ ਇਹਦੇ ਨਾਲ ਸੁਭਾਵਾਨ ਸਾਰੇ ਸਰੋਤੇ ਨੇ ਜਿਹੜੇ ਨਾਮ ਦਾ ਨਰਕ ਮਾਨ ਕਰਦੇ ਭੁੱਲਾ ਚੁੱਕਾ ਸੱਤ ਸੰਗੀ ਵਾਪ ਕਰਨੀ ਆ ਇੱਥੇ ਆਪ ਜੀ ਨੇ ਸੱਤ ਸੰਗਤ ਰਾਗ ਤੇ ਸਾਰੇ ਸਰਾਤੀ ਹਨ ਇਹ ਆਪ ਜੀ ਨੇ ਅੰਕਿਤ ਕੀਤੇ ਜਿਹੜਾ ਭਾਈ ਭਾਵਨਾ ਦੇ ਨਾਲ ਪੂਰੇ ਸੱਤ ਸੰਗ ਜੀ ਰਾਗ ਵਾਲਾ ਪੜ੍ਹ ਕੇ ਭੋਗ ਪਾਵੇਗਾ ਉਹਨਾਂ ਦੀ ਚੁਰਾਸੀ ਸੱਤ ਜੀ ਕੱਟੀ ਜਾਵੇਗੀ ਮਹਾਤਮਾ ਹੈ ਸੋ ਸੱਤ ਸੰਗ ਜੀ ਇਸ ਵੇਲੇ ਪੰਜ ਕੌੜੀਆਂ ਸਲੋਕ ਪੜਿਆ ਜਾਵੇਗਾ ਉਸ ਤੋਂ ਬਾਅਦ ਅਖੰਡ ਪਾਠ ਸੱਤ ਜੀ ਭੋਗ ਤੇ ਆਇਆ ਹੋਇਆ ਆਪਾਂ ਇਸੇ ਤਰ੍ਹਾਂ ਸੁਭਾਇਆ ਹੋਣ ਹੋ ਕੇ ਗੁਰਬਾਣੀ ਦਾ ਰਸ ਮਾਣ ਹੋ ਇੱਥੇ ਵਿਸ਼ਰਾਮ ਦਿੰਦਾ ਸੰਗਰਾਗ ਦੀ ਤੀਸ ਸਭੈ ਪੁੱਤਰ ਰਾਗਨ ਕੇ ਅਠਾਰਹ ਦਸ ਵੀਸ ਸਭੈ ਪੁੱਤਰ ਰਾਗਨ ਕੇ ਅਠਾਰਹ ਦਸ ਵੀਸ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਾਂ ਪਾਤ ਸੱਚ ਗਾ ਸੱਚ ਹੈ ਪੀ ਸੱਚ ਨਾਨਕ ਉਸੀ ਪੀ ਸੱਚ ਸੋਚਾ ਸੋਚਣਾ ਹੋ ਪਈ ਜੇ ਸੁੱਚੀ ਲਗਵਾਰ ਚੁੱਪੈ ਚੁੱਪਣਾ ਹੋ ਪਈ ਜੇ ਲਾਇ ਰਹਾ ਲਤਾਰ ਧਿਆ ਮੁਖਣਾ ਤੁਰੀ ਜੇ ਬੰਦਾ ਪ੍ਰੀਆ ਭਾਰ ਸਹਿ ਸਹਿਣਪਾ ਲਾਗੂ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿਰ ਸਚਿਆਰਾ ਹੋਈ ਹੈ ਕਿ ਪੂਰਿਆ ਦਿੱਤਾ ਪਾਲ ਹੁਕਮ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਨਾ ਆਕਾਰ ਹੁਕਮ ਨਾ ਕਰਿਆ ਜਾਈ ਹੁਕਮੀ ਹੋ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਆ ਹੈ ਹੁਕਮੈ ਅੰਦਰ ਸਭ ਤੋਂ ਬਾਹਰ ਹੁਕਮੈ ਕੋਈ ਨਾਨਕ ਹੁਕਮੈ ਜੇ ਦੂਜਾ ਤਾਂ ਹੁਕਮੈ ਕਹੇ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੇ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖੋ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀਅ ਲੈ ਫਿਰ ਦੇਹ
ਕਾਵੇ ਤੋਂ ਜਾਪੈ ਦਿਸੈ ਦੂਰ, ਕਾਵੇ ਤੋਂ ਵਿਖੇ ਹਾਜ਼ਰਾ ਹਜ਼ੂਰ, ਕਥਨਾ ਕਥੀਨਾ ਆਵੇ ਕੋਟ ਕਤ ਕਤ ਕਥੀ, ਕੋਟੀ ਕੋਟ ਕੋਟ ਦੇਤਾ ਦੇ ਲੈਦੇ ਥਕ ਮਾਹੇ, ਜੁਗਾ ਜਗੰਤਰ ਖਾਹੀ ਮਾਰੇ, ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਦਿਵਸੈ ਵੇ ਪ੍ਰਵਾਹੋ, ਸਾਚਾ ਸਾਹਿਬ ਸਾਜਨਾਏ, ਭਾਖਿਆ ਭਾਉ ਅਪਾਰ, ਆਖੈ ਮੰਗੈ ਦੇਹ ਦੇਹ, ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ ਜੇ ਦਿਸੈ ਦਰਬਾਰ, ਮੋਹਾ ਕੇ ਬੋਲਣ ਬੋਲੀਐ ਜੇ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ, ਕਰਨੀ ਆਵੇ ਕੱਪੜਾ ਨਗਰੀ ਕੋ ਦੁਆਰ, ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ, ਆਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸਭ ਘਰ ਲੈ ਜਾਏ, ਗੁਰਮੁਖ ਨਾਦਨ ਗੁਰਮੁਖ ਵੇਦਨ, ਗੁਰਮੁਖ ਰਹਿਆ ਸਮਾਈ, ਗੋਰੀ ਸਤਗੁਰ ਗੋਰਖ ਬਰਮਾ ਗੁਰ, ਪਾਰਵਤੀ ਮਾਈ, ਦੇਹੋ ਜਾਣਾ ਅੱਖਾਂ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾਇਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਖ ਚਗੇ ਆਈਆ ਬੁਰੇ ਆਈਆ ਵਾਚੈ ਧਮ ਕਰਮੀ ਆਪੋ ਆਪਣੀ ਜਿੰਨੀ ਨਾਮ ਤਿਹਾਰ ਨਾਨਕ ਤੇ ਉਚਲੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਸੱਚ ਹੈ ਤੀ ਸੱਚ ਨਾਮ ਰੋਸੀ ਤੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਦਿ ਸੱਚ
ਸੰਗ ਪੰਚ ਬਰੰਗਨ ਸੰਗ ਲਾਭੈ ਆਪੋ ਨੰਦਨ ਪ੍ਰਥਮ ਰਾਗ ਭੈ ਦੁਵੈ ਕਰ ਗਏ ਪੰਚ ਰਾਗ ਦੀ ਸੰਗ ਉਚਰ ਗਏ ਪ੍ਰਥਮ ਭੈਰ ਦੇ ਬਿਲਾਪ ਦੇ ਪੁੰਨ ਆਪੀ ਗਾਵੇ ਬੰਗਲੇ ਪੁੰਨ ਅਸਲੇ ਕੀ ਕੀ ਭੈ ਬਾਰੀ ਭੈਰੂ ਕੀ ਪਾਛੋ ਨਾਰੇ ਪੰਚਮ ਹਰ ਗਦ ਸਾਹ ਸੁਨਾਵ ਗੈ ਬੰਗਾਲ ਮਦ ਮਾਧ ਗਾਵ ਗੈ ਲਲਿਤ ਬਿਲਾਵਨ ਗਾਵ ਗਈ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੀ ਗਾਵ ਕੀ ਗਾਇਨ ਪਾਤਰ ਦੁਤੀਆ ਮਾਨ ਕਉ ਸਕਾ ਲਪ ਗੈ ਸੰਗ ਰਾਗਨੀ ਪਾਛੋ ਥਪ ਗੈ ਗੌਣ ਕਰੀ ਹਿਰਦੇ ਗੰਧਾਰੀ ਗੰਧਾਰੀ ਸਿਵ ਤੇ ਉਚਾਰੀ ਤਨਾਸਰੀ ਪਾਛੋ ਗਾਈ ਮਾਨ ਰਾਗ ਕਉ ਸਤ ਸਕਲਾਏ ਮਾਰੂ ਮਸਤੰਗ ਮੇ ਵਾਰਾ ਪ੍ਰਭਲ ਚੰਡ ਕਉ ਸੰਗ ਵਾਰਾ ਕਉ ਕਾਟਿਓ ਪਾਵੈ ਨਾਥ ਗਾਏ ਅਸ਼ਟ ਮਾਲ ਕਉ ਸੰਗ ਸੰਗ ਲਾਏ ਪੁਨਿਆਯੋ ਗਿੰਡੋਲ ਪੰਚ ਨਾਰ ਸੰਗ ਅਸ਼ਟ ਸੋਤ ਉਠ ਗੇ ਤਾਲ ਕਲੋਲ ਗਾਇਨ ਤਾਰ ਲਾਭ ਗੇ ਤੇ ਲੰਗੇ ਦੇਵ ਕਰੇ ਆਏ ਬਸੰਤੀ ਸੰਤੋਰ ਸੁਗਾਏ ਸਰ ਸੁਹਾਗੇ ਰੀਲੇ ਭਾਰ ਜਾ ਸੰਗ ਲਾਏ ਪੰਚ ਵਾਰ ਜਾ ਸੁਰਮਾਨੰਦ ਪਾਸ ਕਰੇ ਆਏ ਚੰਦਰ ਬਿੰਬ ਮੰਗਲਨ ਸੁਗਾਏ ਸਰਸ ਪਾਲਿਓ ਆ ਕੇ ਬਨੋਦਾ ਗਾਉ ਕੇ ਸਰਸ ਬਸੰਤ ਮੋਦਾ ਪੁੱਤਰ ਮੈਂ ਕਹੇ ਸਵਾਰੇ ਪੁਨਿਆਏ ਦੀਪ ਕੇ ਬਾਰੇ ਕਸ਼ੇਲੀ ਪੰਡ ਮੰਦਰੇ ਟੋਡੀ ਕਹੀ ਅਲਾਪ ਕਾਮੋ ਦੀ ਅਮੁਜਰੇ ਸੰਗ ਦੀਪੋ ਕੇ ਤਾਪ ਕਾਲੰ ਕਾ ਕੁੰਤਲਿਓ ਰਾਮਾ ਕਮਲ ਕੁਸਮ ਚੰਪੋ ਕੇ ਨਾਮਾ ਗਵਾ ਮੇਰੇ ਸ੍ਰੀ ਰਾਮ ਗਾਵ ਗਏ ਪੰਚੋ ਸੰਤਰੰਗ ਲਾਵ ਗਏ ਸਰਨਾ ਜਾਈ ਕੀਰਤਨਾ ਵਜੇ ਸੁਭਾਵਾ ਬਣ ਭਾੜੇ ਕੇ ਲਾਏ ਕਰੀ ਨੀਤੀ ਸਿਰ
ਸਫਾਈ ਵਿਖਾਵਨ ਕਰਵਾਂਗੇ ਬੁਲਾ ਲਈ ਬਾਅਦ ਵਿੱਚ ਰਤਨ ਵਾਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਦੇ ਵਧਾਈ ਸਭਨਾ ਦੀ ਅਕਾਲ ਦਾਤਾ ਸੁਣਮੈ ਵਿਸਰਣਾ ਚਾਹੀ ਜੇ ਜੁਗਤਾਂ ਨੇ ਆਦਿ ਦਾ ਉਮਦ ਸੁਣੀ ਹੋਏ ਨੂੰ ਆਖਣ ਦਾ ਜਨਾਨੀਆਂ ਦਾ ਅੰਤਰ ਸਭ ਕੋਈ ਜੰਗਾ ਨਾਵਲ ਕਰਾਈ ਕਰ ਦਸ ਕੀਰਤ ਜਗ ਦੇ ਜਿਸ ਸੁਨਦਰ ਨਾ ਆਵੇ ਤਾਂ ਵਾਰਤ ਨੂੰ ਪੁੱਛਿਆ ਕੀ ਕੀਤਾ ਅੰਦਰ ਕੀਰਤ ਕਰ ਦੋਸ਼ੀ ਦੋਸ਼ ਧਰੇ ਨਾਮ ਨਿਰਗੁਣ ਗੁਣ ਕਰੇ ਗੁਣ ਅੰਤੇ ਆਗਮ ਦੇ ਇਹਾ ਕੋਈ ਨਾ ਸੁਣਦੇ ਜੇ ਤਿਸ ਗੁਣ ਕੋਈ ਕਰੀ ਸੁਣਿਆ ਸਿੱਤ ਪੀਰ ਸੁਰਨਾਥ ਸੁਣਿਆ ਧਰਤ ਦਵਰੇ ਆਕਾਸ਼ ਸੁਣਿਆ ਦੀਪ ਲੋਕ ਆਧਾਰ ਸੁਣਿਆ ਕੋਈ ਨਾ ਸਕੇ ਨਾਨਕ ਭਗਤ ਸਰਾ ਵਿਕਾਸ ਸਿਮਰਤ ਵੇਦ ਨਾਨਕ ਭਗਤ ਸਰਾ ਵਿਕਾਸ ਸੁਣੈ ਰੂਪ ਆਪਣਾ ਨਾਸ ਸੁਣੈ ਸਤਸੰਗ ਨੂੰ ਗਿਆਨ ਸੁਣੈ ਅਕਸ਼ਟ ਕਾ ਇਸ਼ਨਾਨ ਸੁਣੈ ਪੜ ਪੜ ਪਾਵੇ ਮਾਨ ਸੁਣੈ ਦਾ ਕੈਸਾ ਧਿਆਨ ਨਾਨਕ ਭਗਤ ਸਰਾ ਵਿਕਾਸ ਸੁਣੈ ਰੂਪ ਆਪਣਾ ਨਾਸ ਸੁਣੈ ਸਰਗਨਾ ਕੀ ਗਾਹ ਸੁਣੈ ਸੇਖ ਪੀਰ ਪਾਤਸ਼ਾਹ ਸੁਣੈ ਅੰਤੇ ਪਾਵੇ ਰਾਹ ਸੁਣੈ ਹੱਥ ਦਾ ਸਗਾ ਗੁਰੂ ਨਾਨਕ ਭਗਤ ਸਰਾ ਵਿਕਾਸ ਸੁਣੈ ਰੂਪ ਆਪਣਾ ਨਾਸ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੇ ਮੁਖ ਦੁਆਰ ਮੰਨੈ ਪਰਵਾਰ ਸਾਧਾਰ ਮੰਨੈ ਤਰ ਤਾਰੇ ਗੁਰ ਸਿੱਖ ਮੰਨੈ ਨਾਨਕ ਪਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਅੰਤ ਪ੍ਰਵਾਣ ਪੰਥ ਪ੍ਰਧਾਨ ਪੰਥੇ ਪਾਵੇ ਦਰਗੀ ਮਾਨ ਪੰਥੇ ਸੋਹ ਹੈ ਦਰ ਦਾ ਦਾਨ ਪੰਥਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਾ ਕਰਨੇ ਨਾਹੀ ਸੁਮਾਰ ਧੌਲ ਧਰਮ ਦਿਆ ਕਾ ਕੂਤ ਸੰਤੋਖ ਤਾਪ ਰੱਖਿਆ ਜਿਨ ਸੂਤ ਜੇ ਕੋ ਗੁਜਾ ਹੋਇਆ ਸਤਿਆਰ ਧਵਲਾ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਦਾ ਕਮਜ਼ੋਰ ਦੀ ਜਾ ਚੰਗਾ ਕੇ ਨਾਭ ਸੁਣਨਾ ਲਿਖਿਆ ਬੜੀ ਕਲਾਬ ਨੇ ਉਹ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਦਾਨ ਸਵਾਲ ਰੂਪ ਕੀਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਵ ਕੁਕਵਾਓ ਤਿਸਤੇ ਹੋਏ ਲੱਖ ਕਰੀਆ ਕੁਦਰਤ ਗੁਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਪੁੱਤਰ ਭਾਵਾ ਸਾਹਿਬ ਭਰੀਕਾਰ ਦੂਸਰਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਯੋਗ ਮਨ ਰਹ ਹੈ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ ਅਸੰਖ ਸੂਰ ਮੋਹ ਪਕਸਾਰ ਸੰਖ ਮੋਲ ਵਡਾਇ ਤਾਰ ਕੁਦਰਤ ਕਮਨ ਕਹਾ ਵਿਚਾਰ ਆਰਿਆ ਨਾ ਜਾਵਾ ਇੱਕ ਵਾਰ ਜੋ ਤੁਰ ਭਾਵਾ ਸਾਹਿਬ ਅਧਿਕਾਰ ਦੂਸਰਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਸੰਖ ਚੋਰ ਰਾਮ ਘੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲ ਵੱਢ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਪਿਰਾਹੇ ਸੰਖ ਮਰੇਸ਼ ਮਰ ਪੱਕਾ ਹੇ ਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਦੂਤਰ ਭਾਵਾ ਸਾਹਿਬ ਅਧਿਕਾਰ ਦੂਸਰਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਖ ਤਾਵ ਗਮ ਗਮ ਸੰਖ ਲੋ ਸੰਖ ਕਹ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਰਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਵਰਣ ਬਾਣ ਅਖਰਾ ਸਿਰ ਸੰਜੋਗ ਵਖਾਣ ਜੇ ਨਹਿ ਲਿਖੇ ਤੇ ਸਿਰ ਨਾਹੇ ਜੇ ਪਰਮਾਏ ਤਿਰ ਤੇ ਉਪਾਏ ਜੇਤਾ ਕੀਤਾ ਦੇਤਾ ਨਾਵ ਵਣ ਨਾਵੈ ਨਾਹੀ ਕੋ ਤਾਵ ਕੁਦਰਤ ਕਮਨ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਦੂਤਰ ਭਾਵ ਸਾਹਿਬ ਰੇਕਾਰ ਦੂਸਰਾ ਸਲਾਮਤ ਨਿਰੰਕਾਰ ਹਰੀਏ ਹੱਥ ਪੈਰ ਤਨ ਦੇ